ਗੱਲ ਉਹਨਾਂ ਸਮੇਂ ਦੀ ਜਦੋਂ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੜ੍ਹਦੇ ਹੁੰਦੇ ਸੀ। ਇੱਕ ਦਿਨ ਯੂਨੀਵਰਸਿਟੀ ਦੇ ਮਹਾਰਾਜਾ ਰਣਜੀਤ ਸਿੰਘ ਭਵਨ, ਜਿਹਨੂੰ ਕਲਾ ਭਵਨ ਕਿਹਾ ਜਾਂਦਾ, ਉਹਦੇ ਵਿੱਚ ਇੱਕ ਸਮਾਗਮ ਹੋਇਆ ਜਿੱਥੇ ਉਸ ਵਕਤ 'ਤੇ ਉਸ ਸਮੇਂ ਵੀ ਸੀ ਜਿਹੜੇ ਅੱਜ ਵੀ ਸੀ ਨੇ ਡਾਕਟਰ ਜਸਪਾਲ ਸਿੰਘ। ਸੋ ਉਹਨਾਂ ਨੇ ਗੱਲ ਕਹੀ ਕਿ ਅਸੀਂ ਜਿਹੜਾ ਬਾਹਰਲੀ ਪ੍ਰਤਿਭਾ ਬਹੁਤ ਜ਼ਿਆਦਾ ਦੇਖਦੇ ਹਾਂ ਜਿਹੜੀ ਟੈਲੀਵਿਜ਼ਨਾਂ 'ਤੇ ਜਾਂ ਕਿਤੇ ਹੋਰ ਆਉਂਦੀ ਹੈ, ਪਰ ਜਿਹੜਾ ਸਾਡਾ ਲੋਕਲ ਟੇਲੈਂਟ ਆ, ਜਿਹੜਾ ਸਾਡੀ ਯੂਨੀਵਰਸਿਟੀ ਦਾ ਆਪਣਾ ਖਜ਼ਾਨਾ ਗਾ, ਉਹਨਾਂ ਦੀ ਅਸੀਂ ਗੱਲ ਵੀ ਸਾਨੂੰ ਕਰਨੀ ਚਾਹੀਦੀ ਹੈ। ਸੋ ਉਹਨਾਂ ਨੇ ਜ਼ਿਕਰ ਕੀਤਾ ਕਿ ਜਦੋਂ ਇੱਕ ਸਾਡੀ ਯੂਨੀਵਰਸਿਟੀ ਦਾ ਨੌਜਵਾਨ ਉਹ ਹਰਮੋਨੀਅਮ ਦੇ ਉੱਤੇ ਉਂਗਲੀ ਰੱਖਦਾ ਅਤੇ ਉਹ ਸੁਰਾਂ ਦੇ ਨਾਲ ਫਿਰ ਗੱਲਾਂ ਕਰਦਾ ਅਤੇ ਉਹ ਕਿਆ ਬਾਤਾਂ ਹੀ ਨੇ। ਉਹ ਨੌਜਵਾਨ ਸੀ ਕੰਵਰ ਗਰੇਵਾਲ। ਗਰੇਵਾਲ ਸਾਹਿਬ ਅੱਜ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ, ਆਓ ਉਹਨਾਂ ਨੂੰ ਜੀ ਉਹਨੂੰ ਕਹਿੰਦੇ ਹਾਂ। ਗਰੇਵਾਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਤੋਂ ਪਹਿਲਾਂ ਤੁਹਾਨੂੰ ਆਸਟ੍ਰੇਲੀਆ ਆਉਣ ਦੇ ਉੱਤੇ ਜੀ ਓ ਐ ਨੂੰ ਕਹਿੰਦੇ ਹਾਂ। ਸੋ ਇਹ ਤੁਹਾਡੀ ਪਹਿਲੀ ਫੇਰੀ ਆ, ਆਸਟ੍ਰੇਲੀਆ ਆ ਕੇ ਕਿਵੇਂ ਲੱਗਿਆ? ਪਹਿਲਾਂ ਮੈਂ ਵੀ ਦਰਸ਼ਕਾਂ ਨਾਲ ਗੱਲ ਸਾਂਝੀ ਕਰ ਲਾਂ ਜੀ। ਗੁਰਤੇਜ ਸਿੰਘ ਸਮਰਾ ਸਾਡਾ ਪੁਰਾਣਾ ਦੋਸਤ ਆ ਯੂਨੀਵਰਸਿਟੀ ਦਾ, ਪਰ ਹੁਣ ਮੈਂ ਸਾਡੀ ਅੱਜ ਗੱਲਬਾਤ ਹੋਣੀ ਹੈ ਤਾਂ ਮੈਂ ਤੇਜੂ ਬਾਈ ਕਹਿ ਕੇ ਬੁਲਾਊਂਗਾ। ਠੀਕ ਹੈ ਜੀ। ਸੋ ਸਾਡਾ ਤੇਜੂ ਹੀ ਹੈ। ਠੀਕ ਹੈ। ਤਾਂ ਬਸ ਹਾਂ ਦੋਸਤਾਂ, ਆ ਗਏ ਆਸਟ੍ਰੇਲੀਆ, ਪਹਿਲੀ ਵਾਰੀ ਆਇਆ ਅਤੇ ਬੜਾ ਚੰਗਾ, ਸਾਰਾ ਮਾਹੌਲ ਪੋਜ਼ਿਟਿਵ ਹੈ, ਸਭ ਕੁਛ। ਬਾਕੀ ਕਰਦੇ ਹਾਂ ਗੱਲਾਂ ਜੀ। ਸੋ ਗੱਲਾਂ ਅਸੀਂ ਖੁੱਲ੍ਹੀਆਂ ਕਰਾਂਗੇ, ਜਿਸ ਤਰ੍ਹਾਂ ਉਹਨੇ ਦੱਸਿਆ ਕਿ ਅਸੀਂ ਗਰਿਆਲ ਕਹਿੰਦੇ ਹੁੰਦੇ ਸੀ ਅਤੇ ਹੁਣ ਗਰਿਆਲ ਸਾਹਿਬ ਬਣ ਗਏ ਨੇ, ਅਤੇ ਪਰ ਇਹਨਾਂ ਦਾ ਜਿਹੜਾ ਗੱਲ ਕਰਨ ਦਾ ਸੁਭਾਗ ਆ, ਜਿਹੜਾ ਇਹਨਾਂ ਦਾ ਆਮ ਵੇਚਣ ਦਾ ਸੁਭਾਗ ਆ, ਸੋ ਉਹ ਉਹੋ ਜਿਹੀ ਆ, ਉਹੋ ਜਿਹੀ ਨੇ। ਸੋ ਕੰਵਰ ਗਰੇਵਾਲ ਜਿਹੜਾ ਬੜਾ ਹਸਮੁੱਖ ਮੁੰਡਾ, ਹਸਮੁੱਖ ਅੱਜ ਵੀ ਆ, ਅਤੇ ਯੂਨੀਵਰਸਿਟੀ ਦੇ ਵਿੱਚ ਬੜਾ ਅਲਬੇਲਾ ਜਿਹਾ ਬੰਦਾ ਫਿਰਦਾ ਰਹਿੰਦਾ ਸੀ। ਸੋ ਉਸ ਵਕਤ ਜਿਹੜਾ ਇੰਨੀਆਂ ਗੱਲਾਂ ਧਾਰਮਿਕ ਨਹੀਂ ਸੀ, ਸੋ ਇਸ ਪਾਸੇ ਵੱਲ ਜਿਹੜਾ ਮੋੜ, ਇਹ ਕਦੋਂ ਮੁੜਿਆ ਅਤੇ ਐਡਾ ਇੱਕ ਵੱਡਾ ਮੋੜ ਜ਼ਿੰਦਗੀ ਦੇ ਵਿੱਚ ਕਦੋਂ ਆਇਆ? ਤੇਜੂ ਬਾਈ, 2010 ਦੀ ਗੱਲ ਹੈ, 19 ਦਸੰਬਰ 2010, ਤਾਂ ਉਸ ਦਿਨ ਆਪਣੇ ਰਹੀੜੇ ਵਾਲਾ ਮਿੱਠਾ ਜੀ ਹਿੰਦੀ ਡਿਪਾਰਟਮੈਂਟ 'ਚ ਜੀ, ਤਾਂ ਉਹ ਮੈਨੂੰ ਨਾ ਭਗਤ ਸਿੰਘ ਹੋਸਟਲ, ਹਾਂ ਉਹ ਮੈਨੂੰ 10-15 ਦਿਨ ਤੋਂ ਕਹਿ ਰਿਹਾ ਸੀ, ਕਹਿੰਦਾ ਯਾਰ ਨਾ ਵੀ ਸਾਡੀ ਫੈਮਿਲੀ ਇੱਕ ਫਕੀਰ ਕੋਲ ਜਾਂਦੀ ਹੈ, ਬੇਬੇ ਕਹਿੰਦੇ ਅਸੀਂ ਸਾਰੇ ਪਿਆਰ ਨਾਲ, ਤਾਂ ਇੱਕ ਕੁਟੀਆ 'ਚ ਰਹਿੰਦੀ ਹੈ, ਤਾਂ ਵੀ ਤੂੰ ਮੇਰੇ ਨਾਲ ਚੱਲ ਕਦੇ, ਤਾਂ ਉਹ ਚਲੋ ਆਖਰ 19 ਦਸੰਬਰ ਨੂੰ ਉਹ ਦਿਨ ਆ ਗਿਆ, ਤਾਂ ਅਸੀਂ ਦੋਨੇ ਚਲੇ ਗਏ ਉੱਥੇ। ਉਦੋਂ ਮੈਨੂੰ ਨੌਕਰੀ ਮਿਲ ਗਈ ਸੀ ਠੀਕ ਹੈ ਯੂਨੀਵਰਸਿਟੀ, ਤਾਂ ਅਸੀਂ ਜਦੋਂ ਗਏ ਤਾਂ ਬੇਬੇ ਹੋਰਾਂ ਨੇ ਜਾਣ ਸਾਰ ਮੈਨੂੰ ਪੁੱਛਿਆ ਕਿ ਤੂੰ ਕੀ ਕੰਮ ਕਰਦਾ ਹੈ, ਗਾਉਣਾ ਹੈ? ਮੈਂ ਕਿਹਾ ਜੀ ਹਾਂ ਥੋੜ੍ਹਾ ਬਹੁਤਾ ਗਾ ਲਿਆ। ਕਹਿੰਦੇ ਸੁਣਾ ਕੁਛ। ਠੀਕ ਹੈ। ਤਾਂ ਮੈਂ ਉੱਥੇ ਫਿਰ ਉਹ ਸਾਈਂ ਜ਼ਹੂਰ ਸਾਹਿਬ ਦਾ ਗੀਤ ਉਹਨਾਂ ਦੇ ਨਾਲ 'ਚ ਮੈਨੂੰ ਕਾਫੀ ਚੜਿਆ ਹੋਇਆ ਸੀ, ਅੱਲਾਹੂ ਹਾਂ, ਅੱਲਾਹੂ ਥੋੜ੍ਹਾ ਜਿਹਾ ਹੱਸਣਾ ਦੇਣਾ, ਪਹਿਲਾਂ ਗੱਲ ਪੂਰੀ ਕਰ ਲਾਂ। ਠੀਕ ਹੈ। ਤਾਂ ਉਹ ਗੀਤ ਫਿਰ ਮੈਂ ਉੱਥੇ 3-4 ਘੰਟੇ ਗਾਉਂਦਾ ਰਿਹਾ। ਅੱਛਾ। ਨਾਲ ਸਾਡੇ ਇੱਕ ਬਿੰਦਰ ਢੋਲਕੀ ਵਾਲਾ ਸੀ, ਉੱਥੇ ਕੁਟੀਆ 'ਚ ਸੇਵਾਦਾਰ ਸੀ, ਤਾਂ ਉਹ ਗਾਉਂਦਾ ਰਿਹਾ, ਵਜਾਉਂਦਾ ਰਿਹਾ ਨਾਲ। ਤਾਂ ਉੱਥੋਂ ਫਿਰ ਜਦੋਂ ਮੈਂ 3-4 ਘੰਟੇ ਉੱਥੇ ਰਿਹਾ, ਤਾਂ ਹਾਲਾਂਕਿ ਅਸੀਂ ਵਾਪਸ ਆ ਗਏ ਯੂਨੀਵਰਸਿਟੀ, ਪਰ ਉਸ ਰਾਤ ਸੱਚ ਜਾਣਾ ਤੁਸੀਂ, ਮੈਨੂੰ ਨੀਂਦ ਨਹੀਂ ਆਈ। ਅੱਛਾ। ਉਹ ਬੇਬੇ ਹੋਰਾਂ ਦਾ ਲਾਈਫ ਸਟਾਈਲ ਦੇਖ ਕੇ, ਉੱਥੇ ਕੁਟੀਆ ਦਾ ਐਟਮੋਸਫੀਅਰ ਦੇਖ ਕੇ, ਸਾਰਾ ਇੰਝ ਲੱਗਿਆ ਕਿ ਯਾਰ ਇਹ ਕਿਹੜੀ ਜ਼ਿੰਦਗੀ ਹੈ। ਠੀਕ ਹੈ। ਕਿ ਇੱਕ ਜ਼ਿੰਦਗੀ ਦਾ ਅਸੀਂ ਜਿਉਂ ਰਹੇ ਹਾਂ, ਇੱਕ ਇਹ ਜ਼ਿੰਦਗੀ ਹੈ, ਐਸਾ ਹਸਮੁੱਖ ਚਿਹਰਾ, ਬੇਪਰਵਾਹ ਚਿਹਰਾ, ਲਾਪਰਵਾਹ ਨਹੀਂ, ਬੇਪਰਵਾਹ ਚਿਹਰਾ, ਬੇਪਰਵਾਹ ਚਿਹਰਾ, ਯਾਰ ਕਿੰਨਾ ਨੂਰ ਆ ਚਿਹਰੇ 'ਤੇ, ਇਹੋ ਜਿਹਾ ਇਹ ਲੋਕ ਕੀ ਕਰਦੇ ਆ? ਠੀਕ ਹੈ। ਤਾਂ ਇਹੀ ਸਵਾਲ ਲੈ ਕੇ ਮੈਂ ਅਗਲੇ ਦਿਨ ਮੈਂ ਡਿਪਾਰਟਮੈਂਟ ਨਹੀਂ ਗਿਆ, ਮੈਂ ਫਿਰ ਕੁਟੀਆ ਜਾ ਵੜਿਆ। ਅੱਛਾ। ਮੈਂ ਮਲੇਰਕੋਟਲੇ ਵਾਲੀ ਬੱਸ ਫੜੀ, ਤਾਂ ਉੱਥੋਂ ਨਾਲ ਹੀ ਪਿੰਡ ਆ ਇਹ 10 ਕਿਲੋਮੀਟਰ ਫਲੌਣ ਕਲਾਂ। ਠੀਕ ਹੈ। ਤਾਂ ਮੈਂ ਉੱਥੇ ਚਲਾ ਗਿਆ, ਫਿਰ ਬੇਬੇ ਫਿਰ ਹੱਸ ਕੇ ਕਹਿੰਦੀ ਫਿਰ ਆ ਗਿਆ। ਹਾਂਜੀ। ਤਾਂ ਉਹੀ ਵੀਰੇ ਬਸ 10-15 ਦਿਨ ਉਹ ਚੱਲਦਾ ਰਿਹਾ। ਠੀਕ ਹੈ। ਤੁਸੀਂ ਮੰਨ ਲਓ ਕਿ 19 ਦਸੰਬਰ ਤੋਂ 1 ਜਨਵਰੀ ਨੂੰ ਮੇਰਾ ਜਨਮ ਦਿਨ ਹੈ। ਠੀਕ ਹੈ। ਤਾਂ ਉਦੋਂ ਤੱਕ ਮੈਂ ਮੇਰੇ ਖਿਆਲ 'ਚ 8-9 ਗੇੜੇ ਲਾਤੇ। ਠੀਕ ਹੈ। ਤਾਂ 1 ਜਨਵਰੀ ਨੂੰ ਫਿਰ ਉੱਥੇ ਸਤਸੰਗ ਰੱਖ ਲਿਆ, ਬੇਬੇ ਹੋਰਾਂ ਨੇ ਚੱਲ ਤੇਰਾ ਜਨਮ ਦਿਨ ਹੈ ਵੀ ਆਈ, ਆਪਾਂ ਥੋੜ੍ਹੀ ਸੰਗਤ ਵੀ ਬੁਲਾ ਲਾਂਗੇ ਅਤੇ ਆਪਾਂ ਕਲਾਸ ਕਰ ਲਾਂਗੇ, ਲੈ ਲਾਂਗੇ। ਠੀਕ ਹੈ। ਤਾਂ ਬਸ ਉਸ ਤੋਂ ਬਾਅਦ ਫਿਰ ਜਗ੍ਹਾ ਨਾਲ ਪਿਆਰ, ਬੇਬੇ ਨਾਲ ਪਿਆਰ, ਉਹਦੇ ਖਿਆਲਾਂ ਨਾਲ, ਵਿਚਾਰਾਂ ਨਾਲ ਪਿਆਰ ਵੱਧਦਾ ਗਿਆ। ਠੀਕ ਹੈ। ਤਾਂ ਫਿਰ ਅਖੀਰ 'ਤੇ ਆ ਕੇ 2011 ਦੀਆਂ ਛੁੱਟੀਆਂ ਜਿਹੜੀਆਂ ਆਪਣੀ ਯੂਨੀਵਰਸਿਟੀ 'ਚ ਮਈ ਜੂਨ ਦੀਆਂ। ਠੀਕ ਹੈ। ਤਾਂ ਉਦੋਂ ਫਿਰ ਮੈਂ ਉੱਥੇ ਰਹਿਣਾ ਸ਼ੁਰੂ ਕਰਤਾ, ਛੁੱਟੀਆਂ ਤੋਂ ਬਾਅਦ ਫਿਰ ਮੇਰਾ ਵੀ ਜੀ ਨਹੀਂ ਕੀਤਾ ਜਾਣ ਨੂੰ, ਬੇਬੇ ਦਾ ਵੀ ਘੱਲਣ ਨੂੰ ਜੀ ਨਹੀਂ ਕੀਤਾ। ਠੀਕ ਹੈ। ਤਾਂ ਫਿਰ ਮੈਂ ਨੌਕਰੀ ਛੱਡ ਕੇ ਬਸ ਉੱਥੇ ਰਹਿਣ ਲੱਗ ਗਿਆ, ਤਾਂ ਉੱਥੋਂ ਦੀਆਂ ਕਲਾਸਾਂ, ਉੱਥੋਂ ਦੀ ਵਾਈਬ੍ਰੇਸ਼ਨ, ਬੇਬੇ ਹੋਰਾਂ ਦੀਆਂ ਗੱਲਾਂ ਬਾਤਾਂ ਸਾਰੀਆਂ, ਫਿਰ ਉਹਨਾਂ ਦਾ ਅਸਰ ਹੌਲੀ ਹੌਲੀ ਮੈਲੇ, ਚਲੋ ਅੱਜ ਵੀ ਖੈਰ ਬਹੁਤ ਹੈ। ਠੀਕ ਹੈ। ਪਰ ਜਿਹੜਾ ਪਰ ਯਾਨੀ ਕਾਫੀ ਮੈਲ ਬੇਬੇ ਹੋਰਾਂ ਨੇ ਆਪਣੇ ਯਾਨੀ ਉੱਥੇ ਲਾਈ ਆਪਣੇ ਵਿਚਾਰਾਂ ਰਾਹੀਂ, ਤਾਂ ਹੌਲੀ ਹੌਲੀ ਬਸ ਕੰਮ ਕਰ ਰਹੇ ਹਾਂ। ਠੀਕ ਹੈ।
ਸੋ ਬਿਲਕੁਲ ਕਮਰ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਨੌਕਰੀ ਮਿਲ ਗਈ ਸੀ, ਸੋ ਤੁਸੀਂ ਮਿਊਜ਼ਿਕ ਡਿਪਾਰਟਮੈਂਟ ਤੋਂ MA ਕਰੀ ਅਤੇ ਫਿਰ ਰੈਪੀਟਰੀ ਡਿਪਾਰਟਮੈਂਟ ਦੇ ਵਿੱਚ ਤੁਹਾਨੂੰ ਨੌਕਰੀ ਮਿਲੀ। ਸੋ ਉਸ ਤੋਂ ਬਾਅਦ ਫਿਰ ਤੁਹਾਡਾ ਇਹ ਸਫ਼ਰ ਹੋਇਆ ਇੱਧਰ ਦਾ ਸ਼ੁਰੂ, ਪਰ ਉਸ ਤੋਂ ਪਹਿਲਾਂ ਜਿਹੜੀ ਕਮਰ ਦੀ ਇੱਕ ਮਿਹਨਤ ਖੜ੍ਹੀ ਆ 10 ਸਾਲਾਂ ਦਾ ਜਿਹੜਾ ਰਿਆਜ਼ ਖੜ੍ਹਾ ਹੈਗਾ, ਸੋ ਜਿਨ੍ਹਾਂ ਨੂੰ ਅਸੀਂ ਖੁਦ ਸਾਹਮਣੇ ਦੇਖਿਆ ਹੁੰਦਾ ਦੇਖਿਆ, ਸੋ ਤੁਹਾਡਾ ਹਰ ਪੂਰਾ ਪੂਰਾ ਦਿਨ ਹਾਰਮੋਨੀਅਮ 'ਤੇ ਨਿਕਲ ਜਾਣਾ, ਉਹ ਸਟਰਗਲ ਦੇ ਦਿਨਾਂ ਦੀ ਵੀ ਥੋੜ੍ਹੀ ਕੋਈ ਯਾਦ ਜ਼ਰੂਰ ਸਾਂਝੀ ਕਰੋ। ਛੇਵੀਂ ਕਲਾਸ 'ਚ ਇੱਕ ਦਿਨ ਮੇਰਾ ਕਮਰੇ 'ਚ ਕੁੰਡੀ ਲਾ ਕੇ ਡੈਕ ਲਾ ਕੇ ਨੱਚਣਾ ਨੱਚਣਾ ਰੋਜ਼ ਹੀ ਚੱਲਦਾ ਸੀ, ਪਰ ਥੋੜ੍ਹਾ ਐਂ ਸੀ ਵੀ ਜੱਟ ਪਰਿਵਾਰ, ਖੇਤੀਬਾੜੀ ਵਾਲਾ ਪਰਿਵਾਰ ਸੀ, ਸੰਗ ਵੀ ਲੱਗਦੀ ਸੀ। ਤਾਂ ਇੱਕ ਦਿਨ ਪਾਪੇ ਹੋਰਾਂ ਨੇ ਮੈਨੂੰ ਕਿਸੇ ਵਿਰਲ ਥਾਈਓਂ ਦੇਖ ਲਿਆ, ਛੇਵੀਂ ਦੀ ਗੱਲ ਹੈ। ਤਾਂ ਸ਼ਾਮ ਨੂੰ ਜਦੋਂ ਅਸੀਂ ਚੌਂਦਰੇ 'ਤੇ, ਮਾਂ ਮੇਰੀ ਰੋਟੀਆਂ ਲਾਈ ਜਾਵੇ, ਤਾਂ ਪਾਪਾ ਜੀ ਹੁਣੀ ਬੈਠੇ, ਤਾਂ ਮੈਨੂੰ ਕਹਿੰਦੇ ਕਮਰਪਾਲ ਸਿਆਂ, ਜੇ ਗਾਉਣਾ ਹੈ ਤਾਂ ਗਾ, ਪਰ ਸਿੱਖ ਕੇ ਗਾ। ਤਾਂ ਆਪਾਂ ਉਸ ਵੇਲੇ ਹੀ ਡਿਮਾਂਡਾਂ ਰੱਖਤੀਆਂ ਅਤੇ ਜੁਬਾਈ ਦੋ, ਮੈਂ ਪਾਪਾ ਸਿੱਖਣ ਤਾਂ ਲੱਗ ਜੂ, ਪਰ ਪਹਿਲਾਂ ਇੱਕ ਮੈਨੂੰ ਰੇਂਜਰ ਸਾਈਕਲ ਲਿਆ ਕੇ ਦੇ ਉਸੇ ਦੇ ਹੈਂਡਲਾਂ ਵਾਲਾ, ਅਤੇ ਇੱਕ ਲਿਆ ਕੇ ਦੇ ਮੈਨੂੰ ਵਾਜਾ। ਤਾਂ ਪਾਪਾ ਜੀ ਹੋਰਾਂ ਨੇ ਅਗਲੇ ਦਿਨ ਹੀ ਸੁੱਖ ਨਾਲ ਮੈਨੂੰ ਲਿਆਤੇ ਦੋਨੇ ਉਹ। ਫਿਰ ਮੈਂ ਪਿੰਡੋਂ ਹੀ ਬਰੇਅਰ ਉੱਥੋਂ ਸਿੱਖਣਾ ਸ਼ੁਰੂ ਕੀਤਾ। ਸਾਡੇ ਮੇਰੇ ਪਹਿਲੇ ਉਸਤਾਦ ਨੇ ਸਰਦਾਰ ਗੁਰਜੰਟ ਸਿੰਘ ਜੀ ਕਲਿਆਣ, ਆਪਣੇ ਨਾਲ ਹੀ ਮੇਰੇ ਵਾਲਾ ਮਹਿਮਾ ਸਵਾਈ ਹੈ, ਉਹਨਾਂ ਦਾ ਮਹਿਮਾ ਸਰਜਾ। ਤਾਂ ਫਿਰ ਮੈਂ ਉੱਥੋਂ ਸਾਈਕਲ 'ਤੇ 2 ਕਿਲੋਮੀਟਰ ਮੈਨੂੰ ਪੈਂਦਾ ਸੀ, ਮਗਰ ਫਿਰ ਮੈਂ ਵਾਜਾ ਰੱਖ ਲੈਣਾ ਪਿਛਲੀ ਕਾਠੀ 'ਤੇ, ਤਾਂ ਫਿਰ ਮੈਂ ਉਹਨਾਂ ਕੋਲ ਜਾਣਾ। ਬਸ ਇਸ ਤਰ੍ਹਾਂ ਫਿਰ ਉੱਥੋਂ ਸ਼ੁਰੂਆਤ ਹੋਈ ਹੈ। ਤਾਂ ਹੌਲੀ ਹੌਲੀ ਫਿਰ ਜਾਗ ਲੱਗਦਾ ਗਿਆ, 9ਵੀਂ 10ਵੀਂ 'ਚ ਫਿਰ ਮੈਂ ਗੋਨਿਆਣੇ ਮੰਡੀ ਆ ਗਿਆ, ਉੱਥੇ ਸਾਡੇ ਰਵੀ ਸ਼ਰਮਾ ਸਰ ਹੁੰਦੇ ਸੀ, ਉਹ ਮੈਨੂੰ ਸਿਖਾਉਂਦੇ ਰਹੇ। ਫਿਰ BA ਮੈਂ ਕੋਟਕਪੂਰੇ ਚਲਾ ਗਿਆ ਕਰਨ, ਸ਼ਹੀਦ ਭਗਤ ਸਿੰਘ ਕਾਲਜ 'ਚ, ਉੱਥੇ ਫਿਰ ਮੈਂ ਸਬਜੈਕਟ ਰੱਖ ਲਿਆ ਮਿਊਜ਼ਿਕ ਦਾ। ਹਾਂ, ਫਿਰ 3 ਸਾਲ ਉੱਥੇ ਸਾਡੇ ਮੈਡਮ ਬੜਾ ਪਿਆਰ ਕਰਦੇ ਆ ਹੁਣ ਵੀ ਮੈਨੂੰ, ਮੈਡਮ ਅਰੁਣ ਅਰੁਣਦੇਵ, ਤਾਂ ਉਹਨਾਂ ਨੇ 3 ਸਾਲ ਮੈਨੂੰ ਆਪਣੇ ਪੁੱਤਾਂ ਵਾਂਗੂ ਸਿਖਾਇਆ। ਤਾਂ ਫਿਰ ਹੌਲੀ ਹੌਲੀ ਬਸ ਲਗਨ ਵੱਧਦੀ ਗਈ, ਤਾਂ ਫਿਰ ਮੈਂ ਯੂਨੀਵਰਸਿਟੀ ਆ ਗਿਆ ਜਿੱਥੇ ਆਪਣੇ ਮੇਲੇ ਹੋਏ। ਤਾਂ ਉੱਥੇ ਫਿਰ MA ਤਾਂ ਚਲੋ ਮਾਸਟਰ ਤਾਂ ਸਾਰੀ ਮੇਰੀ ਸੀ ਮਿਊਜ਼ਿਕ ਦੀ, ਤਾਂ ਉੱਥੇ ਵੀ ਬਹੁਤ ਸਤਿਕਾਰ ਸਾਡੇ ਸਾਰੇ ਟੀਚਰਾਂ ਦਾ, ਮੈਡਮ ਨਿਵੇਦਤਾ ਜੀ, ਸਾਡੇ ਗਿੱਲ ਸਾਹਿਬ, ਯਸ਼ਪਾਲ ਸਰ ਜੀ, ਗੁਰਨਾਮ ਸਰ ਜੀ, ਅਲੀ ਅਕਬਰ ਸਾਹਿਬ, ਸੋ ਸਾਰੇ ਉਸਤਾਦਾਂ ਨੇ ਸਿਖਾਇਆ। ਬਸ ਉਹ ਨਾਲ ਨਾਲ ਠੀਕ ਆ ਕਿ ਕਦੇ ਇੱਦਾਂ ਨਹੀਂ ਲੱਗਿਆ ਕਿ ਬਹੁਤ ਜ਼ਿਆਦਾ ਔਖਾ ਹੋ ਕੇ ਹੋ ਰਿਹਾ, ਨਹੀਂ, ਮਾਲਕ ਨੇ ਉਹ ਜ਼ਰੀਏ ਬਣਾਉਂਦਾ ਰਿਹਾ, ਅਤੇ ਟਾਈਮ ਟਾਈਮ 'ਤੇ ਉਸਤਾਦ ਲੋਕ ਮਿਲਦੇ ਰਹੇ, ਇਸ ਕਰਕੇ ਲੱਗਾ ਹੀ ਨਹੀਂ ਕਦੇ ਕਿ ਕਦੇ ਕੋਈ ਔਖਾ ਜਿਹਾ ਹੋ ਕੇ ਕੋਈ ਵਿਧ ਬਣੀ, ਸਾਰੀਆਂ ਮਾਲਕ ਬੜੀ ਸੌਖੀਆਂ ਬਣਾਉਂਦਾ ਰਿਹਾ। ਸੋ ਬਿਲਕੁਲ, ਕਿੰਨੇ ਸਹਿਜ ਦੇ ਨਾਲ ਅਤੇ ਕਿੰਨੇ ਕੁਦਰਤੀ ਤਰੀਕੇ ਦੇ ਨਾਲ ਸ਼ੁਰੂਆਤ ਕਮਰ ਗਰੇਵਾਲ ਦੀ ਹੋਈ। ਸੋ ਪਿੰਡ ਤੋਂ ਹੋਈ, ਫਿਰ ਸਕੂਲ ਦੇ ਵਿੱਚ, ਫਿਰ ਕਾਲਜ ਦੇ ਵਿੱਚ, ਫਿਰ ਯੂਨੀਵਰਸਿਟੀ ਦੇ ਵਿੱਚ, ਭਾਵ ਕਿ ਜਿਹੜਾ ਲੋਹਾ ਜਿਹੜਾ ਸੋਨਾ ਤਪਿਆ, ਸੋ ਤਪ ਕੇ ਜਿਹਨੇ ਇੱਕ ਸ਼ੇਪ ਲਈ, ਸੋ ਉਹ ਬੜੇ ਸਹਿਜ ਰੂਪ ਦੇ ਵਿੱਚ ਆਇਆ। ਕੋਈ ਇਸ ਤਰ੍ਹਾਂ ਨਹੀਂ ਹੈ ਕਿ ਓਵਰ ਦੀ ਨਾਈਟ ਸਟਾਰ, ਉਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ। ਸੋ ਫਿਰ ਜਦੋਂ ਕਮਰ ਉੱਥੇ ਪਹੁੰਚੇ ਤੁਸੀਂ ਮਾਤਾ ਜੀ ਕੋਲ, ਸੋ ਉਦੋਂ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ, ਸੋ ਜਿਹੜੇ ਤੁਸੀਂ ਜਿਹੜੇ ਮਸਤਾਂ ਦੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਨਾਂ ਚੱਲਦਾ, ਉੱਥੇ ਜਾ ਕੇ ਵੀ ਗਾਇਆ, ਸੋ ਉਹਦੀ ਗੱਲ ਵੀ ਮੈਂ ਥੋੜ੍ਹੀ ਕਰਨੀ ਚਾਹੁੰਦਾ ਗਾ। ਸੋ ਸੂਫੀਜ਼ਮ ਦਾ ਤਾਂ ਨਾਂ ਬਹੁਤ ਵੱਡਾ ਬਾਬੇ ਫਰੀਦ ਹੋਰਾਂ ਤੋਂ ਸ਼ੁਰੂ ਹੋਈ, ਸੋ ਇਹ ਥੋੜ੍ਹਾ ਜਿਹਾ ਜੇ ਹੁਣ ਮੈਨੂੰ ਕਹਿਣਾ ਪਊਗਾ ਕਿ ਚਾਈਨਾ ਮੇਡ ਤਰ੍ਹਾਂ ਦੇ ਜਿਹੜੇ ਉਹ ਬਣੇ ਹੋਏ ਨੇ ਸਾਰੇ ਜਿਹੜੇ ਡੇਰੇ ਜਾਂ ਹੋਰ, ਸੋ ਉਹਨਾਂ ਦੇ ਨਾਲ ਉਹ ਤੁਹਾਡਾ ਨਾਂ ਜੁੜਿਆ ਜਾਂ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋਈ, ਸੋ ਉਹ ਕਿਸ ਤਰ੍ਹਾਂ ਦਾ ਸਬੱਬ ਰਿਹਾ? ਤੇਜੂ ਬਾਈ, ਜਦੋਂ 2013 'ਚ ਮੈਂ ਗਾਇਆ ਸ਼ੁਰੂ ਕੀਤਾ ਤਾਂ ਸਟੇਜਾਂ 'ਤੇ ਗਾਉਣਾ ਜੀ, ਤਾਂ ਇਹ ਵਿਧ ਕਿੱਥੋਂ ਚੱਲੀ ਸੀ? ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਬੇਬੇ ਹੋਣੀ ਦੀਵਾਨ ਲਈ ਕਿਸੇ ਗੁਰਦੁਆਰਾ ਸਾਹਿਬ ਜਾਂਦੇ ਸੀ ਜੀ, ਤਾਂ ਉਹ ਜਦੋਂ ਮੈਂ ਰਹਿਣਾ ਸ਼ੁਰੂ ਕੀਤਾ ਕੁਟੀਆ, ਤਾਂ ਮੈਨੂੰ ਨਾਲ ਲਿਜਾਣ ਲੱਗ ਗਏ ਕਿ ਤੂੰ ਨਾਲ ਮੇਰੇ ਹਾਰਮੋਨੀਅਮ ਵਜਾਇਆ ਕਰ, ਤਾਂ ਹੌਲੀ ਹੌਲੀ ਮੈਨੂੰ ਮਾਈਕ ਮਿਲ ਗਿਆ, ਚੱਲ ਨਾਲ ਗਾ ਵੀ ਲਿਆ ਕਰ, ਤਾਂ ਉਹ ਗਾਉਣਾ ਸ਼ੁਰੂ ਕਰਤਾ। ਉਸ ਤੋਂ ਬਾਅਦ ਕੁਟੀਆ ਕਲਾਸ ਲੱਗਦੀ ਸੀ, ਤਾਂ ਬੇਬੇ ਹੋਣੀ ਉੱਥੇ ਕਹਿ ਦੇਣਾ ਚੱਲ ਪੁੱਤ ਕੁਛ ਸੁਣਾ ਜੀ, ਤਾਂ ਨਾਲ ਮੁੰਡਾ ਇੱਕ ਢੋਲਕ ਵਾਲਾ ਹੁੰਦਾ, ਵਾਜਾ ਹੁੰਦਾ, ਤਾਂ ਜਦੋਂ ਗਾਉਣਾ ਤਾਂ ਫਿਰ ਸੰਗਤ ਨੇ ਬਹੁਤ ਉਹ ਕਰਨਾ ਕਿ ਬੇਬੇ ਵੀ ਆ ਤੇਰੇ ਕੋਲ ਜਿਹੜਾ ਮੁੰਡਾ ਯੂਨੀਵਰਸਿਟੀ ਆਇਆ ਵੀ ਵਧੀਆ ਗਾਉਂਦਾ ਹੈ, ਸਾਨੂੰ ਚੰਗਾ ਲੱਗਦਾ। ਤਾਂ ਉਹ ਫਿਰ ਆਈ ਸੰਗਤ ਕਦੇ ਮੈਨੂੰ ਗਾਉਣ ਵਾਸਤੇ ਬੁਲਾ ਲੈਣਾ ਕਿਤੇ ਵੀ, ਸਾਡੇ ਭੇਜ ਦਿਓ, ਸਾਡੇ ਕੋਈ ਸਾਫ਼ ਸੁਥਰਾ ਜਿਹਾ ਪ੍ਰੋਗਰਾਮ ਵੀ, ਉੱਥੇ 2 ਗੀਤ ਗਾਜੂਗਾ। ਉਹ ਗਾਉਂਦਿਆਂ ਗਾਉਂਦਿਆਂ ਬਸ ਪਹਿਲਾਂ 50 ਲੋਕ ਸੁਣਦੇ ਸੀ, ਫਿਰ 100 ਹੋ ਗਏ, 500 ਹੋ ਗਏ, 1000 ਹੋ ਗਏ, ਤਾਂ ਉਸ ਤੋਂ ਬਾਅਦ ਫਿਰ ਮੈਨੂੰ ਪੈਸੇ ਦੇ ਕੇ ਲੋਕ ਸੱਦਣ ਲੱਗ ਗਏ। ਜਿਵੇਂ ਮੇਰੇ ਯਾਦ ਆ ਪਹਿਲਾ ਪ੍ਰੋਗਰਾਮ ਅਸੀਂ 21,000 ਰੁਪਇਆ ਲਿਆ, ਲਿਆ ਨਹੀਂ ਉਹਨਾਂ ਨੇ ਦੇਤਾ, ਉਦੋਂ ਵੀ ਮੈਂ ਰੋਪੜ, ਮੇਰੇ ਯਾਦ ਆਇਆ ਕਿਸੇ, ਮੈਂ ਹਰਜਿੰਦਰ ਦੀ ਗੱਲ ਜ਼ਰੂਰ ਕਰਨੀ ਚਾਹੂੰਗਾ, ਉਹ ਵੀ ਨਾਲ ਹੀ ਸੀ ਤੁਹਾਡੇ? ਸਾਡੀ ਨਾਲ ਸੀ ਉਹ ਕੀ ਸ਼ੁਰੂ ਕਿੱਥੋਂ ਹੋਇਆ? ਤਾਂ ਰੋਪੜ ਬੇਬੇ ਹੋਰਾਂ ਦਾ ਸਤਸੰਗ ਸੀ, ਤਾਂ ਉੱਥੇ ਬੇਬੇ ਹੋਰਾਂ ਨੇ ਨਾਲ ਮੈਨੂੰ ਪਹਿਲਾਂ ਉਹਨਾਂ ਨੇ ਆਪਣੀ ਗੱਲਬਾਤ ਕਰਕੇ ਸੰਗਤ ਨਾਲ ਮੈਨੂੰ ਕਹਿੰਦੇ ਕੁਛ ਸੁਣਾ ਦੇ, ਮੈਂ ਗਾਉਣ ਲੱਗ ਗਿਆ। ਤਾਂ ਉੱਥੇ ਇੱਕ ਸੱਜਣ ਸੰਗਤ ਦੇ ਵਿੱਚ ਹੀ ਬੈਠਾ ਸੀ, ਤਾਂ ਜਦੋਂ ਮੈਂ ਗਾਇਆ ਤਾਂ ਉਹ ਜਦੋਂ ਅਸੀਂ ਆਪਣਾ ਸਤਸੰਗ ਤੋਂ ਬਾਅਦ ਕਾਰ ਵੱਲ ਜਾ ਰਹੇ ਸੀ, ਤਾਂ
ਇੱਕ ਵੀਰ ਆਇਆ ਕਹਿੰਦਾ ਯਾਰ ਸਾਡੇ ਨਾ ਇੱਥੇ ਰੋਪੜ ਬੇਲਾ ਚੌਂਕ 'ਚ ਇੱਕ ਪ੍ਰੋਗਰਾਮ ਹੈ, ਵੀ ਆਹ ਲੈ 21,000 ਰੁਪਈਆ, ਸਾਊਂਡ ਇੱਥੇ ਲੱਗੀ ਹੋਊਗੀ, ਵੀ ਤੂੰ ਆਹ ਪਰਨੇ ਵਾਲੇ ਨੂੰ ਲਿਆਈ। ਹਾਂਜੀ ਤਾਂ ਲਾਡੀ ਨੂੰ ਬੜਾ ਚਾਅ ਚੜਿਆ ਹਾਂਜੀ ਕਿ ਯਾਰ 21,000 ਰੁਪਈਆ, ਹਾਂਜੀ ਵੀ ਪ੍ਰੋਗਰਾਮ ਬੁੱਕ ਹੋ ਗਿਆ। ਤਾਂ ਉੱਥੋਂ ਸ਼ੁਰੂਆਤ ਹੋ ਗਈ। ਠੀਕ ਆ। ਤਾਂ ਅਸੀਂ ਮੈਂ ਪਹਿਲੀ ਵਾਰੀ ਉਦੋਂ ਪੈਸੇ ਲੈ ਕੇ ਸਟੇਜ 'ਤੇ ਗਾਇਆ। ਜੀ ਤਾਂ ਉਹ ਜਦੋਂ ਮੈਂ ਉਤਰਿਆ ਉੱਥੋਂ, ਤਾਂ 5 ਪ੍ਰੋਗਰਾਮ ਯਕੀਨ ਕਰਿਓ ਤੁਸੀਂ ਬੈਕ ਸਟੇਜ ਬੁੱਕ ਹੋ ਗਏ। ਅੱਛਾ ਜੀ। ਹਾਂ, ਉੱਥੇ ਜਿਵੇਂ ਉੱਧਰਲੇ ਏਰੀਆ 'ਚ ਨਾ, ਇੱਧਰ ਮਾਝ ਦੁਆਬੇ ਨਹੀਂ, ਮੇਲਿਆਂ ਦਾ ਬੜਾ ਰੁਝਾਨ ਹੈ। ਠੀਕ ਆ। ਜਿਵੇਂ ਵੱਖ ਵੱਖ ਦਰਗਾਹਾਂ 'ਤੇ ਮੇਲੇ ਲੱਗਦੇ ਹੈ, ਜਾਂ ਹੋਰ ਮੰਦਰਾਂ 'ਚ, ਜਾਂ ਕੋਈ ਹੋਰ ਵੀ ਸ਼ਰਧਾਲੂ ਜੋ 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 ਆਪਦੀ ਵਿੱਥ ਜਿਨ੍ਹਾਂ ਨੂੰ ਚੰਗੀ ਲੱਗਦੀ। ਠੀਕ ਆ। ਤਾਂ ਉਹ ਮੇਲਿਆਂ ਦਾ ਰੁਝਾਨ ਬਹੁਤ ਵੱਧ ਗਿਆ। ਤਾਂ ਪਰ ਉਹਦੀ ਸ਼ੁਰੂਆਤ ਹੋਈ ਦਰਗਾਹਾਂ ਤੋਂ। ਠੀਕ ਆ। ਕਿਉਂਕਿ ਇਹ ਭੇਜਦੇ ਤੁਹਾਡੇ NRI ਹੋਈ ਹੈ, ਹਾਂਜੀ, ਇੱਧਰੋਂ ਪੈਸੇ ਭੇਜ ਦਿੰਦੇ ਆ, ਜਿਹਨੂੰ ਕਮਰ ਗਰੇਵਾਲ ਚੰਗਾ ਲੱਗਦਾ, ਭਾਈ ਆਹ ਲਓ 2 ਲੱਖ, ਹਾਂਜੀ, ਕਮਰ ਗਰੇਵਾਲ ਲਵਾ ਲਿਓ, ਮੇਰੇ ਵੱਲੋਂ ਸੇਵਾ। ਉਹ ਮੇਲੇ ਚੱਲ ਪਏ। ਠੀਕ ਆ। ਤਾਂ ਉੱਥੋਂ ਫਿਰ ਇਹ ਸਾਰਾ ਰੁਝਾਨ ਚੱਲਿਆ। ਠੀਕ ਆ। ਤਾਂ ਹੁਣ ਮੈਂ ਤਾਂ ਹੁਣ ਸ਼ੁਰੂ ਤੋਂ, ਜਦੋਂ ਛੋਟੇ ਹੁੰਦੇ ਪਿੰਡ ਰਹਿੰਦਾ ਸੀ ਮੈਂ, ਤਾਂ ਉਦੋਂ ਮੈਂ ਤਾਂ ਗੁਰਦੁਆਰੇ ਹੀ ਗਿਆ ਸੀ। ਠੀਕ ਹੈ ਜੀ। ਤਾਂ ਉਹ ਫਿਰ ਸਾਰਾ, ਮੈਂ ਮੇਰੇ ਖਿਆਲ 'ਚ ਹੁਣ 3 ਸਾਲ ਹੋ ਗਏ ਮੈਨੂੰ ਗਾਉਂਦੇ ਨੂੰ, ਤਾਂ ਫਿਰ ਸਾਰਾ ਪੰਜਾਬ ਬੜੀ ਬਰੀਕੀ ਨਾਲ ਘੁੰਮਿਆ। ਠੀਕ ਕਿਉਂਕਿ ਹੁਣ ਮੈਂ ਪੰਜਾਬ ਦੀ ਮੇਰੇ ਖਿਆਲ 'ਚ ਪਿੰਡ ਪਿੰਡ ਨਹੀਂ ਗਲੀ ਗਲੀ 'ਚ ਗਾਇਆ ਹੈ। ਠੀਕ ਆ। ਤਾਂ ਜਿਹੜੇ ਵੀ ਪਿਆਰ ਕਰਨ ਵਾਲੇ ਆ, ਤਾਂ ਉਹ ਸਾਰਿਆਂ ਨੇ ਮੈਨੂੰ ਬੜੇ ਪਿਆਰ ਨਾਲ ਸੁਣਿਆ, ਬੜੇ ਪਿਆਰ ਨਾਲ ਗਵਾਇਆ। ਤਾਂ ਬਸ ਹੁਣ ਪ੍ਰੋਬਲਮ ਇਹੀ ਹੈ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਮਸਤਾਂ ਵਾਲੀ ਬਾਤ। ਮਸਤ ਸਾਡੀ ਸੋਚ 'ਚ ਪਿਆ ਹੈ ਨਾ। ਹੁਣ ਜੇ ਮੈਂ ਗੁਰਤੇਜ ਸਿੰਘ ਸਮਰੇ ਨੂੰ ਪੁੱਛਾਂ ਮਸਤ ਕੌਣ ਹੈ, ਤਾਂ ਪਹਿਲੀ ਚੱਟੇ ਕਹਿ ਦੂਗਾ ਕਿ ਗੁਰੂ ਨਾਨਕ ਮਸਤ ਹੈ ਜੀ। ਭਾਈ ਵੀਰ ਸਿੰਘ ਲੈਦੇ ਹੋਸਾਂ ਨਾਲੋਂ ਮਸਤੀ ਚੰਗੀ ਜਿਹੜੀ ਰੱਖਦੀ ਸਦਾ ਟਿਕਾਣਾ। ਉਹੀ ਮੇਰੇ ਵਰਗਾ ਕੋਈ ਖਰਾਬ ਖਿਆਲ ਵਾਲਾ ਬੰਦਾ ਜੇ ਮੈਂ ਪੁੱਛਾਂ ਕਿ ਭਾਈ ਮਸਤ ਕੌਣ ਹੈ, ਉਹ ਆਖੂਗਾ ਜਿਹਦੇ ਹੱਥ 'ਚ ਐਡੀ ਚਲਮ ਫੜੀ ਹੈ ਜੀ। ਤਾਂ ਹੁਣ ਇਹ ਹੁਣ ਸਾਡੇ 'ਤੇ ਹੈ, ਮੈਂ ਕਿਹਾ ਚਾਈਨਾ ਮੇਡ ਮਸਤ ਹੈ ਜਿਹੜੀ, ਸਾਡੀਆਂ ਸਾਡੀ ਦੇਖਣੀ 'ਤੇ ਹੈ, ਸਾਡੇ ਭਾਵ 'ਤੇ ਹੈ, ਸਾਡੇ ਸਾਡੇ ਮਹਿਸੂਸ ਕਰਨ 'ਤੇ ਖੜਾ ਹੈ ਕਿ ਯਾਰ ਮਸਤ ਕੌਣ ਹੈ। ਮਸਤ ਲਫ਼ਜ਼ ਬੜਾ ਵੱਡਾ ਹੈ। ਜਿਸ ਦਿਨ ਮੈਂ ਵੀ ਉਹ ਜਿਹੜਾ ਮੇਰਾ ਗੀਤ ਆਇਆ ਸੀ, ਨਾ ਜਾਈ ਮਸਤਾਂ ਦੇ ਵਿਹੜੇ, ਮਸਤ ਬਣਾ ਦੇਣਗੇ ਬੀਬਾ, ਤਾਂ ਉਹ ਮੈਂ ਬੇਬੇ ਹੋਰਾਂ ਤੋਂ ਹੀ ਸਾਖੀ ਸੁਣੀ ਸੀ। ਸਾਖੀ ਸੀ ਮੀਰਾ ਰਵੀਦਾਸ ਕੋਲ ਗਈ ਹੈ ਜਦੋਂ, ਤਾਂ ਉਸ ਵੇਲੇ ਮੀਰਾ ਦੀ ਮਾਂ ਨੇ ਤਰਲਾ ਕੀਤਾ ਸੀ, ਕਿਉਂਕਿ ਸਮਾਜ ਨੇ ਨਹੀਂ ਕਬੂਲਿਆ ਕਿ ਸਾਡੀ ਉੱਚੇ ਖਾਨਦਾਨ ਦੀ ਬੇਟੀ ਦੁਨੀਆ ਦੀ ਨਿਗਾਹ 'ਚ, ਪੈਸੇ ਪੱਖੋਂ ਉੱਚੇ ਘਰ ਦੀ ਬੇਟੀ, ਜਾ ਕੇ ਇੱਕ ਇੱਦਾਂ ਇੱਕ ਛੰਨ ਵਾਲੇ ਕੋਲ ਬਹਿ ਜਾ ਜਾ ਕੇ। ਹੁਣ ਹੁਣ ਲੋਕਾਂ ਨੂੰ ਥੋੜ੍ਹਾ ਪਤਾ ਸੀ ਕਿ ਉਹ ਜੁੱਤੀਆਂ ਦੇ ਨਾਲ ਨਾਲ ਕੁਛ ਹੋਰ ਵੀ ਗੰਢੀ ਜਾਂਦਾ। ਤਾਂ ਉਹ ਤਾਂ ਜਾਣ ਤੋਂ ਬਾਅਦ ਭੇਦ ਖੁੱਲ੍ਹੇ ਕਿ ਕੌਣ ਸੀ ਉਹ, ਜਦੋਂ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਆ ਗਈ, ਤਾਂ ਉਸ ਵੇਲੇ ਮੀਰਾ ਦੀ ਮਾਂ ਵੱਲੋਂ ਮੀਰਾ ਅੱਗੇ ਤਰਲਾ ਸੀ, ਇੱਕ ਮਾਂ ਦਾ ਆਪਣੀ ਧੀ ਅੱਗੇ ਤਰਲਾ ਸੀ ਕਿ ਪੁੱਤ ਨਾ ਜਾਈ ਇਹਨਾਂ ਮਸਤਾਂ ਦੇ ਵੇਲੇ, ਮਸਤ ਬਣਾ ਦੇਣਗੇ। ਤਾਂ ਉਹ ਬੇਬੇ ਹੋਰਾਂ ਨੇ ਧਾਰਨਾ ਪੜੀ ਸੀ। ਵੈਸੇ ਵੀ ਆਪਾਂ ਦੇਖਦੇ ਹਾਂ ਕਿ ਸਾਡੇ ਪ੍ਰਚਾਰਕ ਵੀ, ਮੈਂ ਉਸ ਤੋਂ ਬਾਅਦ ਵੀ ਕਾਫੀ ਸੁਣਿਆ ਕਿ ਉਹ ਇਹ ਧਾਰਨਾ ਪੜ੍ਹਦੇ ਆ। ਤਾਂ ਉਹ ਉਹ ਜਿਸ ਦਿਨ ਪੜ੍ਹੀ ਤਾਂ ਮੈਨੂੰ ਬੜੀ ਵਧੀਆ ਲੱਗੀ, ਮੈਂ ਯਾਰ ਕਿੰਨੀ ਸੋਹਣੀ ਲਾਈਨ ਹੈ, ਨਾ ਜਾਈ ਮਸਤਾਂ ਦੇ ਵੇਲੇ ਮਸਤ ਬਣਾ ਦੇਣਗੇ ਬੀਬਾ। ਤਾਂ ਮੈਂ ਹੁਣ ਸਰ ਬੇਬੇ ਕੋਲੋਂ ਕੁਟੀਆ ਆ ਕੇ ਇਜਾਜ਼ਤ ਲਈ, ਮੈਂ ਬੇਬੇ ਮੈਂ ਕਿਹਾ ਇਹਦਾ ਮੈਂ ਕੁਛ ਵੱਧ ਬਣਾ ਲਾ, ਮੈਂ ਕਿਹਾ ਇਹਨੂੰ ਮੈਂ ਗਾਲਿਆ ਕਰਾਂ। ਬੇਬੇ ਕਹਿੰਦੀ ਆਪ ਜੀ ਸਦ ਕੇ ਗਾ। ਤਾਂ ਉਹ ਉਹ ਆਪਣੇ ਦੋਸਤ ਮੁੰਡਾ ਯੂਨੀਵਰਸਿਟੀ ਤੋਂ ਦੀਪ, ਤਾਂ ਉਹਨੇ ਉਹ ਗੀਤ ਲਿਖਤਾ। ਤਾਂ ਜਿਸ ਦਿਨ ਮੈਂ ਪਹਿਲੇ ਦਿਨ ਕੁਟੀਆ ਗਾਇਆ ਇਹ ਗੀਤ, ਤਾਂ ਤਾਂ ਸੰਗਤ ਵਾਰ ਵਾਰ ਉਹ ਕਮਰ ਉਹੀ ਦੁਬਾਰੇ ਸੁਣਾ ਯਾਰ, ਉਹ ਬੜਾ ਵਧੀਆ ਯਾਰ, ਉਹੀ ਸੁਣਾ। ਤਾਂ ਹੁਣ ਉਹ ਕਈ ਲੋਕਾਂ ਨੂੰ ਭੁਲੇਖਾ ਪੈ ਗਿਆ ਕਿ ਇਹ ਸਾਡੀ ਗੱਲ ਹੈ। ਤਾਂ ਹੁਣ ਜਿੱਥੇ ਬਾਬਾ ਬਾਹਰਲਾ ਨਸ਼ਾ ਫਿਰਦਾ ਉੱਥੇ ਮਸਤੀ ਥੋੜ੍ਹੀ ਹੈ, ਇਸ ਗੱਲ ਤੋਂ ਆਪਾਂ ਮੁੱਕਰ ਹੀ ਨਹੀਂ ਸਕਦੇ। ਮੈਂ ਕੀ ਕੋਈ ਵੀ ਸਿੱਖ ਨਹੀਂ ਮੁੱਕਰ ਸਕਦਾ। ਤਾਂ ਸਿੱਖ ਉਹੀ ਹੈ ਜੋ ਉਹਦੀ ਬਾਤ ਸਿੱਖਦਾ ਹੈ, ਉਹ ਭਾਵੇਂ ਮੰਦਰ 'ਚ ਬਹਿ ਕੇ ਸਿੱਖ ਲਏ, ਭਾਵੇਂ ਮਸਜਿਦ 'ਚ ਬਹਿ ਕੇ ਸਿੱਖ ਲਏ, ਭਾਵੇਂ ਗੁਰਦੁਆਰੇ 'ਚ ਸਿੱਖ ਲਏ, ਤਾਂ ਸਿੱਖਣ ਵਾਲਾ ਸਿੱਖ ਹੈ। ਸੋ ਇਸ ਕਰਕੇ ਇੱਥੇ ਜਾਗਦੇ ਰਹਿਣ ਦੀ ਲੋੜ ਹੈ, ਸਾਨੂੰ ਪਤਾ ਕਰਨ ਦੀ ਲੋੜ ਹੈ ਕਿ ਮਸਤ ਹੈ ਕੌਣ। ਸੋ ਇਸ ਕਰਕੇ ਜਿਹਦੇ ਭਾਵ ਕਿ ਜਿਹੜੀ ਤੁਸੀਂ ਗੱਲ ਕਹੀ ਸੀ ਗੀਤ, ਉਹ ਬਹੁਤ ਵੱਡਾ ਸੀ, ਪਰ ਉਹ ਜਿਹੜੇ ਤੁਹਾਨੂੰ ਸੱਦਣ ਵਾਲੇ ਸੀ ਉਹਨਾਂ ਨੇ ਆਪਣੇ ਨਾਲ ਜੋੜ ਲਿਆ। ਬਿਲਕੁਲ ਬਿਲਕੁਲ, ਹਰ ਇੱਕ ਨੇ ਆਪਣੇ ਆਪ ਹਿਸਾਬ ਨਾਲ ਲਾ ਲਿਆ ਕਿ ਮੈਂ ਮਸਤ ਹੈ ਜਾਓ, ਮਸਤ ਹੈ ਜਾਓ। ਨਹੀਂ ਬਾਬਾ ਨਹੀਂ, ਇਹ ਪਹਿਲੇ ਦਿਨ ਤੋਂ ਮੈਂ ਜਿਸ ਦਿਨ ਤੋਂ ਵੀ ਇਹ ਗਾਣਾ ਗਾਉਣਾ ਸ਼ੁਰੂ ਕੀਤਾ ਸੀ, ਤਾਂ ਕਿਤੇ ਨਾ ਕਿਤੇ ਮੇਰੇ ਦਿਮਾਗ 'ਚ ਸੀ ਜੀ ਕਿ ਇਹ ਹੋਰ ਪਾਸੇ ਵੀ ਜਾ ਸਕਦਾ। ਇਸ ਕਰਕੇ ਮੈਂ ਹਰ ਇੱਕ ਪ੍ਰੋਗਰਾਮ 'ਚ ਆਪਦਾ ਫਰਜ਼ ਸਮਝਿਆ ਕਿ ਪਹਿਲਾਂ ਬੋਲ ਦੀ ਕਵਰ ਸਿਆ, ਇਹ ਲਾਈਨ ਕਿੱਥੋਂ ਆਈ ਹੈ, ਇਸ ਕਰਕੇ ਮੈਂ ਬੋਲਦਾ ਰਿਹਾ। ਪਰ ਫਿਰ ਵੀ ਉਹਦੀ ਕੰਟਰੋਵਰਸੀ ਕਾਫੀ ਚੱਲੀ, ਤਾਂ ਕਾਫੀ ਉਹਦੇ ਵਿਵਾਦ ਖੜੇ ਹੋਏ, ਪਰ ਮੇਰੇ ਖਿਆਲ 'ਚ ਹੁਣ 2016 ਤਾਂ ਗੱਲ ਕਾਫੀ ਕਲੀਅਰ ਹੋ ਗਈ ਜੀ। ਨਹੀਂ ਹੁਣ ਤਾਂ ਗੱਲ ਕਾਫੀ ਜ਼ਿਆਦਾ ਸਪਸ਼ਟ ਹੋ ਗਈ ਹੈ ਜੀ। ਸੋ ਕੁਟੀਆ ਦਾ ਕਾਫੀ ਜ਼ਿਆਦਾ ਜ਼ਿਕਰ ਕਰਿਆ, ਜਦੋਂ ਪਹਿਲੀ ਵਾਰ ਕੁਟੀਆ ਦਾ ਮੈਂ ਵੀ ਨਾਂ ਸੁਣਿਆ ਜਾਂ ਕਮਰ ਨੂੰ ਉੱਥੋਂ ਬਣ ਤੋਂ ਬਾਅਦ 'ਚ ਯੂਟਿਊਬ 'ਤੇ ਦੇਖਿਆ ਅਤੇ ਇੱਦਾਂ ਗਾਉਂਦਾ ਦੇਖਿਆ, ਥੋੜ੍ਹਾ ਮਸਤਾਂ ਦੇ ਉਹ ਸ਼ੱਕ ਮੇਰੇ ਵੀ ਪੈਦਾ ਹੋਇਆ ਥੋੜ੍ਹਾ ਬਹੁਤ, ਮੈਂ ਵੱਡੇ ਭਾਈ ਨੂੰ ਥੋੜ੍ਹਾ ਬਹੁਤ ਬੋਲਿਆ ਵੀ ਸੋਸ਼ਲ ਮੀਡੀਆ ਦੇ ਉੱਤੇ, ਪਰ ਬਾਅਦ ਦੇ ਵਿੱਚ ਜਦੋਂ ਮੈਂ ਜਾ ਕੇ ਦੇਖਿਆ ਤੁਹਾਨੂੰ ਪਿੰਡ ਮਿਲਿਆ ਉੱਥੇ ਜਾ ਕੇ, ਅਤੇ ਫਿਰ ਮੇਰੀਆਂ ਕਾਫੀ ਜ਼ਿਆਦਾ ਜਿਹੜੀਆਂ ਸ਼ੰਕਾਵਾਂ ਨੇ ਉਹ ਕਲੀਅਰ ਹੋਈਆਂ, ਅਤੇ ਉਹ ਸਾਰੀ ਜਿਹੜੀ ਕੁਟੀਆ ਦਾ ਜਿਹੜਾ ਮਾਹੌਲ ਆ, ਤੁਸੀਂ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਉਹ ਕਿਸ ਤਰ੍ਹਾਂ ਦਾ। ਸੋ ਹੋਰਾਂ ਦੀ ਵੀ ਕਾਫੀ ਜ਼ਿਆਦਾ ਕਲੀਅਰ ਗੱਲਾਂ ਹੋ ਜਾਣ। ਸੋ ਮੈਨੂੰ ਉੱਥੇ ਇਸ ਤਰ੍ਹਾਂ ਦਾ ਕੋਈ ਨਹੀਂ ਮਿਲਿਆ ਕਿ ਜਿਹੜਾ
ਡੇਰੇਵਾਲ ਜਾਂ ਉੱਥੇ ਇੱਦਾਂ ਦੀ ਕੋਈ ਚੀਜ਼ ਉੱਭਰਦੀ ਹੋਵੇ, ਪਰ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਵੀ ਦੱਸੋ। ਅਸਲ ਤੇਜੂ ਬਾਈ ਪੰਜਾਬ ਹੈ। ਅੱਜ ਕੱਲ੍ਹ ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਕਿੱਥੇ ਰਹਿੰਦਾ, ਮੈਂ ਡੇਰੇ 'ਚ ਰਹਿੰਦਾ, ਜੀ ਜਦੋਂ ਡੇਰਾ ਬੋਲਦੇ ਹਾਂ ਨਾ ਤਾਂ ਅੱਜ ਕੱਲ੍ਹ ਗੜਬੜਾ ਇੰਨੀ ਕੁ ਹੋਈ ਪਈ ਆ, ਹਰ ਇੱਕ ਨੂੰ ਲੱਗਦਾ ਡੇਰਾ ਜਦੋਂ ਬੋਲਦਾ ਤਾਂ ਨਸ਼ਾ ਜੀ ਅਤੇ ਚੜਾਵੇ ਅਤੇ ਹੋਰ ਲੱਲੇ ਭੱਬੇ ਵੀ ਉੱਥੇ ਹੋਣਗੇ ਹੋਣਗੇ। ਜੀ ਤਾਂ ਉਸ ਲਪੇਟ 'ਚ ਮੈਂ ਵੀ ਆਇਆ, ਜੀ ਕਿਉਂਕਿ ਉਹ ਜਦੋਂ ਨਵਾਂ ਨਵਾਂ ਗਾਉਣ ਲੱਗਿਆ ਤਾਂ ਇੱਕ ਗੱਲ ਮਸ਼ਹੂਰ ਹੋਈ ਸੀ ਯਾਰ, ਕੋਈ ਮੁੰਡਾ ਡੇਰੇ 'ਚ ਰਹਿੰਦਾ ਕਿਸੇ 'ਚ, ਹਾਂ ਜੀ, ਕਿਸੇ ਮਾਈ ਕੋਲ ਰਹਿੰਦਾ ਹੈ, ਤਾਂ ਉਹ ਆਟੋਮੈਟਿਕਲੀ ਸੀ ਹਾਂ ਜੀ ਕਿ ਯਾਰ ਫਿਰ ਇਹਦਾ ਮਤਲਬ ਇਹ ਤਾਂ ਇਹ ਵੀ ਉਸੇ ਕਲਚਰ 'ਚ ਹੀ ਹੈ। ਠੀਕ ਹੈ। ਪਰ ਮੇਰਾ ਯੂਨੀਵਰਸਿਟੀ ਔਰ ਨੌਕਰੀ ਛੱਡ ਕੇ ਜਾਣ ਦਾ ਕਾਰਨ ਹੀ ਇਹ ਸੀ, ਜਿਸ ਦਿਨ ਮੈਂ ਪਹਿਲੀ ਵਾਰੀ ਕੁਟੀਆ ਗਿਆ ਜੀ ਤਾਂ ਜਾਣ ਸਰ ਮੈਨੂੰ ਪਹਿਲੀ ਖਬਰ ਇਹੀ ਮਿਲੀ ਸੀ ਕਿ ਇੱਥੇ ਕੋਈ ਜਗ੍ਹਾ ਹੀ ਨਹੀਂ ਹੈ ਜੀ, ਜਿੱਥੇ, ਕਿਉਂਕਿ ਮੇਰੇ ਵੀ ਮਨ 'ਚ ਸਵਾਲ ਸੀ ਜਦੋਂ ਮੈਂ ਜਾਣ ਸਰ ਪੁੱਛਿਆ ਕਿ ਜੀ ਮੈਂ ਮੱਥਾ ਕਿੱਥੇ ਟੇਕਾਂ, ਠੀਕ ਹੈ ਜੀ, ਤਾਂ ਬੇਬੇ ਨੇ ਪਹਿਲੀ ਗੱਲ ਹੀ ਆਖੀ ਸੀ ਭਾਈ ਟੇਕਣਾ ਆਉਂਦਾ ਤਾਂ ਅੰਦਰ ਹੀ ਟੇਕ ਲਾ। ਜੀ ਤਾਂ ਮੈਂ ਕਿਹਾ ਜੀ ਇੱਥੇ ਕੋਈ ਜਗ੍ਹਾ, ਉਹ ਕਹਿੰਦੇ ਨਾ ਜੀ ਇੱਥੇ ਕੋਈ ਜਗ੍ਹਾ ਨਹੀਂ ਹੈ, ਠੀਕ ਹੈ ਜੀ, ਉੱਥੇ ਸਿੱਖ ਧਰਮ ਨਾਲ ਹਿੰਦੂ ਧਰਮ ਨਾਲ ਮੁਸਲਮਾਨ ਧਰਮ ਨਾਲ ਕੋਈ ਰਿਲੇਟਡ ਕੋਈ ਜਗ੍ਹਾ ਹੀ ਨਹੀਂ ਹੈ। ਠੀਕ ਹੈ ਜੀ। ਤਾਂ ਬੇਬੇ ਹੋਰਾਂ ਦਾ ਸ਼ੁਰੂ ਤੋਂ ਜਦੋਂ ਤੋਂ ਮੈਂ ਉੱਥੇ ਰਹਿੰਦਾ ਤਾਂ ਉਸ ਤੋਂ ਪਹਿਲਾਂ ਵੀ ਬੇਬੇ ਹੋਰਾਂ ਦੇ ਮਾਤਾ ਜੀ ਅਜੇ ਹੈਗੇ ਨੇ, ਠੀਕ ਤਾਂ ਹੈ ਮੈਂ ਜੀ, ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰੀਆਂ ਬਹੁਤ, ਤਾਂ ਉਹਨਾਂ ਦਾ ਸ਼ੁਰੂ ਤੋਂ ਇਸ਼ਕ ਹੈ ਜਿਹੜਾ ਗੁਰਬਾਣੀ ਨਾਲ ਹੀ ਹੈ। ਠੀਕ ਹੈ ਜੀ। ਤਾਂ ਇਸ ਕਰਕੇ ਉੱਥੇ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਹੈ। ਠੀਕ ਹੈ। ਤਾਂ ਇਸ ਕਰਕੇ ਫਿਰ ਮੇਰਾ ਵੀ ਮਨ ਮੰਨਿਆ ਕਿ ਯਾਰ ਆਹ ਉਹ ਖਿਡਾਰੀ ਹੈ ਜਿਹਦੇ ਕੋਲ ਮੈਂ ਆਪਣੀ ਖੇਡ ਖੇਡ ਸਕਦਾ। ਜੀ ਤਾਂ ਇਸ ਕਰਕੇ ਬੇਬੇ ਹੋਰਾਂ ਨਾਲ ਫਿਰ ਪਿਆਰ ਵੱਧਦਾ 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 ਗਿਆ, ਔਰ ਇਹ ਸਭ ਉਹਨਾਂ ਦੀ ਉਹ ਕਿਰਪਾ ਹੈ। ਹਾਂ ਠੀਕ ਹੈ, ਰੱਬ ਇੱਕ ਹੈ ਪਰ ਰੱਬ ਦੇ ਬੰਦੇ ਹੈਗੇ ਆ ਜਿਹੜੇ ਜਿਹੜੇ ਉਹਦੇ ਜੀ ਬਹੁਤ ਨੇੜੇ ਆ। ਬਿਲਕੁਲ। ਤਾਂ ਬੇਬੇ ਉਹਨਾਂ 'ਚੋਂ ਇੱਕ ਹੈ ਜੋ ਰੱਬ ਦੇ ਨੇੜੇ ਦੇ ਬੰਦਿਆਂ 'ਚੋਂ ਹੈ, ਜੀ, ਇਸ ਕਰਕੇ ਉਹਦੇ ਕੋਲ ਬੈਠ ਕੇ ਉਹਦੀਆਂ ਗੱਲਾਂ ਕਰਨੀਆਂ, ਗੱਲਾਂ ਸਮਝਣੀਆਂ ਜੀ ਚੰਗਾ ਲੱਗਿਆ। ਜੀ ਤਾਂ ਮੇਰੇ ਖਿਆਲ 'ਚ 5 ਸਾਲ ਹੋ ਗਏ ਮੈਨੂੰ ਬੇਬੇ ਹੋਰਾਂ ਕੋਲ ਰਹਿੰਦੇ ਨੂੰ, ਜੀ, ਤਾਂ ਮਾਲਕ ਦਾ ਮੈਂ ਸ਼ੁਕਰ ਕਰਦਾ ਕਿ ਇਸ ਜਨਮ 'ਚ ਬੇਬੇ ਮਿਲ ਗਈ। ਜੀ ਤਾਂ ਮੇਰੀ ਤਾਂ ਅਰਦਾਸ ਹੈ ਕਿ ਸਾਰੇ ਗਾਉਣ ਵਾਲਿਆਂ ਨੂੰ ਬੇਬੇ ਮਿਲ ਜੇ, ਜੀ, ਉਹ ਕਿਤੇ ਵੀ ਮਿਲ ਜੇ, ਜੀ, ਉਹ ਜ਼ਰੂਰੀ ਨਹੀਂ ਕਿ ਇਹੀ ਬੇਬੇ, ਜੀ, ਕਿਤੇ ਵੀ ਉਹਦੀ, ਕਿਉਂਕਿ ਇਸ ਲਾਈਨ ਦੇ ਵਿੱਚ ਬਚਣਾ ਬੜਾ ਔਖਾ ਹੈ। ਜੀ ਬਿਲਕੁਲ। ਕਿ ਜਿਵੇਂ ਜਦੋਂ ਦਾ ਮੈਂ ਮਸ਼ਹੂਰ ਹੋਇਆ ਤਾਂ ਹੋ ਸਕਦਾ ਜੇ ਬੇਬੇ ਮੇਰੀ ਲਾਈਫ 'ਚ ਨਾ ਹੁੰਦੀ ਤਾਂ ਮੈਂ ਹੁਣ ਮੈਂ ਵੀ ਚੰਡੀਗੜ੍ਹ ਕੋਠੀ ਪਾ ਕੇ ਰਹਿੰਦਾ ਹੁੰਦਾ, ਬਿਲਕੁਲ, ਤਾਂ ਮੇਰੇ ਤੌਰ ਤਰੀਕੇ ਵੀ ਕੁਛ ਹੋਰ ਹੋਣੇ ਸੀ। ਬਿਲਕੁਲ। ਇਸ ਕਰਕੇ ਮਾਲਕ ਦਾ ਸ਼ੁਕਰ ਹੈ ਕਿ ਉਹਨੇ ਬੇਬੇ ਦਾ ਸੰਗ ਦਿੱਤਾ ਅਤੇ ਬੇਬੇ ਰਾਹੀਂ ਉਹ ਆਪਦੀਆਂ ਗੱਲਾਂ ਸੁਣਾ ਰਿਹਾ। ਜੀ। ਸੋ ਬਿਲਕੁਲ, ਜਦੋਂ ਮੈਂ ਵੀ ਗਿਆ, ਸੋ ਜੋ ਤੁਸੀਂ ਗੱਲ ਕੀਤੀ ਕਿ ਨਸ਼ਿਆਂ ਦੇ ਬਾਰੇ ਜੋ ਪਰਸੈਪਸ਼ਨ ਬਣੀ ਹੋਈ, ਜੋ ਸਮਝ ਬਣੀ ਉਸ ਬਣੀ ਹੋਈ ਹੈ ਡੇਰਿਆਂ ਦੇ ਬਾਰੇ ਜੀ, ਕਿ ਉੱਥੇ ਨਸ਼ਾ ਚੱਲਦਾ ਜਾਂ ਹੋਰ ਚੱਲਦਾ, ਵੀੜੀਆਂ ਚੱਲਦੀਆਂ, ਸੋ ਮੈਨੂੰ ਲੱਗਦਾ ਕਿ ਤੁਸੀਂ ਮੈਨੂੰ ਚਾਹ ਵੀ ਹੈ ਜਿਹੜੀ ਉਹ ਵੀ ਆਮ ਨਹੀਂ ਪਿਆਈ, ਸੋ ਚਾਹ ਵੀ ਜਿਹੜੀ ਸੀ ਔਰਗੈਨਿਕ ਪਿਆਈ ਅਤੇ ਨਾਲ ਦੇਸੀ ਬਿਸਕੁਟ, ਅਤੇ ਮੈਨੂੰ ਕੋਈ ਚੀਜ਼, ਮੈਂ ਇਹ ਗੱਲ ਦੀ ਸ਼ਾਦੀ ਭਰਦਾ, ਬਿਲਕੁਲ ਮੈਂ ਗਵਾਹੀ ਦੀ ਭਰਦਾ ਕਿ ਇਸ ਤਰ੍ਹਾਂ ਦੀ ਉੱਥੇ ਕੋਈ ਚੀਜ਼ ਨਹੀਂ ਦਿਖੀ, ਸੋ ਜਿਹਨੂੰ ਤੁਸੀਂ ਤਰਕ ਦੀ ਨਿਗਾਹ ਦੇ ਨਾਲ ਜਾਂ ਤਰਕ ਦੇ ਨਾਲ ਜਿਹਨੂੰ ਸਾਬਤ ਕਰ ਸਕੋ ਕਿ ਇਹ ਵਹਿਮ ਆ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਆ। ਸੋ ਬੜਾ ਮੈਨੂੰ ਰਹਿ ਕੇ ਲੱਗਿਆ ਰਮਣੀਕ, ਅਤੇ ਜਿਹੜੀ ਤੁਸੀਂ ਉੱਥੇ ਕੋਠੀ ਬਣਾਈ ਹੈ ਇੱਕ, ਸੋ ਮੈਨੂੰ ਲੱਗਦਾ ਜੇ ਤਾਂ ਉਹਨੂੰ ਆਰਟ ਦੀ ਨਿਗਾਹ ਤੋਂ ਉਹਨੂੰ ਦੇਖਣਾ ਹੋਵੇ, ਸੋ ਉਹ ਬਾ ਕਮਾਲ ਪੇਸ਼ਕਾਰੀ ਹੈ ਇੱਕ। ਸੋ ਵੈਸੇ ਹੁੰਦਾ ਕਿ ਕਲਾਕਾਰ ਕੋਲ, ਵੈਸੇ ਤੁਸੀਂ ਉਹ ਕਲਾਕਾਰਾਂ ਦੇ ਨਾਲ ਤੁਹਾਨੂੰ ਕੰਪੇਅਰ ਵੀ ਨਹੀਂ ਕਰਨਾ ਚਾਹੀਦਾ, ਪਰ ਵੈਸੇ ਜੇ ਉਦਾਹਰਨ ਦੇਣੀ ਹੋਵੇ, ਕਲਾਕਾਰ ਕੋਲ ਇੱਕ ਕਾਰ ਅਤੇ ਦੂਜੀ ਕੋਠੀ ਜ਼ਰੂਰ ਹੁੰਦੀਆਂ ਨੇ, ਸੋ ਪਰ ਤੁਹਾਡੀ ਜਿਹੜੀ ਉਹ ਕੋਠੀ ਆ ਉਹਦੇ ਬਾਰੇ ਵੀ ਥੋੜ੍ਹਾ ਦੱਸੋ, ਜਿਹੜੀ ਕਾਨਿਆਂ ਦੀ ਬਣਾਈ ਆ ਅਤੇ ਜਿਹਦੇ ਵਿੱਚ ਅੰਦਰ ਜਾ ਕੇ ਵਾਕਈ ਇੱਕ ਸਕੂਨ ਆਉਂਦਾ ਗਾ। ਉਹ ਅਸਲ 'ਚ ਐਂ ਸੀ ਕਿ ਜਦੋਂ ਮੈਂ ਮਸ਼ਹੂਰ ਹੋਇਆ ਨਾ ਤਾਂ ਉਸ ਵੇਲੇ ਸਾਡੇ ਕੋਲ ਉੱਥੇ ਇੱਕੋ ਹੀ ਛੱਪਰੀ ਸੀ ਜੀ, ਜਿਹਦੇ 'ਚ ਬੇਬੇ ਹੋਣੀ ਰਹਿੰਦੇ ਸੀ, ਤਾਂ ਇਧਰਲੇ ਪਾਸੇ ਸਾਡੀ ਇੱਕ ਰਸੋਈ ਸੀ ਅਤੇ ਰਸੋਈ ਦੇ ਨਾਲ ਇੱਕ ਬਹੁਤ ਵੱਡਾ ਕਮਰਾ ਸੀ, ਤਾਂ ਅਸੀਂ 5 ਸੇਵਾਦਾਰ ਸੀ ਉਸ ਵੇਲੇ, ਤਾਂ ਅਸੀਂ ਸਾਰੇ ਫਿਰ ਉਸ ਵੱਡੇ ਕਮਰੇ 'ਚ ਪੈ ਜਾਂਦੇ ਸੀ। ਜੀ। ਤਾਂ ਉਹ ਜਦੋਂ ਮੇਰੇ ਗੀਤ ਚੱਲੇ ਤਾਂ ਫਿਰ ਉੱਥੇ ਲੋਕਾਂ ਦਾ ਆਉਣ ਜਾਣ ਵੱਧ ਗਿਆ ਜੀ, ਤਾਂ ਫਿਰ ਉਹ ਬੇਬੇ ਹੋਰਾਂ ਲਈ ਮੈਨੂੰ ਐਂ ਲੱਗਾ ਕਿ ਮੈਂ ਤਾਂ ਪ੍ਰੋਬਲਮ ਹੀ ਖੜੀ ਕਰਤੀ ਜੀ, ਕਿ ਮੈਂ ਤਾਂ ਇਹਨਾਂ ਦੀ ਸ਼ਾਂਤੀ ਭੰਗ ਕਰੀ ਜਾਂਦਾ ਜੀ। ਤਾਂ ਫਿਰ ਉਹ ਅਸੀਂ ਨਾਲ ਦੇ ਜਿੱਥੇ ਉਹ ਤੁਸੀਂ ਦੇਖ ਕੇ ਬਣੀ ਹੈ, ਤਾਂ ਉਹ ਨਾਲ ਦਾ ਖੇਤ ਆ ਸਾਡੇ ਸੱਜਣ ਦਾ ਕਿਸੇ ਦਾ, ਤਾਂ ਉਹ ਅਸੀਂ ਖੇਤ ਲਿਆ ਉਹਨਾਂ ਤੋਂ, ਹਾਂਜੀ, ਤਾਂ ਉਹ ਖੇਤ ਦੇ ਵਿੱਚ ਫਿਰ ਅਸੀਂ ਉੱਥੇ ਸੋਚਿਆ ਕਿ ਹੁਣ ਕੁਛ ਬੇਬੇ ਵਾਸਤੇ ਉੱਧਰ ਸੈਪਰੇਟ ਕਰ ਦਾਂਗੇ ਅਤੇ ਮੈਂ ਇੱਧਰ ਰਹਿ ਲੂੰਗਾ। ਤਾਂ ਉਹ ਕਿਸਮਤ ਨਾਲ ਕੀ ਹੋਇਆ, ਮੈਂ ਚੰਡੀਗੜ੍ਹ ਗਾਉਣ ਗਿਆ, ਉੱਥੇ ਬੈਕ ਸਟੇਜ ਨਾ ਕੋਈ ਪਰਿਵਾਰ ਖੜਾ, ਉਹ ਵੀਰ ਆਪ, ਉਹਦੀ ਵਾਈਫ ਅਤੇ ਉਹਦੇ ਬੱਚੇ, ਹੋਰ ਭੈਣ ਭਰਾ ਉਹਦੇ, ਯਾਨੀ ਉਹ 10-12 ਜਣੇ ਸੀ। ਤਾਂ ਉਹ ਫੋਟੋ ਫਟਾ ਖਿਚਾ ਕੇ ਮੈਂ ਉਹਨੂੰ ਵੈਸੇ ਹੀ ਪੁੱਛ ਲਿਆ, ਮੈਂ ਕੰਮ ਕੀ ਕਰਦਾ ਤੂੰ? ਕਹਿੰਦਾ ਜੀ ਮੈਂ ਇੱਦਾਂ ਕਰਕੇ ਨਾ ਵੀ ਆਹ ਬਾਂਸ ਦੇ ਘਰ ਬਣਾਉਣਾ। ਤਾਂ ਮੇਰੇ ਉਦੋਂ ਹੀ ਵੱਜਿਆ, ਮੈਂ ਯਾਰ ਅਸੀਂ ਕੁਛ ਇੱਦਾਂ ਵਿਚਾਰ ਕਰ ਰਹੇ ਹਾਂ ਕਿ ਅਸੀਂ ਕੁਛ ਇਸ ਤਰ੍ਹਾਂ ਦਾ ਬਣਾਈਏ, ਤਾਂ ਤੂੰ ਆ ਜਾਈਂ ਕੁਟੀਆ। ਤਾਂ ਉਹਨੂੰ ਤਾਂ ਵਿਚਾਰੇ ਨੂੰ ਇੰਨਾ ਚਾਅ ਚੜਿਆ, ਉਹ ਤਾਂ ਅਗਲੇ ਦਿਨ ਹੀ ਆ ਗਿਆ। ਤਾਂ ਹੁਣ ਉਹ ਹੈ ਤਾਂ ਸਾਰੀ ਕੱਚੀ, ਉਹਦੇ 'ਚ ਇੱਕ ਕਮਰਾ ਹੈ, ਇੱਧਰਲੇ ਪਾਸੇ ਰਸੋਈ ਹੈ, ਇੱਧਰ ਬਾਥਰੂਮ ਹੈ, ਇੱਕ ਇੱਕ ਕਮਰਾ ਉੱਪਰ ਉਹਦੇ, ਉਹ ਦੋਨੇ ਕਮਰੇ ਅਸੀਂ ਕੱਚੇ ਬਣਾ ਲਏ, ਫਿਰ ਕੱਚੀ ਇੱਟ ਦੇ ਰਸੋਈ ਅਤੇ ਬਾਥਰੂਮ ਪੱਕੇ ਕਰ ਲਏ। ਤਾਂ ਫਿਰ ਉਹ ਜਦੋਂ ਆਇਆ ਤਾਂ ਫਿਰ ਉਹਨੂੰ ਆਖਿਆ, ਮੈਂ ਕਿਹਾ ਹੁਣ ਤੂੰ ਆਪਦੀ ਕੋਈ ਕਾਰਾਗਰੀ ਕਰ
ਸੋ ਤੁਹਾਡੇ ਪੂਰੇ ਦੁਨੀਆ ਭਰ ਦਾ ਤੁਸੀਂ ਚੱਕਰ ਲਾਇਆ ਹੈਗਾ। ਸੋ ਇੱਕ ਜਦੋਂ ਪੁਰਾਣੇ ਕਮਰ ਨੂੰ ਦੇਖਦੇ ਹੋ ਅਤੇ ਹੁਣ ਵਾਲੇ ਕਮਰ ਨੂੰ ਦੇਖਦੇ ਹੋ, ਕਿੰਨਾ ਕੁ ਜਿਹੜਾ ਸਕੂਨ ਮਹਿਸੂਸ ਹੁੰਦਾ ਹੈਗਾ, ਜਾਂ ਹੁਣ ਕਿੰਨੀ ਕੁ ਲਾਈਫ ਸੋਹਣੀ ਲੱਗਦੀ ਹੈ? ਬਸ ਮੈਂ ਇੰਨਾ ਹੀ ਕਹੂੰਗਾ ਤੇਜੂ ਬਾਈ ਕਿ ਮਾਲਕ ਨੇ ਬਹੁਤ ਮਿਹਰ ਕੀਤੀ ਹੈ, ਸਭ ਕੁਝ ਬੜਾ ਪੋਜ਼ਿਟਿਵ ਹੈ। ਜਿਸ ਤਰ੍ਹਾਂ ਦਾ ਮਾਹੌਲ ਸੀ ਮੇਰਾ ਯੂਨੀਵਰਸਿਟੀ 'ਚ, ਤਾਂ ਉਹ ਹੁਣ ਪਤਾ ਲੱਗਦਾ ਕਿ ਯਾਰ ਉਹ ਜ਼ਿੰਦਗੀ ਕੋਈ ਬਹੁਤ ਜ਼ਿਆਦਾ ਅੱਛੀ ਨਹੀਂ ਸੀ। ਠੀਕ ਹੈ ਜੀ, ਹਾਂ, ਤਾਂ ਪਰ ਬੇਬੇ ਕੋਲ ਆ ਕੇ ਉਹੀ ਗੱਲ ਹੈ ਕਿ ਵਾਰ ਵਾਰ ਉਹੀ ਗੱਲ ਕਿ ਬਚ ਗਏ, ਠੀਕ ਹੈ ਜੀ। ਤਾਂ ਸੰਗਤ ਅੱਛੀ ਹੋ ਗਈ, ਸਭ ਕੁਝ ਪੋਜ਼ਿਟਿਵ ਹੋ ਗਿਆ। ਤਾਂ ਉਸ ਤੋਂ ਬਾਅਦ ਬਾਕੀ ਇਹ ਹੈ ਕਿ ਚਲੋ ਇਹ ਮੇਰੀ ਕਿਰਤ ਹੈ, ਇਹ ਮੇਰਾ ਰੁਜ਼ਗਾਰ ਹੈ ਗਾਉਣਾ, ਠੀਕ ਹੈ ਇਹ ਜੀ, ਕੋਈ ਬੰਦਗੀ ਨਹੀਂ ਹੈ। ਠੀਕ ਹੈ, ਬਹੁਤ ਸਾਰੇ ਸੱਜਣ ਜਿਵੇਂ ਮੇਰੇ ਨਾਮ ਉਰ ਲਾਇਆ ਵਾ ਸੂਫੀ ਗਾਇਕ ਠੀਕ ਹੈ ਕੰਵਰ ਜੀ, ਗਰੇਵਾਲ, ਮੈਂ ਇੱਦਾਂ ਨਹੀਂ ਹੁੰਦਾ। ਠੀਕ ਹੈ, ਇੱਥੇ ਆਸਟ੍ਰੇਲੀਆ ਆਇਆ ਤਾਂ ਇੱਥੇ ਵੀ ਥੱਬਾ ਪੈਸਾ ਨਾ ਲਿਆ, ਠੀਕ ਹੈ, ਤਾਂ ਸੂਫੀ ਇੱਦਾਂ ਨਹੀਂ ਹੁੰਦਾ ਸਿਸਟਮ। ਉਹ ਤਾਂ ਠੀਕ ਹੈ ਕਿ ਮਾਲਕ ਦਾ ਸ਼ੁਕਰ ਹੈ ਕਿ ਬੋਲ ਸਾਰਥਕ ਹੈ, ਠੀਕ ਹੈ ਜੀ, ਕਿ ਬੋਲ ਅੱਛੇ ਹੈ, ਕਿ ਜੋ ਵੀ ਮੇਰੇ ਵਾਲੇ ਪ੍ਰੋਗਰਾਮ ਨੂੰ ਸੁਣਨ ਆਉਂਦੇ ਆ ਠੀਕ ਹੈ ਜੀ, ਤਾਂ ਉਹਨਾਂ ਨੂੰ ਕੋਈ ਨੀਵੀਂ ਪਾਉਣ ਦੀ ਲੋੜ ਨਹੀਂ। ਠੀਕ ਹੈ, ਸਾਡੀਆਂ ਮਾਵਾਂ ਧੀਆਂ ਰਾਣੀਆਂ ਸਭ ਬਜ਼ੁਰਗ ਸਾਡੇ ਠੀਕ ਹੈ, ਬੜੇ ਚਾਅ ਨਾਲ ਆਉਂਦੇ ਆ, ਠੀਕ ਤਾਂ ਹੈ ਜੀ, ਬੜੇ ਹੱਲਾਸ਼ੇਰੀ ਦੇ ਕੇ ਜਾਂਦੇ ਆ ਕਿ ਪੁੱਤ ਦੱਬੀ ਰੱਖ ਕੰਮ ਨੂੰ, ਤੇਰਾ ਬਹੁਤ ਅੱਛਾ ਸਾਰਾ, ਠੀਕ ਪਰ ਹੈ, ਇਹ ਕਿਰਪਾ ਉਸ ਮਾਲਕ ਦੀ ਹੈ। ਠੀਕ ਹੈ, ਤਾਂ ਬਸ ਇੰਨਾ ਹੀ ਹੈ। ਬਾਕੀ ਸੂਫੀ ਮੇਰੇ ਖਿਆਲ 'ਚ ਉਸ ਦਿਨ ਬਣ ਜਾਵਾਂਗੇ ਜਿਸ ਦਿਨ ਸਾਰਾ ਕੁਝ ਛੱਡ ਕੇ ਇਕੱਲਾ ਕੁਟੀਆ 'ਚ ਬਹਿ ਕੇ ਗਾਉਣ ਲੱਗ ਗਏ। ਠੀਕ ਹੈ, ਸੋ ਬਿਲਕੁਲ ਅਸਲ ਐਗਜਾਮਪਲ ਹੈ। ਕਈ ਵਾਰ ਦਾਅਵੇ ਵੱਡੇ ਹੋ ਜਾਂਦੇ ਨੇ, ਕਈ ਵਾਰ ਬੜੇ ਆਪਾਂ ਇਸ ਤੋਂ ਪਹਿਲਾਂ ਦੇਖੇ ਆ ਪੁਰਾਣੇ ਪੁਰਾਣੇ ਸੂਫੀ ਗਾਇਕ ਆਪਣੇ ਆਪ ਨੂੰ ਕਹਾਉਂਦੇ। ਸੋ ਪਰ ਕਮਰ ਜੋ ਅੰਦਰ ਆ ਉਹੀ ਮਾਈਕ ਦੇ ਉੱਤੇ ਆ, ਇਹ ਬੜਾ ਫਰਕ ਹੁੰਦਾ ਕਿ ਜੇਕਰ ਤੁਸੀਂ ਅੰਦਰ ਕੁਛ ਹੋਰ ਹੋ ਅਤੇ ਮਾਈਕ 'ਤੇ ਕੁਛ ਹੋਰ ਹੋ, ਬਹੁਤ ਜ਼ਿਆਦਾ ਇਹਦੇ ਵਿੱਚ ਚੀਜ਼ ਬਹੁਤ ਵੱਡੀ ਚੀਜ਼ ਆ ਜਾਂਦੀ ਹੈ, ਪਰ ਕਮਰ ਇਹਦੇ ਵਿੱਚ ਕੁਝ ਨਹੀਂ ਹੈ, ਜੋ ਅੰਦਰ ਆ ਉਹੀ ਬਾਹਰ ਆ। ਸੋ ਹੁਣ ਗੱਲ ਕਰੀਏ ਆਸਟ੍ਰੇਲੀਆ ਦੀ। ਆਸਟ੍ਰੇਲੀਆ ਦੇ ਵਿੱਚ ਤੁਹਾਡੇ ਟੂਰ ਹੋ ਚੁੱਕਿਆ, ਇਹ ਤੋਂ ਪਹਿਲਾਂ ਨਿਊਜ਼ੀਲੈਂਡ ਵੀ ਤੁਸੀਂ ਲਾ ਕੇ ਆਏ ਹੋ। ਸੋ ਆਸਟ੍ਰੇਲੀਆ ਦੇ ਜਿਹੜਾ ਯੂਥ ਆ, ਦੁਨੀਆ ਦੇ ਯੂਥ ਨੂੰ ਥੋੜ੍ਹਾ ਜਿਹਾ ਵੱਖਰਾ ਗਾ ਕਿਉਂਕਿ ਇਹ ਨਵੇਂ ਦੇਸ਼ ਅਜੇ ਖੁੱਲ੍ਹਿਆ ਗਾ, ਸੋ ਇਹਨਾਂ ਨੂੰ ਆ ਕੇ ਮਿਲ ਕੇ ਕਿਵੇਂ ਲੱਗੇ? ਆਸਟ੍ਰੇਲੀਆ ਆਏ ਹੈ, ਇੱਕ ਤਾਂ ਆਪਣੇ ਯੂਨੀਵਰਸਿਟੀ ਵਾਲੇ ਵਾਲੇ ਆ, ਤਾਂ ਇਸ ਗੱਲ ਦਾ ਚਾਅ ਸੀ ਪੜ੍ਹੇ ਲਿਖੇ ਵਾਲੇ। ਹਾਂ, ਕਿਉਂਕਿ ਜਦੋਂ ਨਿਊਜ਼ੀਲੈਂਡ ਸੀ ਤਾਂ ਉੱਥੇ ਆਕਲੈਂਡ ਦਾ ਸ਼ੋਅ ਹੋਇਆ, ਜੀ, ਤਾਂ ਚਲੋ ਸੁਖੀ ਸਾਂਦੀ ਹੋਇਆ, ਸਾਰਾ ਬੜਾ ਵਧੀਆ ਹੋਇਆ। ਅਸੀਂ ਬ੍ਰਿਸਬੇਨ ਜਾਇਆ ਆ, ਉੱਥੇ ਬੜਾ ਵਧੀਆ ਹੋਇਆ, ਪਰ ਆਇਆ ਵੀ ਆ ਮੈਲਬੋਰਨ ਅਤੇ ਸਿਡਨੀ, ਇਹ ਦੋ ਸ਼ਹਿਰ ਇਹੋ ਜਿਹੇ ਆ ਕਿ ਇੱਥੇ ਆਪਣੀ ਯੂਨੀਵਰਸਿਟੀ ਦੇ ਬੜੇ ਸੱਜਣ ਹੈ, ਜੀ, ਤਾਂ ਉਹਨਾਂ ਨੂੰ ਮਿਲਣ ਦਾ ਚਾਅ ਹੈ ਜੀ, ਕਿ ਬਹੁਤ ਟਾਈਮ ਬਾਅਦ ਉਹਨਾਂ ਨੂੰ ਮਿਲੂੰਗਾ, ਜੀ, ਅਤੇ ਬਾਕੀ ਕਈਆਂ ਨੂੰ ਮਿਲ ਵੀ ਲਿਆ, ਜੀ, ਤਾਂ ਵਧੀਆ ਹੈ, ਬਾਕੀ ਠੀਕ ਹੈ, ਸਭ ਬਹੁਤ ਅੱਛਾ ਹੈ। ਅਤੇ ਬਾਕੀ ਇਹ ਹੈ ਕਿ ਇਹ ਮੁਲਕ ਬੜੇ ਸੋਹਣੇ ਹੈ, ਜਾਣੀ ਕੁਦਰਤ ਬੜੀ ਦਿਆਲ ਹੈ ਇਹਨਾਂ 'ਤੇ। ਠੀਕ ਹੈ, ਨਿਊਜ਼ੀਲੈਂਡ ਗਿਆ ਉਹ ਬੜਾ ਸੋਹਣਾ ਲੱਗਿਆ, ਹੋਰ ਬਾਕੀ ਮੁਲਕਾਂ 'ਚ ਗਿਆ ਬੜੇ ਸੋਹਣੇ ਆ, ਠੀਕ ਹੈ, ਪਰ ਜਾਣੀ ਇੱਕ ਇੱਕ ਗੱਲ ਜ਼ਰੂਰ ਹੈ ਕਿ ਕੁੱਲੀ ਗੁੱਲੀ ਅਤੇ ਜੁੱਲੀ ਇਹ ਤਿੰਨੇ ਸੇਫ ਆ ਤੁਹਾਡੇ, ਬਿਲਕੁਲ, ਜੇ ਮੈਂ ਪੰਜਾਬ ਦੇ ਪੁਆਇੰਟ ਹਾਂ ਤਾਂ ਤੁਸੀਂ ਸਾਡੇ ਨਾਲੋਂ ਵੱਧ ਸੇਫ ਹੋ। ਪਰ ਇੱਥੇ ਇੱਕ ਹੋਰ ਸਵਾਲ ਖੜ੍ਹਾ ਹੁੰਦਾ ਕਿ ਜੇ ਇੰਨੇ ਸੁੱਖ ਸਹੂਲਤਾਂ ਮਿਲਣ ਤੋਂ ਬਾਅਦ ਵੀ ਜੇ ਰੱਬ ਨੂੰ ਨਾ ਯਾਦ ਕੀਤਾ ਤਾਂ ਕੁੱਟ ਤੁਹਾਡੇ ਸਾਡੇ ਨਾਲੋਂ ਵੱਧ ਪੈਣੀ ਹੈ। ਬਿਲਕੁਲ, ਬਹੁਤ ਹੀ ਬਹੁਤ ਅਹਿਮ ਗੱਲ ਕਰੀ ਆ। ਮੈਂ ਇਹੀ ਅਖੀਰਲੇ ਆਪਣੇ ਸਵਾਲ ਦੇ ਵੱਲ ਆਉਣਾ ਚਾਹੁੰਦਾ ਸੀ। ਜਦੋਂ ਪਹਿਲੀ ਵਾਰ ਬਾਬੇ ਗਏ ਨੇ ਇੰਗਲੈਂਡ, ਸੋਰੀ, ਕੈਨੇਡਾ ਦੇ ਵਿੱਚ, ਸੋ ਕਹਿੰਦੇ ਵੀ ਉਸ ਵਕਤ ਸੰਤ ਅਤਰ ਸਿੰਘ ਨੇ ਪਿੱਛੋਂ ਸੁਨੇਹਾ ਭੇਜਿਆ ਪ੍ਰੋਫੈਸਰ ਤੇਜਾ ਸਿੰਘ ਦੇ ਰਾਹੀਂ ਕਿ ਸਿੱਖ ਗਏ ਨੇ ਦੂਜੇ ਮੁਲਕਾਂ ਦੇ ਵਿੱਚ ਕਮਾਈ ਕਰਨ ਦੇ ਲਈ ਗਏ ਆ, ਉੱਥੇ ਕਮਾਈ ਵੀ ਬੜੀ ਖੁੱਲ੍ਹ ਕੇ ਕਰਨਗੇ, ਪਦਾਰਥਵਾਦੀ ਵੀ ਹੋਣਗੇ, ਸੋ ਉਹਨਾਂ ਨੂੰ ਭਾਈ ਮੇਰਾ ਸੰਦੇਸ਼ਾ ਦੇ ਦਿਓ ਕਿ ਉਹ ਗੁਰਦੁਆਰੇ ਸਾਹਿਬ ਬਣਾਉਣ ਅਤੇ ਨਾਮ ਜਪਣਾ ਨਾ ਛੱਡਣ, ਇਹ ਨਹੀਂ ਬਚਾ ਕੇ ਰੱਖਣਾ ਗਾ। ਸੋ ਅਸੀਂ ਇੱਥੇ ਬੜਾ ਪੈਸਾ ਵੀ ਵਧੀਆ ਕਮਾਉਂਦੇ ਹਾਂ, ਪਰ ਇਹ ਹੋਰ ਵੀ ਬੜੀਆਂ ਸਾਰੀਆਂ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਮਾਣਦੇ ਹਾਂ, ਪਰ ਜਿਹੜਾ ਅੱਜ ਦਾ ਨੌਜਵਾਨ ਆ ਉਹ ਜਿਹੜਾ ਆਪਾਂ ਅਮੀਰ ਵਿਰਸਾ ਕਹਿੰਦੇ ਹਾਂ, ਜਿਹੜਾ ਸਾਡੇ ਜਿਹੜੀ ਮਨ ਦੀ ਕਮਾਈ ਆ, ਜਿਹੜੀ ਸਾਡੀ ਸੁਰਤ ਦੀ ਕਮਾਈ ਆ, ਉਹ ਤੋਂ ਥੋੜ੍ਹਾ ਦੂਰ ਹੁੰਦਾ ਜਾ ਰਿਹਾ, ਪਰ ਜਿਹੜੇ ਤੁਹਾਡੇ ਜ਼ਿਆਦਾ ਸ਼ੋਅ ਨੇ, ਸੋ ਤੁਹਾਡਾ ਹਮੇਸ਼ਾ ਇਸੇ ਗੱਲ ਦੇ ਉੱਤੇ ਜ਼ੋਰ ਹੁੰਦਾ ਵੀ ਭਾਈ ਸਾਰੀ ਗੱਲ ਇੱਥੇ ਜੁੜਦੀ ਆ, ਇਹਦੇ ਬਾਰੇ ਬਸ ਇਹ ਤੁਸੀਂ ਬੋਲਤਾ ਵੀਰੇ, ਗੱਲ ਇਹ ਹੈ ਕਿ ਸਹੀ ਹੈ, ਕੋਈ ਹੈ ਕਰਮ ਤਾਂ ਚਲੋ ਅੱਛਾ ਹੈ ਕੋਈ, ਕਿ ਤੁਸੀਂ ਸੇਫ ਹੋ, ਅਸੀਂ ਵੀ ਸੇਫ ਹਾਂ, ਪਰ ਤੁਸੀਂ ਸਾਡੇ ਨਾਲੋਂ ਵੱਧ ਸੇਫ ਹੋ। ਜੀ, ਪਰ ਜੇ ਇੰਨਾ ਕੁਛ ਮਿਲਣ ਦੇ ਬਾਵਜੂਦ ਵੀ ਅਸੀਂ ਜੇ ਮੰਨ ਲਓ ਅੰਮ੍ਰਿਤ ਵੇਲਾ ਨਾ ਸਾਂਭਿਆ ਜਾਂ ਹੋਰ ਇਕੱਲੇ ਪਦਾਰਥਾਂ ਜੋਗੇ ਹੀ ਰਹਿ ਗਏ ਕਿ ਇੱਕ ਘਰ ਬਣਾ ਲਿਆ ਤਾਂ ਇੱਕ ਹੁਣ ਹੋਰ ਲੈ ਲਈਏ ਰੈਂਟ 'ਤੇ ਦੇ ਦਈਏ, ਜਾਂ ਇੱਕ ਕਾਰ ਲੈ ਲਈ ਤਾਂ ਹੁਣ ਦੋ ਹੋਰ ਲੈ ਲਈਏ, ਤਾਂ ਫਿਰ ਇਹ ਸਹੀ ਨਹੀਂ ਹੈ। ਤਾਂ ਇੱਥੇ ਥੋੜ੍ਹਾ ਜਿਹਾ ਵਿਚਾਰਨ ਦੀ ਲੋੜ ਹੈ ਕਿ ਜਦੋਂ ਅਸੀਂ ਸਾਡਾ ਖਾਣ ਪੀਣ ਸਾਰਾ ਕੁਛ ਬਹੁਤ ਵਧੀਆ, ਸਾਡੇ ਧੀਆਂ ਪੁੱਤ ਸੇਫ ਹੈ, ਐਜੂਕੇਸ਼ਨ ਸਾਡਾ ਬੇਸਿਕ ਹੈ ਜਿਹੜਾ ਬਹੁਤ ਅੱਛਾ, ਸਾਡੀ ਇੱਥੋਂ ਦੀਆਂ ਜਾਣੀ ਨਵਾਂ ਵਧੀਆ ਭਰਦੇ ਆ, ਸਕੂਲ ਵੀ ਵਧੀਆ ਭਰਦੇ ਆ, ਸਭ ਕੁਛ ਅੱਛਾ ਹੈ, ਉਸ ਤੋਂ ਬਾਅਦ ਜੇ ਅਸੀਂ ਹੁਣ ਮੰਨ ਲਓ ਬੇਸ਼ੁਕਰੇ ਹੋਵਾਂਗੇ ਅਤੇ ਸਾਡੇ ਰੱਬ ਯਾਦ ਹੀ ਨਹੀਂ, ਤਾਂ ਮੇਰੇ ਖਿਆਲ 'ਚ ਫਿਰ ਰੱਬ ਨਾਰਾਜ਼ ਤੁਹਾਡੇ ਨਾਲ ਵੱਧ ਹੋਊਗਾ, ਤੁਹਾਡੇ ਨਾਲ ਵੱਧ ਹੋਊਗਾ। ਪੰਜਾਬ ਹੈ ਤਾਂ ਉੱਥੇ ਉੱਥੇ ਫਿਕਰ ਹੈ ਕਿ ਇੱਕ ਪਰਿਵਾਰ ਦਾ ਇੱਕ ਲਾਣੇਦਾਰ ਹੈ ਤਾਂ ਉਹਦੇ ਤਿੰਨ ਧੀਆਂ,
ਤਾਂ ਮੇਰੇ ਖਿਆਲ 'ਚ ਉਹਨੂੰ ਰੋਟੀ ਦੇ ਹੀ ਲਾਲੇ ਪਏ ਪਏ ਆ ਕਿ ਮੇਰੀ ਦਿਹਾੜੀ 300 ਰੁਪਈਆ ਅਤੇ ਮੈਂ ਬਿਜਲੀ ਦਾ ਬਿੱਲ ਵੀ ਭਰਨਾ ਹੈ, ਹੋਰ 100 ਲੱਲੇ ਭੱਬੇ ਆ, ਸਾਰਾ ਕੁਛ ਕਰਨਾ ਹੈ। ਤਾਂ ਮੇਰੇ ਖਿਆਲ 'ਚ ਤਨ ਦੇ ਉਹ ਓਸ਼ੋ ਰਜਨੀਸ਼ ਦੀ ਗੱਲ ਬੜੀ ਖੂਬਸੂਰਤ ਹੈ। ਕਿਸੇ ਨੇ ਕਿਹਾ ਸੀ ਕਿ ਤੁਸੀਂ ਇੰਡੀਆ 'ਚ ਆ ਕੇ ਕਿਉਂ ਨਹੀਂ ਪ੍ਰਚਾਰ ਕਰਦੇ, ਤਾਂ ਉਹਨਾਂ ਨੇ ਇੱਕੋ ਗੱਲ 'ਚ ਨਿਬੇੜਤੀ ਸੀ, ਕਹਿੰਦੇ ਯਾਰ ਹਜੇ ਇੰਡੀਆ ਤਨ ਤੋਂ ਹੀ ਨਹੀਂ ਸੇਫ ਹੈਗਾ, ਮੈਂ ਇਹਨਾਂ ਨਾਲ ਮਨ ਦੀ ਬਾਤ ਕਿੱਦਾਂ ਕਰਾਂ। ਤਾਂ ਤੁਸੀਂ ਤਨ ਤੋਂ ਸੇਫ ਹੋ, ਮੁਬਾਰਕ ਦਿੰਦਾ ਮੈਂ ਤੁਹਾਨੂੰ ਸਾਰੇ ਬਾਹਰਲੇ ਮੁਲਕ ਦੇ ਵਾਸੀਆਂ ਨੂੰ, ਤਾਂ ਤੁਸੀਂ ਮਨ ਦੀ ਬਾਤ ਖੁੱਲ੍ਹ ਕੇ ਕਰ ਸਕਦੇ ਹੋ। ਸੋ ਇਸ ਕਰਕੇ ਮੇਰਾ ਤਾਂ ਇਹੀ ਜਾਣੀ ਇੱਕ ਰਾਏ ਮਸ਼ਵਰਾ ਹੀ ਆ ਸਾਰੇ ਸੰਗਤ ਨਾਲ ਕਿ ਤੁਹਾਨੂੰ ਮਨ ਦੀ ਬਾਤ ਮੇਰੇ ਖਿਆਲ 'ਚ ਸਾਡੇ ਤੋਂ ਵੀ ਜ਼ਿਆਦਾ ਕਰਨੀ ਚਾਹੀਦੀ। ਬਿਲਕੁਲ ਬਿਲਕੁਲ ਕਰਨੀ ਚਾਹੀਦੀ ਅਤੇ ਜ਼ਿੰਮੇਵਾਰੀ ਬਣਦੀ ਹੈ। ਸੋ ਅਖੀਰ ਦੇ ਉੱਤੇ ਮੈਂ ਇੱਕ ਸਵਾਲ ਜੇਕਰ ਨਾ ਪੁੱਛਾਂਗਾ ਅਤੇ ਸਾਡੇ ਦੇਖਣ ਵਾਲਿਆਂ ਨਾਲ ਸੁਣਨ ਵਾਲਿਆਂ ਨਾਲ ਕਾਫੀ ਜ਼ਿਆਦਾ ਜਾਤੀ ਹੋਊਗੀ। ਸੋ ਪਿੱਛੇ ਜੇ ਕੰਵਰ ਗਰੇਵਾਲ ਦੇ ਆਨੰਦ ਕਾਰਜ ਹੋਏ ਆ, ਆਨੰਦ ਕਾਰਜ ਬੜੇ ਚਰਚਾ ਦੇ ਵਿੱਚ ਰਹਿੰਦੇ ਨੇ, ਜਿਹੜੇ ਬੰਦੇ ਮਸ਼ਹੂਰ ਹੁੰਦੇ ਆ, ਸੋ ਵੱਡੇ ਵੱਡੇ ਟੀਵੀਆਂ 'ਤੇ ਦਿਖਾਉਂਦੇ ਆ, ਇਕੱਠ ਦਿਖਾਉਂਦੇ ਆ, ਹੈਲੀਕਾਪਟਰਾਂ ਉੱਤੇ ਵੀਡੀਓ ਬਣਦੀਆਂ ਨੇ, ਅਤੇ ਜਿਹੜਾ ਕੰਵਰ ਦਾ ਆਨੰਦ ਕਾਰਜ ਆ ਉਹ ਬੜਾ ਸਾਦਾ ਅਤੇ ਬੜਾ ਆਮ ਘਰ ਦੇ ਵਿੱਚ ਇੱਕ ਹੋਇਆ। ਸੋ ਗੱਲਾਂ ਬਹੁਤ ਕਰਦੇ ਆ ਸਾਦੀ ਜ਼ਿੰਦਗੀ ਜਿਉਣ ਦੀਆਂ, ਬਹੁਤ ਗਾਇਕ ਜਾਂ ਹੋ, ਇਹ ਜਿਹੜੀ ਐਗਜ਼ਾਮਪਲ ਤੁਸੀਂ ਸੈੱਟ ਕੀਤੀ, ਜਿਹੜੀ ਉਦਾਹਰਨ ਸੈੱਟ ਕੀਤੀ, ਭਾਵੇਂ ਕਿ ਤੁਸੀਂ ਮਿੱਥ ਕੇ ਨਹੀਂ ਕੀਤੀ, ਇੱਕ ਆਮ ਸਹਿਜ ਜ਼ਿੰਦਗੀ ਦੇ ਵਿੱਚ ਕੀਤੀ, ਸੋ ਪਹਿਲਾਂ ਤੁਹਾਨੂੰ ਇਹਦੇ ਬਾਰੇ ਬਹੁਤ ਬਹੁਤ ਵਧਾਈ। ਸੋ ਇਹਦੇ ਬਾਰੇ ਵੀ ਇੱਕ ਦੋ ਸ਼ਬਦ ਜ਼ਰੂਰ ਕਹੋ, ਜਾਂ ਵੀ ਅੱਜ ਦੇ ਜਿਹੜੀ ਸਾਡੇ ਹੋਰ ਨੌਜਵਾਨ ਵੀ ਇਹ ਤੋਂ ਇੰਸਪਾਇਰ ਹੋਣ। ਤੇਜੂ ਬਾਈ, ਮੈਂ ਸਟੇਜ 'ਤੇ ਬਹੁਤ ਬੋਲਦਾ ਹੈ ਨਾ, ਇਹ ਚਲੋ ਨੈਚੁਰਲੀ ਹੈ ਕਿ ਜਦੋਂ ਦਾ ਮੈਂ ਲਾਈਵ ਪ੍ਰੋਗਰਾਮ ਕਰਨ ਲੱਗਿਆ ਤਾਂ ਬਹੁਤ ਗੱਲਾਂ ਬੋਲ ਜਾਂਦਾ। ਤਾਂ ਹੁਣ ਰੌਲਾ ਇਹ ਹੈ ਕਿ ਜੇ ਮੈਂ ਆਪ ਗੁੜ ਖਾਊਂਗਾ ਅਤੇ ਮੈਂ ਤੁਹਾਨੂੰ ਕਹਾਂ ਕਿ ਭਾਈ ਗੁੜ ਨਾ ਖਾਇਓ, ਤਾਂ ਫਿਰ ਉਹ ਸਹੀ ਨਹੀਂ ਹੈ। ਤਾਂ ਇਸ ਕਰਕੇ ਹੁਣ ਜਦੋਂ ਮੈਂ ਤਾਂ ਆਪ ਇਹਨਾਂ ਗੱਲਾਂ ਨੂੰ ਸਟੇਜਾਂ 'ਤੇ ਡਿਸਕਸ ਕਰਦਾ ਸਾਰਿਆਂ ਨਾਲ ਕਿ ਯਾਰ ਪੰਜਾਬ 'ਚ ਅਸੀਂ ਸਾਡੇ ਵਿਆਹ ਸਾਦੇ ਕਰ ਲਈਏ ਅਤੇ ਇੱਕ ਚੜਾਵੇ 'ਚ ਲਾਉਣੋਂ ਹਟ ਜਾਈਏ, ਤਾਂ ਪੰਜਾਬ ਬੜਾ ਅਮੀਰ ਹੈ, ਸਾਡੇ ਕੋਲ ਬਹੁਤ ਪੈਸਾ ਹੈ, ਤਾਂ ਪਦਾਰਥਾਂ ਦੇ ਢੇਰ ਲੱਗ ਜਾਣਗੇ, ਤਾਂ ਅਸੀਂ ਗਰੀਬ ਕਿਤੇ ਪਏ ਹਾਂ, ਸਾਡੀ ਈਗੋ ਪ੍ਰੋਬਲਮ ਨੇ, ਅਸੀਂ ਵਿਆਹਾਂ 'ਤੇ 50-50 ਲੱਖ ਰੁਪਈਆ ਲੱਗਣ ਲੱਗ ਗਿਆ, 50-50 ਲੱਖ ਰੁਪਈਆ, ਤਾਂ ਹੁਣ ਪੈਸੇ ਮੈਂ ਬਥੇਰੇ ਕਮਾਉਣਾ। ਤਾਂ ਮੇਰੇ ਖਿਆਲ 'ਚ ਮੇਰਾ ਵਿਆਹ ਵੀ ਬੜੇ ਆਰਾਮ ਨਾਲ 6-7 ਦਿਨ ਚੱਲ ਸਕਦਾ ਸੀ, ਰੋਜ਼ ਇੱਕ ਨਵਾਂ ਕਲਾਕਾਰ, ਸਾਰੇ ਤਾਂ ਦੋਸਤ ਨੇ, ਜਿਹਨੂੰ ਮਰਜ਼ੀ ਕਹਿੰਦਾ ਕਿ ਆ ਕੇ ਇੱਕ ਦਿਨ ਤੂੰ ਖੜਾ ਲਾ ਦੇ, ਇੱਕ ਦਿਨ ਤੂੰ ਲਾ ਦੇ, ਉੱਥੇ ਸ਼ਰਾਬਾਂ ਚੱਲਦੀਆਂ, ਸਭ ਕੁਛ ਹੁੰਦਾ, ਪਰ ਮੇਰੇ ਖਿਆਲ 'ਚ ਭਗਵਾਨ ਖੁਸ਼ ਨਹੀਂ ਇਹਨਾਂ ਗੱਲਾਂ ਤੋਂ। ਤਾਂ ਇਸ ਕਰਕੇ ਡਰੀਏ ਕਰਤਾਰ ਤੋਂ, ਉੱਚਾ ਨਾ ਬੋਲ ਬੋਲੀਏ, ਤਾਂ ਇਹ ਵਧੀਆ ਹੈ। ਬੇਬੇ ਹੋਣੀ ਖੁਸ਼ ਸੀ, ਸਾਰੇ ਰਿਸ਼ਤੇਦਾਰ ਖੁਸ਼ ਸੀ, ਮੰਮੀ ਡੈਡੀ ਖੁਸ਼ ਸੀ, ਔਰ ਸਭ ਤੋਂ ਵੱਡੀ ਗੱਲ ਕਿ ਮੈਂ ਆਪ ਖੁਸ਼ ਸੀ, ਕਿਉਂਕਿ ਸਾਰੇ ਵਿਆਹ ਦੇ ਵਿੱਚ ਮੇਰੇ ਖਿਆਲ 'ਚ ਇੱਕੋ ਹੀ ਗੱਲ ਹੈ ਕਿ ਉਸ ਬਾਪ ਤੋਂ ਥਾਪੜਾ ਲੈਣਾ ਔਰ ਉਹ ਲਾਵਾਂ 'ਚ ਮਿਲ ਜਾਣਾ। ਤਾਂ ਉਹੀ ਬਸ ਅਸੀਂ ਤੜਕੇ ਅੰਮ੍ਰਿਤ ਵੇਲੇ ਗਏ ਤਾਂ ਉਹ ਗੁਰੂ ਸਾਹਿਬ ਨੇ ਥਾਪੜਾ ਦਿੱਤਾ, ਤਾਂ ਉਹ ਮੇਰੇ ਲਈ ਸਰਦਾਰ ਨੀ ਅੰਮ੍ਰਿਤ ਛਕਿਆ ਹੋਇਆ, ਤਾਂ ਪਹਿਲਾਂ ਹੀ ਸਿੱਖੀ 'ਚ ਹੈ, ਤਾਂ ਉਹ ਤਾਂ ਮੇਰੇ ਲਈ ਹੋਰ ਸ਼ੁਕਰ ਦੀ ਗੱਲ ਹੈ ਕਿ ਮੈਂ ਉਹ ਤੋਂ ਜ਼ਿੰਦਗੀ 'ਚ ਬਹੁਤ ਕੁਝ ਸਿੱਖੂੰਗਾ। ਸੋ ਬੜੀ ਚੰਗੀ ਗੱਲ ਆ ਸੀ, ਬੜੇ ਭਾਗਾਂ ਵਾਲੇ ਹੋ ਕਿ ਤੁਹਾਡਾ ਇਹ ਜਿਹੜੇ ਜੀਵਨ ਸਾਥੀ ਆ ਉਹ ਵੀ ਧਰਮ ਦੇ ਅਤੇ ਸਿੱਖੀ ਦੇ ਕਾਫੀ ਨਜ਼ਦੀਕ ਆ, ਅੰਮ੍ਰਿਤ ਛਕਿਆ ਸਭ ਤੋਂ ਸ਼ਿਖਰ ਹੁੰਦੀ। ਮੈਲਬੋਰਨ ਦੇ ਵਿੱਚ ਤੁਸੀਂ ਐਤਵਾਰ ਨੂੰ ਸ਼ੋਅ ਕਰਨ ਜਾ ਰਹੇ ਹੋ, ਸੋ ਉਹਦੀ ਵੀ ਸਰੋਤਿਆਂ ਨੂੰ ਬੜੀ ਉਤਸੁਕਤਾ ਦੇ ਨਾਲ ਉਹਦੀ ਵੇਟ ਕਰ ਰਿਹਾ ਉਹਦੀ। ਸੋ ਪਰ ਮੈਂ ਚਾਹੁੰਦਾ ਕਿ ਆਪਾਂ ਗਾਉਣ ਬਚਾਉਣ ਮਾੜਾ ਮੋਟਾ ਕਰਿਆ ਨਹੀਂ ਸੀ, ਸੋ ਇੱਕ ਮੇਰੀ ਪਸੰਦ ਤਾਂ ਹੈਗੀ ਆ ਮਸਤਾਨਾ ਜੋਗੀ, ਜੇਕਰ ਤੁਸੀਂ ਕੋਈ ਹੋਰ ਗਾਉਣਾ ਚਾਹੁੰਦੇ ਫਿਰ ਫਿਰ ਮਾਈਕ ਫਿਰ ਤੁਸੀਂ ਹੱਥ ਲੈ ਲਓ, ਮੈਂ ਠੀਕ ਹੈ ਜੀ। ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ, ਬਾਬਰ ਦੇ ਜੇਲ ਖਾਨੇ ਪੀਸਣ ਨੂੰ ਮਿਲਦੇ ਦਾਣੇ, ਬਾਬਰ ਦੇ ਜੇਲ ਖਾਨੇ ਪੀਸਣ ਨੂੰ ਮਿਲਦੇ ਦਾਣੇ, ਚੱਕੀ ਤਾਂ ਬੋਲੇ ਸਤ ਕਰਤਾਰ ਇੱਕ ਮਸਤਾਨਾ ਜੋਗੀ, ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ, ਪਾਂਧੇ ਕੋਲ ਪੜ੍ਹਨੇ ਪਾਇਆ ਪਾਂਧੇ ਨੂੰ ਆਪ ਪੜ੍ਹਾਇਆ, ਪਾਂਧੇ ਕੋਲ ਪੜ੍ਹਨੇ ਪਾਇਆ ਪਾਂਧੇ ਨੂੰ ਆਪ ਪੜ੍ਹਾਇਆ, ਫੱਟੀ 'ਤੇ ਫੱਟੀ 'ਤੇ ਫੱਟੀ 'ਤੇ ਲਿਖਿਆ ਇੱਕ ਓਂਕਾਰ ਇੱਕ ਮਸਤਾਨਾ ਜੋਗੀ, ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ, ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਹੋ। ਕਿਆ ਬਾਤ ਹੈ ਜੀ, ਸੋ ਗਰੇਵਾਲ ਸਾਹਿਬ ਬੜਾ ਆਨੰਦ ਵਾਜਦਾ ਗਾ, ਸੋ ਇਦੋਂ ਹੋਰ ਵੀ ਆਨੰਦ ਵੱਜੂ ਜਦੋਂ ਤੁਸੀਂ ਜਿਹਨੂੰ ਗਾਵੋਗੇ ਥੋਰਨ ਵਾਰੀ ਥੀਏਟਰ ਦੇ ਵਿੱਚ।
ਸੋ ਸਰੋਤਿਓ, ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਥੋਰਨਬਰੀ ਥੀਏਟਰ 869 ਹਾਈ ਸਟਰੀਟ 10 ਜੁਲਾਈ ਨੂੰ ਭਾਵ ਕਿ ਆਉਂਦੇ ਐਤਵਾਰ ਨੂੰ ਸ਼ੋਅ ਹੋਣ ਜਾ ਰਿਹਾ। ਕੰਵਰ ਗਰੇਵਾਲ ਮਸਤਾਨਾ ਜੋਗੀ ਟੂਰ ਲੈ ਕੇ ਆਸਟ੍ਰੇਲੀਆ ਦੇ ਵਿੱਚ ਆਏ ਹੋਏ ਨੇ। ਸੋ ਇਹਦੀਆਂ ਟਿਕਟਾਂ ਤੁਸੀਂ ਬਾਏ ਕਰ ਸਕਦੇ ਹੋ, ਔਨਲਾਈਨ ਵੀ ਬਾਏ ਕਰ ਸਕਦੇ ਹੋ, ਜਾਂ ਅਰਸ਼ੀ ਸਿੰਘ ਨੂੰ ਵੀ ਕਾਲ ਕਰ ਸਕਦੇ ਹੋ, ਜਿਨ੍ਹਾਂ ਦਾ ਨੰਬਰ ਹੈ 0425-164-735, 0425-164-735, ਜਾਂ SLSCtickets.com.au ਦੇ ਉੱਤੇ ਵੀ ਤੁਸੀਂ ਲੌਗਇਨ ਕਰਕੇ ਟਿਕਟਾਂ ਲੈ ਸਕਦੇ ਹੋ। ਸੋ ਗਰੇਵਾਲ ਸਾਹਿਬ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਸੋ ਜਿਹੜੀਆਂ ਰੂਹ ਦੀਆਂ ਗੱਲਾਂ ਸੋ ਯੂਨੀਵਰਸਿਟੀ ਕਰਦੇ ਹੁੰਦੇ ਸੀ, ਉਹ ਅੱਜ ਆਸਟ੍ਰੇਲੀਆ ਦੇ ਵਿੱਚ ਵੀ ਦੁਬਾਰੇ ਫੇਰ ਕਰੀਆਂ। ਸੋ ਅਸਲ ਦੇ ਵਿੱਚ ਗੱਲਾਂ ਉਹੀ ਹੁੰਦੀਆਂ ਜਦੋਂ ਸਾਹਮਣੇ ਵਾਲੇ ਨੂੰ ਤੁਸੀਂ ਗੱਲਾਂ ਕਰਦੇ ਹੋ, ਸੋ ਉਹ ਗੱਲ ਦਾ ਹੰਗਾਰਾ ਓਨੇ ਹੀ ਜੋਸ਼ ਦੇ ਨਾਲ ਭਰੇ ਅਤੇ ਉਹਨੇ ਉਹ ਗੱਲ ਪਹਿਲਾਂ ਕੀਤੀ ਹੋਵੇ। ਸੋ ਆਪਾਂ ਸਾਰੀਆਂ ਉਹ ਗੱਲਾਂ ਕੀਤੀਆਂ। ਸੋ ਇਹ ਜਿਹੜੀ ਇੰਟਰਵਿਊ ਅਸਲ ਉੱਤੇ ਤੁਸੀਂ ਰੀਅਲ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ, ਅਤੇ ਬਾਅਦ ਦੇ ਵਿੱਚ ਕੌਮੀ ਆਵਾਜ਼ ਦੇ ਯੂਟਿਊਬ ਚੈਨਲ ਦੇ ਉੱਤੇ ਅਤੇ ਰੀਅਲ ਟੀਵੀ ਦੇ ਯੂਟਿਊਬ ਚੈਨਲ ਦੇ ਉੱਤੇ ਵੀ ਦੇਖ ਸਕਦੇ ਹੋ। ਸੋ ਤੁਹਾਨੂੰ ਕਿਸ ਤਰ੍ਹਾਂ ਦੀ ਇਹ ਇੰਟਰਵਿਊ ਲੱਗੀ ਜ਼ਰੂਰ ਦੱਸਣਾ। ਗਰੇਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਅਖੀਰ ਦੇ ਉੱਤੇ ਫਿਰ ਆਪਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਸਮੇਂ ਦੇ ਜਦੋਂ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੜ੍ਹਦੇ ਹੁੰਦੇ ਸੀ, ਇੱਕ ਦਿਨ ਯੂਨੀਵਰਸਿਟੀ ਦੇ ਮਹਾਰਾਜਾ ਰਣਜੀਤ ਸਿੰਘ ਭਵਨ, ਜਿਹਨੂੰ ਕਲਾ ਭਵਨ ਕਿਹਾ ਜਾਂਦਾ, ਉਹਦੇ ਵਿੱਚ ਇੱਕ ਸਮਾਗਮ ਹੋਇਆ, ਜਿੱਥੇ ਉਸ ਵਕਤ 'ਤੇ ਉਸ ਸਮੇਂ ਵੀ ਸੀ ਜਿਹੜੇ ਅੱਜ ਵੀ ਵੀ ਸੀ ਨੇ ਡਾਕਟਰ ਜਸਪਾਲ ਸਿੰਘ। ਸੋ ਉਹਨਾਂ ਨੇ ਗੱਲ ਕਹੀ ਕਿ ਅਸੀਂ ਜਿਹੜਾ ਬਾਹਰਲੀ ਪ੍ਰਤਿਭਾ ਬਹੁਤ ਜ਼ਿਆਦਾ ਦੇਖਦੇ ਹਾਂ, ਜਿਹੜੀ ਟੈਲੀਵਿਜ਼ਨਾਂ 'ਤੇ ਜਾਂ ਕਿਤੇ ਹੋਰ ਆਉਂਦੀ ਹੈ, ਪਰ ਜਿਹੜਾ ਸਾਡਾ ਲੋਕਲ ਟੇਲੈਂਟ ਆ, ਜਿਹੜਾ ਸਾਡੇ ਯੂਨੀਵਰਸਿਟੀ ਦਾ ਆਪਣਾ ਖਜ਼ਾਨਾ ਗਾ, ਉਹਨਾਂ ਦੀ ਅਸੀਂ ਗੱਲ ਵੀ ਸਾਨੂੰ ਕਰਨੀ ਚਾਹੀਦੀ ਹੈ। ਸੋ ਉਹਨਾਂ ਨੇ ਜ਼ਿਕਰ ਕੀਤਾ ਕਿ ਜਦੋਂ ਇੱਕ ਸਾਡੀ ਯੂਨੀਵਰਸਿਟੀ ਦਾ ਨੌਜਵਾਨ ਉਹ ਹਾਰਮੋਨੀਅਮ ਦੇ ਉੱਤੇ ਉਂਗਲੀ ਰੱਖਦਾ ਅਤੇ ਉਹ ਸੁਰਾਂ ਦੇ ਨਾਲ ਫਿਰ ਗੱਲਾਂ ਕਰਦਾ, ਅਤੇ ਉਹ ਕਿਆ ਬਾਤਾਂ ਹੀ ਨੇ। ਉਹ ਨੌਜਵਾਨ ਸੀ ਕੰਵਰ ਗਰੇਵਾਲ। ਗਰੇਵਾਲ ਸਾਹਿਬ ਅੱਜ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ, ਆਓ ਉਹਨਾਂ ਨੂੰ ਜੀ ਉਹਨੂੰ ਕਹਿੰਦੇ ਹਾਂ। ਗਰੇਵਾਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਤੋਂ ਪਹਿਲਾਂ ਤੁਹਾਨੂੰ ਆਸਟ੍ਰੇਲੀਆ ਆਉਣ ਦੇ ਉੱਤੇ GUI ਨੂੰ ਕਹਿੰਦੇ ਹਾਂ, ਸੋ ਇਹ ਤੁਹਾਡੀ ਪਹਿਲੀ ਫੇਰੀ ਆ, ਆਸਟ੍ਰੇਲੀਆ ਆ ਕੇ ਕਿਵੇਂ ਲੱਗਿਆ? ਪਹਿਲਾਂ ਮੈਂ ਵੀ ਦਰਸ਼ਕਾਂ ਨਾਲ ਗੱਲ ਸਾਂਝੀ ਕਰ ਲਾਂ ਜੀ। ਗੁਰਤੇਜ ਸਿੰਘ ਸਮਰਾ ਸਾਡਾ ਪੁਰਾਣਾ ਦੋਸਤ ਆ ਯੂਨੀਵਰਸਿਟੀ ਦਾ, ਪਰ ਹੁਣ ਮੈਂ ਸਾਡੀ ਅੱਜ ਗੱਲਬਾਤ ਹੋਣੀ ਹੈ ਤਾਂ ਮੈਂ ਤੇਜੂ ਬਾਈ ਕਹਿ ਕੇ ਬੁਲਾਊਂਗਾ। ਠੀਕ ਹੈ ਜੀ। ਸੋ ਸਾਡਾ ਤੇਜੂ ਹੀ ਹੈ। ਠੀਕ ਹੈ। ਤਾਂ ਬਸ ਹਾਂ ਦੋਸਤਾ, ਆ ਗਏ ਆਸਟ੍ਰੇਲੀਆ, ਪਹਿਲੀ ਵਾਰੀ ਆਇਆ ਅਤੇ ਬੜਾ ਚੰਗਾ ਹੈ, ਸਾਰਾ ਮਾਹੌਲ ਪੋਜ਼ਿਟਿਵ ਹੈ, ਸਭ ਕੁਛ। ਬਾਕੀ ਕਰਦੇ ਹਾਂ ਗੱਲਾਂ ਜੀ। ਸੋ ਗੱਲਾਂ ਅਸੀਂ ਖੁੱਲ੍ਹੀਆਂ ਕਰਾਂਗੇ, ਜਿਸ ਤਰ੍ਹਾਂ ਉਹਨੇ ਦੱਸਿਆ ਕਿ ਅਸੀਂ ਗਰਿਆਲ ਕਹਿੰਦੇ ਹੁੰਦੇ ਸੀ, ਅਤੇ ਹੁਣ ਗਰਿਆਲ ਸਾਹਿਬ ਬਣ ਗਏ ਨੇ, ਅਤੇ ਪਰ ਇਹਨਾਂ ਦਾ ਜਿਹੜਾ ਗੱਲ ਕਰਨ ਦਾ ਸੁਭਾਗ ਆ, ਜਿਹੜਾ ਇਹਨਾਂ ਦਾ ਆਮ ਵਿਚਰਨ ਦਾ ਸੁਭਾਗ ਆ, ਸੋ ਉਹ ਉਹੋ ਜਿਹੀ ਆ, ਉਹੋ ਜਿਹੀ ਨੇ। ਸੋ ਕੰਵਰ ਗਰੇਵਾਲ ਜਿਹੜਾ ਬੜਾ ਹਸਮੁੱਖ ਮੁੰਡਾ, ਹਸਮੁੱਖ ਅੱਜ ਵੀ ਆ, ਅਤੇ ਯੂਨੀਵਰਸਿਟੀ ਦੇ ਵਿੱਚ ਬੜਾ ਅਲਬੇਲਾ ਜਿਹਾ ਬੰਦਾ ਫਿਰਦਾ ਰਹਿੰਦਾ ਸੀ। ਸੋ ਉਸ ਵਕਤ ਜਿਹੜਾ ਇੰਨੀਆਂ ਗੱਲਾਂ ਧਾਰਮਿਕ ਨਹੀਂ ਸੀ, ਸੋ ਇਸ ਪਾਸੇ ਵੱਲ ਜਿਹੜਾ ਮੋੜ, ਇਹ ਕਦੋਂ ਮੁੜਿਆ ਅਤੇ ਐਡਾ ਇੱਕ ਵੱਡਾ ਮੋੜ ਜ਼ਿੰਦਗੀ ਦੇ ਵਿੱਚ ਕਦੋਂ ਆਇਆ? ਤੇਜੂ ਬਾਈ, 2010 ਦੀ ਗੱਲ ਹੈ, 19 ਦਸੰਬਰ 2010, ਤਾਂ ਉਸ ਦਿਨ ਆਪਣੇ ਰਹੀੜੇ ਵਾਲਾ ਮਿੱਠਾ ਜੀ ਹਿੰਦੀ ਡਿਪਾਰਟਮੈਂਟ 'ਚ ਜੀ, ਤਾਂ ਉਹ ਮੈਨੂੰ ਨਾ ਭਗਤ ਸਿੰਘ ਹੋਸਟਲ, ਹਾਂ, ਉਹ ਮੈਨੂੰ 10-15 ਦਿਨ ਤੋਂ ਕਹਿ ਰਿਹਾ ਸੀ, ਕਹਿੰਦਾ ਯਾਰ ਨਾ ਵੀ ਸਾਡੀ ਫੈਮਿਲੀ ਇੱਕ ਫਕੀਰ ਕੋਲ ਜਾਂਦੀ ਹੈ, ਬੇਬੇ ਕਹਿੰਦੇ ਅਸੀਂ ਸਾਰੇ ਪਿਆਰ ਨਾਲ, ਤਾਂ ਇੱਕ ਕੁਟੀਆ 'ਚ ਰਹਿੰਦੀ ਹੈ, ਤਾਂ ਵੀ ਤੂੰ ਮੇਰੇ ਨਾਲ ਚੱਲ ਕਦੇ। ਤਾਂ ਉਹ ਚਲੋ ਆਖਰ 19 ਦਸੰਬਰ ਨੂੰ ਉਹ ਦਿਨ ਆ ਗਿਆ, ਤਾਂ ਅਸੀਂ ਦੋਨੇ ਚਲੇ ਗਏ ਉੱਥੇ। ਉਦੋਂ ਮੈਨੂੰ ਨੌਕਰੀ ਮਿਲ ਗਈ ਸੀ ਠੀਕ ਹੈ ਯੂਨੀਵਰਸਿਟੀ, ਤਾਂ ਅਸੀਂ ਜਦੋਂ ਗਏ ਤਾਂ ਬੇਬੇ ਹੋਰਾਂ ਨੇ ਜਾਣ ਸਾਰ ਮੈਨੂੰ ਪੁੱਛਿਆ ਕਿ ਤੂੰ ਕੀ ਕੰਮ ਕਰਦਾ ਹੈ, ਗਾਉਣਾ ਹੈ? ਮੈਂ ਕਿਹਾ ਜੀ ਹਾਂ ਥੋੜ੍ਹਾ ਬਹੁਤਾ ਗਾ ਲਿਆ। ਕਹਿੰਦੇ ਸੁਣਾ ਕੁਛ। ਠੀਕ ਹੈ। ਤਾਂ ਮੈਂ ਉੱਥੇ ਫਿਰ ਉਹ ਸਾਈਂ ਜ਼ਹੂਰ ਸਾਹਿਬ ਦਾ ਗੀਤ ਉਹਨਾਂ ਦੇ ਨਾਲ 'ਚ ਮੈਨੂੰ ਕਾਫੀ ਚੜਿਆ ਹੋਇਆ ਸੀ, ਅੱਲਾਹੂ ਅੱਲਾਹੂ ਥੋੜ੍ਹਾ ਜਿਹਾ ਹਸਰਾ ਦੇਣਾ, ਪਹਿਲਾਂ ਗੱਲ ਪੂਰੀ ਕਰ ਲਾਂ। ਠੀਕ ਹੈ। ਤਾਂ ਉਹ ਗੀਤ ਫਿਰ ਮੈਂ ਉੱਥੇ 3-4 ਘੰਟੇ ਗਾਉਂਦਾ ਰਿਹਾ। ਅੱਛਾ। ਨਾਲ ਸਾਡੇ ਇੱਕ ਬਿੰਦਰ ਢੋਲਕੀ ਵਾਲਾ ਸੀ, ਉੱਥੇ ਕੁਟੀਆ 'ਚ ਸੇਵਾਦਾਰ ਸੀ, ਤਾਂ ਉਹ ਗਾਉਂਦਾ ਰਿਹਾ, ਵਜਾਉਂਦਾ ਰਿਹਾ ਨਾਲ। ਤਾਂ ਉੱਥੋਂ ਫਿਰ ਜਦੋਂ ਮੈਂ 3-4 ਘੰਟੇ ਉੱਥੇ ਰਿਹਾ, ਤਾਂ ਹਾਲਾਂਕਿ ਅਸੀਂ ਵਾਪਸ ਆ ਗਏ ਯੂਨੀਵਰਸਿਟੀ, ਪਰ ਉਸ ਰਾਤ ਸੱਚ ਜਾਣਾ ਤੁਸੀਂ, ਮੈਨੂੰ ਨੀਂਦ ਨਹੀਂ ਆਈ। ਅੱਛਾ। ਉਹ ਬੇਬੇ ਹੋਰਾਂ ਦਾ ਲਾਈਫ ਸਟਾਈਲ ਦੇਖ ਕੇ, ਉੱਥੇ ਕੁਟੀਆ ਦਾ ਐਟਮੋਸਫੀਅਰ ਦੇਖ ਕੇ, ਸਾਰਾ ਇੰਝ ਲੱਗਿਆ ਕਿ ਯਾਰ ਇਹ ਕਿਹੜੀ ਜ਼ਿੰਦਗੀ ਹੈ। ਠੀਕ ਹੈ।
ਕਿ ਇੱਕ ਜ਼ਿੰਦਗੀ ਤਾਂ ਅਸੀਂ ਜਿਉਂ ਰਹੇ ਹਾਂ, ਇੱਕ ਇਹ ਜ਼ਿੰਦਗੀ ਹੈ। ਐਸਾ ਹਸਮੁਖ ਚਿਹਰਾ, ਬੇਪਰਵਾਹ ਚਿਹਰਾ, ਲਾਪਰਵਾਹ ਨਹੀਂ ਬੇਪਰਵਾਹ ਚਿਹਰਾ, ਬੇਪਰਵਾਹ ਚਿਹਰਾ ਯਾਰ ਕਿੰਨਾ ਨੂਰ ਆ ਚਿਹਰੇ 'ਤੇ, ਇਹੋ ਜਿਹਾ ਇਹ ਇਹ ਲੋਕ ਕੀ ਕਰਦੇ ਆ। ਤਾਂ ਇਹੀ ਸਵਾਲ ਲੈ ਕੇ ਮੈਂ ਅਗਲੇ ਦਿਨ ਮੈਂ ਡਿਪਾਰਟਮੈਂਟ ਨਹੀਂ ਗਿਆ, ਮੈਂ ਫਿਰ ਕੁਟੀਆ ਜਾ ਵੜਿਆ। ਮੈਂ ਮਲੇਰਕੋਟ ਵਾਲੀ ਬੱਸ ਫੜੀ, ਤਾਂ ਉੱਥੋਂ ਨਾਲ ਹੀ ਪਿੰਡ ਆ ਇਹ 10 ਕਿਲੋਮੀਟਰ ਫਲੌਣ ਕਲਾਂ, ਤਾਂ ਮੈਂ ਉੱਥੇ ਚਲਾ ਗਿਆ। ਫਿਰ ਬੇਬੇ ਫਿਰ ਹੱਸ ਕੇ ਕਹਿੰਦੀ ਫਿਰ ਆ ਗਿਆ, ਤਾਂ ਉਹੀ ਵੀਰੇ ਬਸ 10-15 ਦਿਨ ਉਹ ਚੱਲਦਾ ਰਿਹਾ। ਤੁਸੀਂ ਮੰਨ ਲਓ ਕਿ 19 ਦਸੰਬਰ ਤੋਂ 1 ਜਨਵਰੀ ਨੂੰ ਮੇਰਾ ਜਨਮ ਦਿਨ ਹੈ, ਤਾਂ ਉਦੋਂ ਤੱਕ ਮੈਂ ਮੇਰੇ ਖਿਆਲ 'ਚ 8-9 ਗੇੜੇ ਲਾਤੇ। ਤਾਂ 1 ਜਨਵਰੀ ਨੂੰ ਫਿਰ ਉੱਥੇ ਸਤਸੰਗ ਰੱਖ ਲਿਆ, ਬੇਬੇ ਹੁਣ ਚੱਲ ਤੇਰਾ ਜਨਮ ਦਿਨ ਹੈ ਵੀ ਆਈ, ਆਪਾਂ ਥੋੜ੍ਹੀ ਸੰਗਤ ਵੀ ਬੁਲਾ ਲਾਂਗੇ ਅਤੇ ਆਪਾਂ ਕਲਾਸ ਕਰ ਲਾਂਗੇ ਲੈ ਲਾਂਗੇ। ਠੀਕ ਆ। ਤਾਂ ਬਸ ਉਸ ਤੋਂ ਬਾਅਦ ਫਿਰ ਜਗ੍ਹਾ ਨਾਲ ਪਿਆਰ, ਬੇਬੇ ਨਾਲ ਪਿਆਰ, ਉਹਦੇ ਖਿਆਲਾਂ ਨਾਲ, ਵਿਚਾਰਾਂ ਨਾਲ ਪਿਆਰ ਵੱਧਦਾ ਗਿਆ। ਠੀਕ ਆ। ਤਾਂ ਫਿਰ ਅਖੀਰ 'ਤੇ ਆ ਕੇ 2011 ਦੀਆਂ ਛੁੱਟੀਆਂ ਜਿਹੜੀਆਂ ਆਪਣੀ ਯੂਨੀਵਰਸਿਟੀ 'ਚ ਮਈ ਜੂਨ ਦੀਆਂ, ਠੀਕ ਆ, ਤਾਂ ਉਦੋਂ ਫਿਰ ਮੈਂ ਉੱਥੇ ਰਹਿਣਾ ਸ਼ੁਰੂ ਕਰਤਾ। ਛੁੱਟੀਆਂ ਤੋਂ ਬਾਅਦ ਫਿਰ ਮੇਰਾ ਵੀ ਜੀ ਨਹੀਂ ਕੀਤਾ ਜਾਣ ਨੂੰ, ਬੇਬੇ ਦਾ ਵੀ ਘੱਲਣ ਨੂੰ ਜੀ ਨਹੀਂ ਕੀਤਾ। ਠੀਕ ਆ। ਤਾਂ ਫਿਰ ਮੈਂ ਨੌਕਰੀ ਛੱਡ ਕੇ ਬਸ ਉੱਥੇ ਹੀ ਰਹਿਣ ਲੱਗ ਗਿਆ, ਤਾਂ ਉੱਥੋਂ ਦੀਆਂ ਕਲਾਸਾਂ, ਉੱਥੋਂ ਦੀ ਵਾਈਬ੍ਰੇਸ਼ਨ, ਬੇਬੇ ਹੋਰਾਂ ਦੀਆਂ ਗੱਲਾਂ ਬਾਤਾਂ ਸਾਰੀਆਂ, ਫਿਰ ਉਹਨਾਂ ਦਾ ਅਸਰ ਹੌਲੀ ਹੌਲੀ ਮੈਲੇ, ਚਲੋ ਅੱਜ ਵੀ ਖੈਰ ਬਹੁਤ ਹੈ, ਪਰ ਜਿਹੜਾ ਪਰ ਯਾਨੀ ਕਾਫੀ ਮੈਲ ਬੇਬੇ ਹੋਰਾਂ ਨੇ ਆਪਣੇ ਯਾਨੀ ਉੱਥੇ ਲਾਈ ਆਪਣੇ ਵਿਚਾਰਾਂ ਰਾਹੀਂ, ਤਾਂ ਹੌਲੀ ਹੌਲੀ ਬਸ ਕੰਮ ਕਰ ਰਹੇ ਹਾਂ। ਠੀਕ ਆ। ਸੋ ਬਿਲਕੁਲ ਕਮਰ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਨੌਕਰੀ ਮਿਲ ਗਈ ਸੀ, ਸੋ ਤੁਸੀਂ ਮਿਊਜ਼ਿਕ ਡਿਪਾਰਟਮੈਂਟ ਤੋਂ MA ਕਰੀ ਅਤੇ ਫਿਰ ਰੈਪੀਟਰੀ ਡਿਪਾਰਟਮੈਂਟ ਦੇ ਵਿੱਚ ਤੁਹਾਨੂੰ ਨੌਕਰੀ ਮਿਲੀ। ਸੋ ਉਸ ਤੋਂ ਬਾਅਦ ਫਿਰ ਤੁਹਾਡਾ ਇਹ ਸਫ਼ਰ ਹੋਇਆ ਇੱਧਰ ਦਾ ਸ਼ੁਰੂ, ਪਰ ਉਸ ਤੋਂ ਪਹਿਲਾਂ ਜਿਹੜੀ ਕਮਰ ਦੀ ਇੱਕ ਮਿਹਨਤ ਖੜੀ ਆ 10 ਸਾਲਾਂ ਦਾ ਜਿਹੜਾ ਰਿਆਜ਼ ਖੜਾ ਹੈਗਾ, ਸੋ ਜਿਨ੍ਹਾਂ ਨੂੰ ਅਸੀਂ ਖੁਦ ਸਾਹਮਣੇ ਦੇਖਿਆ ਹੁੰਦਾ ਦੇਖਿਆ, ਸੋ ਤੁਹਾਡਾ ਹਰ ਪੂਰਾ ਪੂਰਾ ਦਿਨ ਹਾਰਮੋਨੀਅਮ 'ਤੇ ਨਿਕਲ ਜਾਣਾ, ਉਹ ਸਟਰਗਲ ਦੇ ਦਿਨਾਂ ਦੀ ਵੀ ਥੋੜ੍ਹੀ ਕੋਈ ਯਾਦ ਜ਼ਰੂਰ ਸਾਂਝੀ ਕਰੋ। ਛੇਵੀਂ ਕਲਾਸ 'ਚ ਇੱਕ ਦਿਨ ਮੇਰਾ ਕਮਰੇ 'ਚ ਕੁੰਡੀ ਲਾ ਕੇ ਡੈਕ ਲਾ ਕੇ ਨੱਚਣਾ, ਨੱਚਣਾ ਰੋਜ਼ ਹੀ ਚੱਲਦਾ ਸੀ, ਪਰ ਥੋੜ੍ਹਾ ਐਂ ਸੀ ਵੀ ਜੱਟ ਪਰਿਵਾਰ, ਖੇਤੀਬਾੜੀ ਵਾਲਾ ਪਰਿਵਾਰ ਸੀ, ਸੰਗ ਵੀ ਲੱਗਦੀ ਸੀ। ਤਾਂ ਇੱਕ ਦਿਨ ਪਾਪੇ ਹੋਰਾਂ ਨੇ ਮੈਨੂੰ ਕਿਸੇ ਵਿਰਲ ਥਾਈਓਂ ਦੇਖ ਲਿਆ, 6ਵੀਂ ਦੀ ਗੱਲ ਹੈ। ਤਾਂ ਸ਼ਾਮ ਨੂੰ ਜਦੋਂ ਅਸੀਂ ਚੌਂਦਰੇ 'ਤੇ, ਮਾਂ ਮੇਰੀ ਰੋਟੀਆਂ ਲਾਈ ਜਾਵੇ, ਤਾਂ ਪਾਪਾ ਜੀ ਹੁਣੀ ਬੈਠੇ, ਤਾਂ ਮੈਨੂੰ ਕਹਿੰਦੇ ਕਮਰਪਾਲ ਸਿਆਂ, ਜੇ ਗਾਉਣਾ ਹੈ ਤਾਂ ਗਾ, ਪਰ ਸਿੱਖ ਕੇ ਗਾ। ਤਾਂ ਆਪਾਂ ਉਸ ਵੇਲੇ ਡਿਮਾਂਡਾਂ ਰੱਖਤੀਆਂ ਤੇ ਜੂ ਬਾਈ ਦੋ, ਮੈਂ ਪਾਪਾ ਸਿੱਖਣ ਤਾਂ ਲੱਗ ਜੂ, ਪਰ ਪਹਿਲਾਂ ਇੱਕ ਮੈਨੂੰ ਰੇਂਜਰ ਸਾਈਕਲ ਲਿਆ ਕੇ ਦੇ ਉਸੇ ਦੇ ਹੈਂਡਲਾਂ ਵਾਲਾ, ਅਤੇ ਇੱਕ ਲਿਆ ਕੇ ਦੇ ਮੈਨੂੰ ਵਾਜਾ। ਤਾਂ ਪਾਪਾ ਜੀ ਹੋਰਾਂ ਨੇ ਅਗਲੇ ਦਿਨ ਹੀ ਸੁੱਖ ਨਾਲ ਮੈਨੂੰ ਲਿਆਤੇ ਦੋਨੇ ਉਹ। ਫਿਰ ਮੈਂ ਪਿੰਡੋਂ ਹੀ ਵੀਰੇ ਯਾਰ ਉੱਥੋਂ ਸਿੱਖਣਾ ਸ਼ੁਰੂ ਕੀਤਾ। ਸਾਡੇ ਮੇਰੇ ਪਹਿਲੇ ਉਸਤਾਦ ਨੇ ਸਰਦਾਰ ਗੁਰਜੰਟ ਸਿੰਘ ਜੀ ਕਲਿਆਣ, ਆਪਣੇ ਨਾਲ ਹੀ ਮੇਰੇ ਵਾਲਾ ਮਹਿਮਾ ਸਵਾਈ ਹੈ, ਉਹਨਾਂ ਦਾ ਮਹਿਮਾ ਸਰਜਾ। ਤਾਂ ਫਿਰ ਮੈਂ ਉੱਥੋਂ ਸਾਈਕਲ 'ਤੇ 2 ਕਿਲੋਮੀਟਰ ਮੈਨੂੰ ਪੈਂਦਾ ਸੀ, ਮਗਰ ਫਿਰ ਮੈਂ ਵਾਜਾ ਰੱਖ ਲੈਣਾ ਪਿਛਲੀ ਕਾਠੀ 'ਤੇ, ਤਾਂ ਫਿਰ ਮੈਂ ਉਹਨਾਂ ਕੋਲ ਜਾਣਾ। ਬਸ ਇਸ ਤਰ੍ਹਾਂ ਫਿਰ ਉੱਥੋਂ ਸ਼ੁਰੂਆਤ ਹੋਈ ਹੈ। ਤਾਂ ਹੌਲੀ ਹੌਲੀ ਫਿਰ ਜਾਗ ਲੱਗਦਾ ਗਿਆ, 9ਵੀਂ 10ਵੀਂ 'ਚ ਫਿਰ ਮੈਂ ਗੋਨਿਆਣੇ ਮੰਡੀ ਆ ਗਿਆ, ਉੱਥੇ ਸਾਡੇ ਰਵੀ ਸ਼ਰਮਾ ਸਰ ਹੁੰਦੇ ਸੀ, ਉਹ ਮੈਨੂੰ ਸਿਖਾਉਂਦੇ ਰਹੇ। ਫਿਰ BA ਮੈਂ ਕੋਟਕਪੂਰੇ ਚਲਾ ਗਿਆ ਕਰਨ, ਸ਼ਹੀਦ ਭਗਤ ਸਿੰਘ ਕਾਲਜ 'ਚ, ਉੱਥੇ ਫਿਰ ਮੈਂ ਸਬਜੈਕਟ ਰੱਖ ਲਿਆ ਮਿਊਜ਼ਿਕ ਦਾ। ਹਾਂ, ਫਿਰ 3 ਸਾਲ ਉੱਥੇ ਸਾਡੇ ਮੈਡਮ ਬੜਾ ਪਿਆਰ ਕਰਦੇ ਆ ਹੁਣ ਵੀ ਮੈਨੂੰ, ਮੈਡਮ ਅਰੁਣ ਅਰੁਣਦੇਵ, ਤਾਂ ਉਹਨਾਂ ਨੇ 3 ਸਾਲ ਮੈਨੂੰ ਆਪਣੇ ਪੁੱਤਾਂ ਵਾਂਗੂ ਸਿਖਾਇਆ। ਤਾਂ ਫਿਰ ਹੌਲੀ ਹੌਲੀ ਬਸ ਲਗਨ ਵੱਧਦੀ ਗਈ, ਤਾਂ ਫਿਰ ਮੈਂ ਯੂਨੀਵਰਸਿਟੀ ਆ ਗਿਆ ਜਿੱਥੇ ਆਪਣੇ ਮੇਲੇ ਹੋਏ। ਤਾਂ ਉੱਥੇ ਫਿਰ MA ਤਾਂ ਚਲੋ ਮਾਸਟਰ ਤਾਂ ਸਾਰੀ ਮੇਰੀ ਸੀ ਮਿਊਜ਼ਿਕ ਦੀ, ਤਾਂ ਉੱਥੇ ਵੀ ਬਹੁਤ ਸਤਿਕਾਰ ਸਾਡੇ ਸਾਰੇ ਟੀਚਰਾਂ ਦਾ, ਮੈਡਮ ਨਿਵੇਦਤਾ ਜੀ, ਸਾਡੇ ਗਿੱਲ ਸਾਹਿਬ, ਯਸ਼ਪਾਲ ਸਰ ਜੀ, ਗੁਰਨਾਮ ਸਰ ਜੀ, ਅਲੀ ਅਕਬਰ ਸਾਹਿਬ, ਸੋ ਸਾਰੇ ਉਸਤਾਦਾਂ ਨੇ ਸਿਖਾਇਆ। ਬਸ ਉਹ ਨਾਲ ਨਾਲ ਠੀਕ ਆ ਕਿ ਕਦੇ ਇੱਦਾਂ ਨਹੀਂ ਲੱਗਿਆ ਕਿ ਬਹੁਤ ਜ਼ਿਆਦਾ ਔਖਾ ਹੋ ਕੇ ਹੋ ਰਿਹਾ, ਨਹੀਂ, ਮਾਲਕ ਨੇ ਉਹ ਜ਼ਰੀਏ ਬਣਾਉਂਦਾ ਰਿਹਾ, ਅਤੇ ਟਾਈਮ ਟਾਈਮ 'ਤੇ ਉਸਤਾਦ ਲੋਕ ਮਿਲਦੇ ਰਹੇ, ਇਸ ਕਰਕੇ ਲੱਗਾ ਹੀ ਨਹੀਂ ਕਦੇ ਕਿ ਕਦੇ ਕੋਈ ਔਖਾ ਜਿਹਾ ਹੋ ਕੇ ਕੋਈ ਵਿਧ ਬਣੀ, ਸਾਰੀਆਂ ਮਾਲਕ ਬੜੀ ਸੌਖੀਆਂ ਬਣਾਉਂਦਾ ਰਿਹਾ। ਸੋ ਬਿਲਕੁਲ, ਕਿੰਨੇ ਸਹਿਜ ਦੇ ਨਾਲ ਅਤੇ ਕਿੰਨੇ ਕੁਦਰਤੀ ਤਰੀਕੇ ਦੇ ਨਾਲ ਸ਼ੁਰੂਆਤ ਕਮਰ ਗਰੇਵਾਲ ਦੀ ਹੋਈ। ਸੋ ਪਿੰਡ ਤੋਂ ਹੋਈ, ਫਿਰ ਸਕੂਲ ਦੇ ਵਿੱਚ, ਫਿਰ ਕਾਲਜ ਦੇ ਵਿੱਚ, ਫਿਰ ਯੂਨੀਵਰਸਿਟੀ ਦੇ ਵਿੱਚ, ਭਾਵ ਕਿ ਜਿਹੜਾ ਲੋਹਾ ਜਿਹੜਾ ਸੋਨਾ ਤਪਿਆ, ਸੋ ਤਪ ਕੇ ਜਿਹਨੇ ਇੱਕ ਸ਼ੇਪ ਲਈ, ਸੋ ਉਹ ਬੜੇ ਸਹਿਜ ਰੂਪ ਦੇ ਵਿੱਚ ਆਇਆ। ਕੋਈ ਇਸ ਤਰ੍ਹਾਂ ਨਹੀਂ ਹੈ ਕਿ ਓਵਰ ਦੀ ਨਾਈਟ ਸਟਾਰ, ਉਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ। ਸੋ ਫਿਰ ਜਦੋਂ ਕਮਰ ਉੱਥੇ ਪਹੁੰਚੇ ਤੁਸੀਂ ਮਾਤਾ ਜੀ ਕੋਲ, ਸੋ ਉਦੋਂ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ, ਸੋ ਜਿਹੜੇ ਤੁਸੀਂ ਜਿਹੜੇ ਮਸਤਾਂ ਦੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਨਾਂ ਚੱਲਦਾ, ਉੱਥੇ ਜਾ ਕੇ ਵੀ ਗਾਇਆ, ਸੋ ਉਹਦੀ ਗੱਲ ਵੀ ਮੈਂ ਥੋੜ੍ਹੀ ਕਰਨੀ ਚਾਹੁੰਦਾ ਗਾ। ਸੋ ਸੂਫੀਜ਼ਮ ਦਾ ਤਾਂ ਨਾਂ ਬਹੁਤ ਵੱਡਾ ਬਾਬੇ ਫਰੀਦ ਹੋਰਾਂ ਤੋਂ ਸ਼ੁਰੂ ਹੋਈ, ਸੋ ਇਹ ਥੋੜ੍ਹਾ ਜਿਹਾ ਜੇ ਹੁਣ ਮੈਨੂੰ ਕਹਿਣਾ ਪਊਗਾ ਕਿ ਚਾਈਨਾ ਮੇਡ ਤਰ੍ਹਾਂ ਦੇ ਜਿਹੜੇ ਉਹ ਬਣੇ ਹੋਏ ਨੇ ਸਾਰੇ ਜਿਹੜੇ ਡੇਰੇ ਜਾਂ ਹੋਰ, ਸੋ ਉਹਨਾਂ ਦੇ ਨਾਲ ਉਹ ਤੁਹਾਡਾ ਨਾਂ ਜੁੜਿਆ ਜਾਂ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋਈ, ਸੋ ਉਹ ਕਿਸ ਤਰ੍ਹਾਂ ਦਾ ਸਬੱਬ ਰਿਹਾ? ਤੇਜੂ ਬਾਈ, ਜਦੋਂ 2013 'ਚ ਮੈਂ ਗਾਇਆ ਸ਼ੁਰੂ ਕੀਤਾ ਸਟੇਜਾਂ 'ਤੇ ਗਾਉਣਾ ਜੀ,
ਤਾਂ ਇਹ ਇਹ ਵਿਧ ਕਿੱਥੋਂ ਚੱਲੀ ਸੀ? ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਬੇਬੇ ਹੋਣੀ ਦੀਵਾਨ ਲਈ ਕਿਸੇ ਗੁਰਦੁਆਰਾ ਸਾਹਿਬ ਜਾਂਦੇ ਸੀ ਤਾਂ ਉਹ ਜਦੋਂ ਮੈਂ ਰਹਿਣਾ ਸ਼ੁਰੂ ਕੀਤਾ ਕੁਟੀਆ ਤਾਂ ਮੈਨੂੰ ਨਾਲ ਲਿਜਾਣ ਲੱਗ ਗਏ ਕਿ ਤੂੰ ਨਾਲ ਮੇਰੇ ਹਾਰਮੋਨੀਅਮ ਵਜਾਇਆ ਕਰ। ਤਾਂ ਹੌਲੀ ਹੌਲੀ ਮੈਨੂੰ ਮਾਈਕ ਮਿਲ ਗਿਆ, ਚੱਲ ਨਾਲ ਗਾ ਵੀ ਲਿਆ ਕਰ, ਤਾਂ ਉਹ ਗਾਉਣਾ ਸ਼ੁਰੂ ਕਰਤਾ। ਉਸ ਤੋਂ ਬਾਅਦ ਕੁਟੀਆ ਕਲਾਸ ਲੱਗਦੀ ਸੀ ਤਾਂ ਬੇਬੇ ਹੋਣਾ ਨੇ ਉੱਥੇ ਕਹਿ ਦੇਣਾ ਚੱਲ ਪੁੱਤ ਕੁਛ ਸੁਣਾ, ਤਾਂ ਨਾਲ ਮੁੰਡਾ ਇੱਕ ਢੋਲਕ ਵਾਲਾ ਹੁੰਦਾ, ਵਾਜਾ ਹੁੰਦਾ, ਤਾਂ ਜਦੋਂ ਗਾਉਣਾ ਤਾਂ ਫਿਰ ਸੰਗਤ ਨੇ ਬਹੁਤ ਉਹ ਕਰਨਾ ਕਿ ਬੇਬੇ ਵੀ ਆ ਤੇਰੇ ਕੋਲ ਜਿਹੜਾ ਮੁੰਡਾ ਯੂਨੀਵਰਸਿਟੀ ਆਇਆ ਵੀ ਵਧੀਆ ਗਾਉਂਦਾ ਹੈ, ਸਾਨੂੰ ਚੰਗਾ ਲੱਗਦਾ। ਤਾਂ ਉਹ ਫਿਰ ਆਈ ਸੰਗਤ ਕਦੇ ਮੈਨੂੰ ਗਾਉਣ ਵਾਸਤੇ ਬੁਲਾ ਲੈਣਾ ਕਿਤੇ ਵੀ ਸਾਡੇ ਭੇਜ ਦਿਓ, ਸਾਡੇ ਕੋਈ ਸਾਫ਼ ਸੁਥਰਾ ਜਿਹਾ ਪ੍ਰੋਗਰਾਮ ਆ ਵੀ ਉੱਥੇ ਦੋ ਗੀਤ ਗਾਜੂਗਾ। ਉਹ ਗਾਉਂਦਿਆਂ ਗਾਉਂਦਿਆਂ ਬਸ ਪਹਿਲਾਂ 50 ਲੋਕ ਸੁਣਦੇ ਸੀ, ਫਿਰ 100 ਹੋ ਗਏ, 500 ਹੋ ਗਏ, 1000 ਹੋ ਗਏ। ਤਾਂ ਉਸ ਤੋਂ ਬਾਅਦ ਫਿਰ ਮੈਨੂੰ ਪੈਸੇ ਦੇ ਕੇ ਲੋਕ ਸੱਦਣ ਲੱਗ ਗਏ। ਜਿਵੇਂ ਮੇਰੇ ਯਾਦ ਆ ਪਹਿਲਾ ਪ੍ਰੋਗਰਾਮ ਅਸੀਂ 21,000 ਰੁਪਇਆ ਲਿਆ, ਲਿਆ ਨਹੀਂ ਉਹਨਾਂ ਨੇ ਦੇਤਾ। ਉਦੋਂ ਵੀ ਮੈਂ ਰੋਪੜ, ਮੇਰੇ ਯਾਦ ਆਇਆ ਕਿਸੇ ਹਰਜਿੰਦਰ ਦੀ ਗੱਲ ਜ਼ਰੂਰ ਕਰਨੀ ਚਾਹੂੰਗਾ, ਉਹ ਵੀ ਨਾਲ ਹੀ ਸੀ ਤੁਹਾਡੇ? ਸਾਡੀ ਨਾਲ ਸੀ। ਉਹ ਕੀ ਸ਼ੁਰੂ ਕਿੱਥੋਂ ਹੋਇਆ ਤਾਂ ਰੋਪੜ ਬੇਬੇ ਹੋਰਾਂ ਦਾ ਸਤਸੰਗ ਸੀ, ਤਾਂ ਉੱਥੇ ਬੇਬੇ ਹੋਰਾਂ ਨੇ ਨਾਲ ਮੈਨੂੰ ਪਹਿਲਾਂ ਉਹਨਾਂ ਨੇ ਆਪਣੀ ਗੱਲਬਾਤ ਕਰਕੇ ਸੰਗਤ ਨਾਲ ਮੈਨੂੰ ਕਹਿੰਦੇ ਕੁਛ ਸੁਣਾ ਦੇ। ਮੈਂ ਗਾਉਣ ਲੱਗ ਗਿਆ ਤਾਂ ਉੱਥੇ ਇੱਕ ਸੱਜਣ ਸੰਗਤ ਦੇ ਵਿੱਚ ਹੀ ਬੈਠਾ ਸੀ, ਤਾਂ ਜਦੋਂ ਮੈਂ ਗਾਇਆ ਤਾਂ ਉਹ ਜਦੋਂ ਅਸੀਂ ਆਪਣਾ ਸਤਸੰਗ ਤੋਂ ਬਾਅਦ ਕਾਰ ਵੱਲ ਜਾ ਰਹੇ ਸੀ ਤਾਂ ਇੱਕ ਵੀਰ ਆਇਆ, ਕਹਿੰਦਾ ਯਾਰ ਸਾਡੇ ਨਾ ਇੱਥੇ ਰੋਪੜ ਬੇਲਾ ਚੌਂਕ 'ਚ ਇੱਕ ਪ੍ਰੋਗਰਾਮ ਹੈ ਵੀ ਆਹ ਲੈ 21,000 ਰੁਪਇਆ, ਸਾਊਂਡ ਇੱਥੇ ਲੱਗੀ ਹੋਊਗੀ ਵੀ ਤੂੰ ਆਹ ਪਰਨੇ ਵਾਲੇ ਨੂੰ ਲਿਆਈ। ਤਾਂ ਲਾਡੀ ਨੂੰ ਬੜਾ ਚਾਅ ਚੜਿਆ ਕਿ ਯਾਰ 21,000 ਰੁਪਇਆ ਵੀ ਪ੍ਰੋਗਰਾਮ ਬੁੱਕ ਹੋ ਗਿਆ। ਤਾਂ ਉੱਥੋਂ ਸ਼ੁਰੂਆਤ ਹੋ ਗਈ। ਤਾਂ ਅਸੀਂ ਮੈਂ ਪਹਿਲੀ ਵਾਰੀ ਉਦੋਂ ਪੈਸੇ ਲੈ ਕੇ ਸਟੇਜ 'ਤੇ ਗਾਇਆ। ਤਾਂ ਉਹ ਜਦੋਂ ਮੈਂ ਉਤਰਿਆ ਉੱਥੋਂ ਤਾਂ 5 ਪ੍ਰੋਗਰਾਮ ਯਕੀਨ ਕਰਿਓ ਤੁਸੀਂ ਬੈਕ ਸਟੇਜ ਬੁੱਕ ਹੋ ਗਏ। ਅੱਛਾ ਜੀ। ਹਾਂ, ਉੱਥੇ ਜਿਵੇਂ ਉੱਧਰਲੇ ਏਰੀਆ 'ਚ ਨਾ ਇੱਧਰ ਮੱਝ ਦਵਾਬੇ ਨਹੀਂ, ਮੇਲਿਆਂ ਦਾ ਬੜਾ ਰੁਝਾਨ ਹੈ। ਠੀਕ ਆ। ਜਿਵੇਂ ਵੱਖ ਵੱਖ ਦਰਗਾਹਾਂ 'ਤੇ ਮੇਲੇ ਲੱਗਦੇ ਹੈ ਜਾਂ ਹੋਰ ਮੰਦਰਾਂ 'ਚ ਜਾਂ ਕੋਈ ਹੋਰ ਵੀ ਸ਼ਰਧਾਲੂ ਜੋ ਆਪਦੀ ਵਿੱਚ ਜਿਨ੍ਹਾਂ ਨੂੰ ਚੰਗੀ ਲੱਗਦੀ। ਠੀਕ ਆ। ਤਾਂ ਉਹ ਮੇਲਿਆਂ ਦਾ ਰੁਝਾਨ ਬਹੁਤ ਵੱਧ ਗਿਆ, ਤਾਂ ਪਰ ਉਹਦੀ ਸ਼ੁਰੂਆਤ ਹੋਈ ਦਰਗਾਹਾਂ ਤੋਂ। ਠੀਕ ਆ। ਕਿਉਂਕਿ ਇਹ ਭੇਜਦੇ ਤੁਹਾਡੇ NRI ਹੋਈ ਹੈ, ਇੱਧਰੋਂ ਪੈਸੇ ਭੇਜ ਦਿੰਦੇ ਆ ਜਿਹਨੂੰ ਕਮਰ ਗਰੇਵਾਲ ਚੰਗਾ ਲੱਗਦਾ, ਭਾਈ ਆਹ ਲਓ 2 ਲੱਖ ਕਮਰ ਗਰੇਵਾਲ ਲਵਾ ਲਿਓ ਮੇਰੇ ਵੱਲੋਂ ਸੇਵਾ। ਉਹ ਮੇਲੇ ਚੱਲ ਪਏ। ਠੀਕ ਆ। ਤਾਂ ਉੱਥੋਂ ਫਿਰ ਇਹ ਸਾਰਾ ਰੁਝਾਨ ਚੱਲਿਆ। ਠੀਕ ਆ। ਤਾਂ ਹੁਣ ਮੈਂ ਤਾਂ ਹੁਣ ਸ਼ੁਰੂ ਤੋਂ ਜਦੋਂ ਛੋਟੇ ਹੁੰਦੇ ਪਿੰਡ ਰਹਿੰਦਾ ਸੀ ਮੈਂ ਤਾਂ ਉਦੋਂ ਮੈਂ ਤਾਂ ਗੁਰਦੁਆਰੇ ਹੀ ਗਿਆ ਸੀ। ਠੀਕ ਹੈ ਜੀ। ਤਾਂ ਉਹ ਫਿਰ ਸਾਰਾ ਮੈਂ ਮੇਰੇ ਖਿਆਲ 'ਚ ਹੁਣ 3 ਸਾਲ ਹੋ ਗਏ ਮੈਨੂੰ ਗਾਉਂਦੇ ਨੂੰ, ਤਾਂ ਫਿਰ ਸਾਰਾ ਪੰਜਾਬ ਬੜੀ ਬਰੀਕੀ ਨਾਲ ਘੁੰਮਿਆ, ਕਿਉਂਕਿ ਹੁਣ ਮੈਂ ਪੰਜਾਬ ਦੀ ਮੇਰੇ ਖਿਆਲ 'ਚ ਪਿੰਡ ਪਿੰਡ ਨਹੀਂ ਗਲੀ ਗਲੀ 'ਚ ਗਾਇਆ ਹੈ। ਠੀਕ ਆ। ਤਾਂ ਜਿਹੜੇ ਵੀ ਪਿਆਰ ਕਰਨ ਵਾਲੇ ਆ ਤਾਂ ਉਹ ਸਾਰਿਆਂ ਨੇ ਮੈਨੂੰ ਬੜੇ ਪਿਆਰ ਨਾਲ ਸੁਣਿਆ, ਬੜੇ ਪਿਆਰ ਨਾਲ ਗਵਾਇਆ। ਤਾਂ ਬਸ ਹੁਣ ਪ੍ਰੋਬਲਮ ਇਹੀ ਹੈ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਮਸਤਾਂ ਵਾਲੀ ਬਾਤ, ਮਸਤ ਸਾਡੀ ਸੋਚ 'ਚ ਪਿਆ ਹੈ ਨਾ। ਹੁਣ ਜੇ ਮੈਂ ਗੁਰਤੇਜ ਸਿੰਘ ਸਮਰੇ ਨੂੰ ਪੁੱਛਾਂ ਮਸਤ ਕੌਣ ਹੈ ਤਾਂ ਪਹਿਲੀ ਚੱਟੇ ਕਹਿ ਦੂਗਾ ਕਿ ਗੁਰੂ ਨਾਨਕ ਮਸਤ ਹੈ ਜੀ, ਭਾਈ ਵੀਰ ਸਿੰਘ ਲੈਦੇ ਹੋਸਾਂ ਨਾਲੋਂ ਮਸਤੀ ਚੰਗੀ ਜਿਹੜੀ ਰੱਖਦੀ ਸਦਾ ਟਿਕਾਣਾ। ਉਹੀ ਮੇਰੇ ਵਰਗਾ ਕੋਈ ਖਰਾਬ ਖਿਆਲ ਵਾਲਾ ਬੰਦਾ ਜੇ ਮੈਂ ਪੁੱਛਾਂ ਕਿ ਭਾਈ ਮਸਤ ਕੌਣ ਹੈ, ਉਹ ਆਖੂਗਾ ਜਿਹਦੇ ਹੱਥ 'ਚ ਐਡੀ ਚਲਮ ਫੜੀ ਹੈ ਜੀ। ਤਾਂ ਹੁਣ ਇਹ ਹੁਣ ਸਾਡੇ 'ਤੇ ਹੈ, ਮੈਂ ਕਿਹਾ ਚਾਈਨਾ ਮੇਡ ਮਸਤ ਹੈ ਜਿਹੜੀ ਸਾਡੀਆਂ ਸਾਡੀ ਦੇਖਣੀ 'ਤੇ ਹੈ, ਸਾਡੇ ਭਾਵ 'ਤੇ ਹੈ, ਸਾਡੇ ਸਾਡੇ ਮਹਿਸੂਸ ਕਰਨ 'ਤੇ ਖੜਾ ਹੈ ਕਿ ਯਾਰ ਮਸਤ ਕੌਣ ਹੈ। ਮਸਤ ਲਫ਼ਜ਼ ਬੜਾ ਵੱਡਾ ਹੈ। ਜਿਸ ਦਿਨ ਮੈਂ ਵੀ ਉਹ ਜਿਹੜਾ ਮੇਰਾ ਗੀਤ ਆਇਆ ਸੀ ਨਾ ਜਾਈ ਮਸਤਾਂ ਦੇ ਵਿਹੜੇ, ਮਸਤ ਬਣਾ ਦੇਣਗੇ ਬੀਬਾ, ਤਾਂ ਉਹ ਮੈਂ ਬੇਬੇ ਹੋਰਾਂ ਤੋਂ ਹੀ ਸਾਖੀ ਸੁਣੀ ਸੀ। ਸਾਖੀ ਸੀ ਮੀਰਾ ਰਵੀਦਾਸ ਕੋਲ ਗਈ ਹੈ ਜਦੋਂ, ਤਾਂ ਉਸ ਵੇਲੇ ਮੀਰਾ ਦੀ ਮਾਂ ਨੇ ਤਰਲਾ ਕੀਤਾ ਸੀ, ਕਿਉਂਕਿ ਸਮਾਜ ਨੇ ਨਹੀਂ ਕਬੂਲਿਆ ਕਿ ਸਾਡੀ ਉੱਚੇ ਖਾਨਦਾਨ ਦੀ ਬੇਟੀ ਦੁਨੀਆਂ ਦੀ ਨਿਗਾਹ 'ਚ ਪੈਸੇ ਪੱਖੋਂ ਉੱਚੇ ਘਰ ਦੀ ਬੇਟੀ ਜਾ ਕੇ ਇੱਕ ਇੱਦਾਂ ਇੱਕ ਛੰਨ ਵਾਲੇ ਕੋਲ ਬਹਿ ਜਾਏ ਜਾ ਕੇ। ਹੁਣ ਹੁਣ ਲੋਕਾਂ ਨੂੰ ਥੋੜ੍ਹਾ ਪਤਾ ਸੀ ਕਿ ਉਹ ਜੁੱਤੀਆਂ ਦੇ ਨਾਲ ਨਾਲ ਕੁਛ ਹੋਰ ਵੀ ਗੰਢੀ ਜਾਂਦਾ, ਤਾਂ ਉਹ ਤਾਂ ਜਾਣ ਤੋਂ ਬਾਅਦ ਭੇਦ ਖੁੱਲ੍ਹੇ ਕਿ ਕੌਣ ਸੀ ਉਹ ਜਦੋਂ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਆ ਗਈ। ਤਾਂ ਉਸ ਵੇਲੇ ਮੀਰਾ ਦੀ ਮਾਂ ਵੱਲੋਂ ਮੀਰਾ ਅੱਗੇ ਤਰਲਾ ਸੀ, ਇੱਕ ਮਾਂ ਦਾ ਆਪਣੀ ਧੀ ਅੱਗੇ ਤਰਲਾ ਸੀ ਕਿ ਪੁੱਤ ਨਾ ਜਾਈ ਇਹਨਾਂ ਮਸਤਾਂ ਦੇ ਵੇਲੇ, ਮਸਤ ਬਣਾ ਦੇਣਗੇ। ਤਾਂ ਉਹ ਬੇਬੇ ਹੋਰਾਂ ਨੇ ਧਾਰਨਾ ਪੜੀ ਸੀ। ਵੈਸੇ ਵੀ ਆਪਾਂ ਦੇਖਦੇ ਹਾਂ ਕਿ ਸਾਡੇ ਪ੍ਰਚਾਰਕ ਵੀ, ਮੈਂ ਉਸ ਤੋਂ ਬਾਅਦ ਵੀ ਕਾਫੀ ਸੁਣਿਆ ਕਿ ਉਹ ਇਹ ਧਾਰਨਾ ਪੜ੍ਹਦੇ ਆ। ਤਾਂ ਉਹ ਜਿਸ ਦਿਨ ਪੜ੍ਹੀ ਤਾਂ ਮੈਨੂੰ ਬੜੀ ਵਧੀਆ ਲੱਗੀ, ਮੈਂ ਯਾਰ ਕਿੰਨੀ ਸੋਹਣੀ ਲਾਈਨ ਹੈ, ਨਾ ਜਾਈ ਮਸਤਾਂ ਦੇ ਵੇਲੇ ਮਸਤ ਬਣਾ ਦੇਣਗੇ ਬੀਬਾ। ਤਾਂ ਮੈਂ ਹੁਣ ਸਰ ਬੇਬੇ ਕੋਲੋਂ ਕੁਟੀਆ ਆ ਕੇ ਇਜਾਜ਼ਤ ਲਈ, ਮੈਂ ਬੇਬੇ ਮੈਂ ਕਿਹਾ ਇਹਦਾ ਮੈਂ ਕੁਛ ਵੱਧ ਬਣਾ ਲਾ, ਮੈਂ ਕਿਹਾ ਇਹਨੂੰ ਮੈਂ ਗਾਲਿਆ ਕਰਾਂ। ਬੇਬੇ ਕਹਿੰਦੀ ਆਪ ਜੀ ਸਦ ਕੇ ਗਾ। ਤਾਂ ਉਹ ਆਪਣੇ ਦੋਸਤ ਮੁੰਡਾ ਯੂਨੀਵਰਸਿਟੀ ਤੋਂ ਦੀਪ, ਤਾਂ ਉਹਨੇ ਉਹ ਗੀਤ ਲਿਖਤਾ। ਤਾਂ ਜਿਸ ਦਿਨ ਮੈਂ ਪਹਿਲੇ ਦਿਨ ਕੁਟੀਆ ਗਾਇਆ ਇਹ ਗੀਤ, ਤਾਂ ਸੰਗਤ ਵਾਰ ਵਾਰ ਉਹ ਕਮਰ ਉਹੀ ਦੁਬਾਰੇ ਸੁਣਾ ਯਾਰ, ਉਹ ਬੜਾ ਵਧੀਆ ਯਾਰ, ਉਹੀ ਸੁਣਾ। ਤਾਂ ਹੁਣ ਉਹ ਕਈ ਲੋਕਾਂ ਨੂੰ ਭੁਲੇਖਾ ਪੈ ਗਿਆ ਕਿ ਇਹ ਸਾਡੀ ਗੱਲ ਹੈ। ਤਾਂ ਹੁਣ ਜਿੱਥੇ ਬਾਬਾ ਬਾਹਰਲਾ ਨਸ਼ਾ ਫਿਰਦਾ ਉੱਥੇ ਮਸਤੀ ਥੋੜ੍ਹੀ ਹੈ, ਇਸ ਗੱਲ ਤੋਂ ਆਪਾਂ ਮੁੱਕਰ ਹੀ ਨਹੀਂ ਸਕਦੇ। ਮੈਂ ਕਿ ਕੋਈ ਵੀ ਸਿੱਖ ਨਹੀਂ ਮੁੱਕਰ ਸਕਦਾ।
ਤਾਂ ਸਿੱਖ ਉਹੀ ਹੈ ਜੋ ਉਹਦੀ ਬਾਤ ਸਿੱਖਦਾ ਹੈ ਜੀ। ਉਹ ਭਾਵੇਂ ਮੰਦਰ 'ਚ ਬਹਿ ਕੇ ਸਿੱਖ ਲਏ ਜੀ, ਭਾਵੇਂ ਮਸਜਿਦ 'ਚ ਬਹਿ ਕੇ ਸਿੱਖ ਲਏ, ਭਾਵੇਂ ਗੁਰਦੁਆਰੇ 'ਚ ਸਿੱਖ ਲਏ ਜੀ, ਤਾਂ ਸਿੱਖਣ ਵਾਲਾ ਸਿੱਖ ਹੈ। ਸੋ ਇਸ ਕਰਕੇ ਇੱਥੇ ਜਾਗਦੇ ਰਹਿਣ ਦੀ ਲੋੜ ਹੈ, ਸਾਨੂੰ ਪਤਾ ਕਰਨ ਦੀ ਲੋੜ ਹੈ ਕਿ ਮਸਤ ਹੈ ਕੌਣ ਜੀ। ਸੋ ਇਸ ਕਰਕੇ ਜਿਹਦੇ ਭਾਵ ਕਿ ਜਿਹੜੀ ਤੁਸੀਂ ਗੱਲ ਕਹੀ ਸੀ ਗੀਤ, ਉਹ ਬਹੁਤ ਵੱਡਾ ਸੀ, ਪਰ ਉਹ ਜਿਹੜੇ ਤੁਹਾਨੂੰ ਸੱਦਣ ਵਾਲੇ ਸੀ ਉਹਨਾਂ ਨੇ ਆਪਣੇ ਨਾਲ ਜੋੜ ਲਿਆ। ਬਿਲਕੁਲ ਬਿਲਕੁਲ, ਹਰ ਇੱਕ ਨੇ ਆਪਣੇ ਆਪ ਹਿਸਾਬ ਨਾਲ ਲਾ ਲਿਆ ਕਿ ਮੈਂ ਮਸਤ ਹੈ ਜਾਓ, ਮਸਤ ਹੈ ਜਾਓ। ਨਹੀਂ ਬਾਬਾ ਨਹੀਂ, ਇਹ ਪਹਿਲੇ ਦਿਨ ਤੋਂ ਮੈਂ ਜਿਸ ਦਿਨ ਤੋਂ ਵੀ ਇਹ ਗਾਣਾ ਗਾਉਣਾ ਸ਼ੁਰੂ ਕੀਤਾ ਸੀ ਤਾਂ ਕਿਤੇ ਨਾ ਕਿਤੇ ਮੇਰੇ ਦਿਮਾਗ 'ਚ ਸੀ ਜੀ ਕਿ ਇਹ ਹੋਰ ਪਾਸੇ ਵੀ ਜਾ ਸਕਦਾ। ਇਸ ਕਰਕੇ ਮੈਂ ਹਰ ਇੱਕ ਪ੍ਰੋਗਰਾਮ 'ਚ ਆਪਦਾ ਫਰਜ਼ ਸਮਝਾ ਕੇ ਪਹਿਲਾਂ ਬੋਲ ਦੀ ਕਵਰ ਸਿਆ, ਇਹ ਲਾਈਨ ਕਿੱਥੋਂ ਆਈ ਹੈ, ਇਸ ਕਰਕੇ ਮੈਂ ਬੋਲਦਾ ਰਿਹਾ। ਪਰ ਫਿਰ ਵੀ ਉਹਦੀ ਕੰਟਰੋਵਰਸੀ ਕਾਫੀ ਚੱਲੀ ਤਾਂ ਕਾਫੀ ਉਹਦੇ ਵਿਵਾਦ ਖੜੇ ਹੋਏ, ਪਰ ਮੇਰੇ ਖਿਆਲ 'ਚ ਹੁਣ 2016 ਤਾਂ ਗੱਲ ਕਾਫੀ ਕਲੀਅਰ ਹੋ ਗਈ ਜੀ। ਨਹੀਂ ਹੁਣ ਤਾਂ ਗੱਲ ਕਾਫੀ ਜ਼ਿਆਦਾ ਸਪਸ਼ਟ ਹੋ ਗਈ ਹੈ ਜੀ। ਸੋ ਕੁਟੀਆ ਦਾ ਕਾਫੀ ਜ਼ਿਆਦਾ ਜ਼ਿਕਰ ਕਰਿਆ, ਜਦੋਂ ਪਹਿਲੀ ਵਾਰ ਕੁਟੀਆ ਦਾ ਮੈਂ ਵੀ ਨਾਂ ਸੁਣਿਆ ਜਾਂ ਕਮਰ ਨੂੰ ਉੱਥੋਂ ਜਾਣ ਤੋਂ ਬਾਅਦ 'ਚ ਯੂਟਿਊਬ 'ਤੇ ਦੇਖਿਆ ਅਤੇ ਇੱਦਾਂ ਗਾਉਂਦਾ ਦੇਖਿਆ, ਥੋੜ੍ਹਾ ਮਸਤਾਂ ਦੇ ਉਹ ਸ਼ੱਕ ਮੇਰੇ ਵੀ ਪੈਦਾ ਹੋਇਆ ਥੋੜ੍ਹਾ ਬਹੁਤ, ਮੈਂ ਵੱਡੇ ਭਾਈ ਨੂੰ ਥੋੜ੍ਹਾ ਬਹੁਤ ਬੋਲਿਆ ਵੀ ਸੋਸ਼ਲ ਮੀਡੀਆ ਦੇ ਉੱਤੇ। ਪਰ ਬਾਅਦ ਦੇ ਵਿੱਚ ਜਦੋਂ ਮੈਂ ਜਾ ਕੇ ਦੇਖਿਆ ਤੁਹਾਨੂੰ ਪਿੰਡ ਮਿਲਿਆ ਉੱਥੇ ਜਾ ਕੇ, ਅਤੇ ਫਿਰ ਮੇਰੀਆਂ ਕਾਫੀ ਜ਼ਿਆਦਾ ਜਿਹੜੀਆਂ ਸ਼ੰਕਾਵਾਂ ਨੇ ਉਹ ਕਲੀਅਰ ਹੋਈਆਂ, ਅਤੇ ਉਹ ਸਾਰੀ ਜਿਹੜੀ ਕੁਟੀਆ ਦਾ ਜਿਹੜਾ ਮਾਹੌਲ ਆ, ਸੋ ਤੁਸੀਂ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਉਹ ਕਿਸ ਤਰ੍ਹਾਂ ਦਾ, ਸੋ ਹੋਰਾਂ ਦੀ ਵੀ ਕਾਫੀ ਜ਼ਿਆਦਾ ਕਲੀਅਰ ਗੱਲਾਂ ਹੋ ਜਾਣ। ਸੋ ਮੈਨੂੰ ਉੱਥੇ ਇਸ ਤਰ੍ਹਾਂ ਦਾ ਕੋਈ ਨਹੀਂ ਮਿਲਿਆ ਕਿ ਜਿਹੜਾ ਡੇਰੇਬਾਜ਼ ਜਾਂ ਉੱਥੇ ਉੱਦਾਂ ਦੀ ਕੋਈ ਚੀਜ਼ ਉੱਭਰਦੀ ਹੋਵੇ, ਪਰ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਵੀ ਦੱਸੋ। ਅਸਲ ਤੇਜੂ ਭਾਈ, ਪੰਜਾਬ ਹੈ ਅੱਜ ਕੱਲ੍ਹ, ਜਦੋਂ ਅਸੀਂ ਕਹਿੰਦੇ ਨਾ ਕਿ ਕਿੱਥੇ ਰਹਿੰਦਾ, ਮੈਂ ਡੇਰੇ 'ਚ ਰਹਿੰਦਾ ਜੀ, ਜਦੋਂ ਡੇਰਾ ਬੋਲਦੇ ਹਾਂ ਨਾ ਤਾਂ ਅੱਜ ਕੱਲ੍ਹ ਗੜਬੜ ਇੰਨੀ ਕੁ ਹੋਈ ਪਈ ਆ, ਹਰ ਇੱਕ ਨੂੰ ਲੱਗਦਾ ਡੇਰਾ ਜਦੋਂ ਬੋਲਤਾ ਤਾਂ ਨਸ਼ਾ ਜੀ ਅਤੇ ਚੜਾਵੇ ਅਤੇ ਹੋਰ ਲੱਲੇ ਭਾਬੇ ਵੀ ਉੱਥੇ ਹੋਣਗੇ ਹੋਣਗੇ ਜੀ। ਤਾਂ ਉਸ ਲਪੇਟ 'ਚ ਮੈਂ ਵੀ ਆਇਆ ਜੀ, ਕਿਉਂਕਿ ਉਹ ਜਦੋਂ ਨਵਾਂ ਨਵਾਂ ਗਾਉਣ ਲੱਗਿਆ ਤਾਂ ਇੱਕ ਗੱਲ ਮਸ਼ਹੂਰ ਹੋਈ ਸੀ ਯਾਰ, ਕੋਈ ਮੁੰਡਾ ਡੇਰੇ 'ਚ ਰਹਿੰਦਾ ਕਿਸੇ 'ਚ, ਕਿਸੇ ਮਾਈ ਕੋਲ ਰਹਿੰਦਾ ਹੈ, ਤਾਂ ਉਹ ਆਟੋਮੈਟਿਕਲੀ ਸੀ ਕਿ ਯਾਰ ਫਿਰ ਇਹਦਾ ਮਤਲਬ ਇਹ ਤਾਂ ਇਹ ਵੀ ਉਸੇ ਕਲਚਰ 'ਚ ਹੀ ਹੈ। ਪਰ ਮੇਰਾ ਯੂਨੀਵਰਸਿਟੀ ਔਰ ਨੌਕਰੀ ਛੱਡ ਕੇ ਜਾਣ ਦਾ ਕਾਰਨ ਹੀ ਇਹ ਸੀ, ਜਿਸ ਦਿਨ ਮੈਂ ਪਹਿਲੀ ਵਾਰੀ ਕੁਟੀਆ ਗਿਆ ਤਾਂ ਜਾਣ ਸਰ ਮੈਨੂੰ ਪਹਿਲੀ ਖਬਰ ਇਹੀ ਮਿਲੀ ਸੀ ਕਿ ਇੱਥੇ ਕੋਈ ਜਗ੍ਹਾ ਹੀ ਨਹੀਂ ਹੈ ਜਿੱਥੇ, ਕਿਉਂਕਿ ਮੇਰੇ ਵੀ ਮਨ 'ਚ ਸਵਾਲ ਸੀ ਜਦੋਂ ਮੈਂ ਜਾਣ ਸਰ ਪੁੱਛਿਆ ਕਿ ਜੀ ਮੈਂ ਮੱਥਾ ਕਿੱਥੇ ਟੇਕਾਂ, ਤਾਂ ਬੇਬੇ ਨੇ ਪਹਿਲੀ ਗੱਲ ਹੀ ਆਖੀ ਸੀ ਭਾਈ ਟੇਕਣਾ ਆਉਂਦਾ ਤਾਂ ਅੰਦਰ ਹੀ ਟੇਕ ਲਾ, ਤਾਂ ਮੈਂ ਕਿਹਾ ਜੀ ਇੱਥੇ ਕੋਈ ਜਗ੍ਹਾ, ਉਹ ਕਹਿੰਦੇ ਨਾ ਜੀ ਇੱਥੇ ਕੋਈ ਜਗ੍ਹਾ ਨਹੀਂ ਹੈ, ਉੱਥੇ ਸਿੱਖ ਧਰਮ ਨਾਲ ਹਿੰਦੂ ਧਰਮ ਨਾਲ ਮੁਸਲਮਾਨ ਧਰਮ ਨਾਲ ਕੋਈ ਰਿਲੇਟਡ ਕੋਈ ਜਗ੍ਹਾ ਹੀ ਨਹੀਂ ਹੈ, ਤਾਂ ਬੇਬੇ ਹੋਰਾਂ ਦਾ ਸ਼ੁਰੂ ਤੋਂ ਜਦੋਂ ਤਾਂ ਮੈਂ ਉੱਥੇ ਰਹਿੰਦਾ, ਤਾਂ ਉਸ ਤੋਂ ਪਹਿਲਾਂ ਵੀ ਬੇਬੇ ਹੋਰਾਂ ਦੇ ਮਾਤਾ ਜੀ ਅਜੇ ਹੈਗੇ ਨੇ, ਤਾਂ ਮੈਂ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰੀਆਂ ਬਹੁਤ, ਤਾਂ ਉਹਨਾਂ ਦਾ ਸ਼ੁਰੂ ਤੋਂ ਇਸ਼ਕ ਹੈ ਜਿਹੜਾ ਗੁਰਬਾਣੀ ਨਾਲ ਹੀ ਹੈ, ਠੀਕ ਹੈ ਜੀ, ਤਾਂ ਇਸ ਕਰਕੇ ਉੱਥੇ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਹੈ, ਠੀਕ ਹੈ, ਤਾਂ ਇਸ ਕਰਕੇ ਫਿਰ ਮੇਰਾ ਵੀ ਮਨ ਮੰਨਿਆ ਕਿ ਯਾਰ ਆਹ ਉਹ ਖਿਡਾਰੀ ਹੈ ਜਿਹਦੇ ਕੋਲ ਮੈਂ ਆਪਣੀ ਖੇਡ ਖੇਡ ਸਕਦਾ ਜੀ, ਤਾਂ ਇਸ ਕਰਕੇ ਬੇਬੇ ਹੋਰਾਂ ਨਾਲ ਫਿਰ ਪਿਆਰ ਵੱਧਦਾ 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 ਗਿਆ, ਔਰ ਇਹ ਸਭ ਉਹਨਾਂ ਦੀ ਉਹ ਕਿਰਪਾ ਹੈ। ਹਾਂ ਠੀਕ ਹੈ, ਰੱਬ ਇੱਕ ਹੈ ਪਰ ਰੱਬ ਦੇ ਬੰਦੇ ਹੈਗੇ ਆ ਜਿਹੜੇ ਉਹਦੇ ਬਹੁਤ ਨੇੜੇ ਆ, ਬਿਲਕੁਲ, ਤਾਂ ਬੇਬੇ ਉਹਨਾਂ 'ਚੋਂ ਇੱਕ ਹੈ ਜੋ ਰੱਬ ਦੇ ਨੇੜੇ ਦੇ ਬੰਦਿਆਂ 'ਚੋਂ, ਇਸ ਕਰਕੇ ਉਹਦੇ ਕੋਲ ਬੈਠ ਕੇ ਉਹਦੀਆਂ ਗੱਲਾਂ ਕਰਨੀਆਂ, ਗੱਲਾਂ ਸਮਝਣੀਆਂ ਚੰਗਾ ਲੱਗਿਆ। ਤਾਂ ਮੇਰੇ ਖਿਆਲ 'ਚ 5 ਸਾਲ ਹੋ ਗਏ ਮੈਨੂੰ ਬੇਬੇ ਹੋਰਾਂ ਕੋਲ ਰਹਿੰਦੇ ਨੂੰ, ਤਾਂ ਮਾਲਕ ਦਾ ਮੈਂ ਸ਼ੁਕਰ ਕਰਦਾ ਕਿ ਇਸ ਜਨਮ 'ਚ ਬੇਬੇ ਮਿਲ ਗਈ, ਤਾਂ ਮੇਰੀ ਤਾਂ ਅਰਦਾਸ ਹੈ ਕਿ ਸਾਰੇ ਗਾਉਣ ਵਾਲਿਆਂ ਨੂੰ ਬੇਬੇ ਮਿਲ ਜੇ, ਉਹ ਕਿਤੇ ਵੀ ਮਿਲ ਜੇ, ਉਹ ਜ਼ਰੂਰੀ ਨਹੀਂ ਕਿ ਇਹੀ ਬੇਬੇ ਕਿਤੇ ਵੀ ਉਹਦੀ, ਕਿਉਂਕਿ ਇਸ ਲਾਈਨ ਦੇ ਵਿੱਚ ਬਚਣਾ ਬੜਾ ਔਖਾ ਹੈ ਜੀ, ਬਿਲਕੁਲ, ਕਿ ਜਿਵੇਂ ਜਦੋਂ ਦਾ ਮੈਂ ਮਸ਼ਹੂਰ ਹੋਇਆ ਤਾਂ ਹੋ ਸਕਦਾ ਜੇ ਬੇਬੇ ਮੇਰੀ ਲਾਈਫ 'ਚ ਨਾ ਹੁੰਦੀ ਤਾਂ ਮੈਂ ਹੁਣ ਮੈਂ ਵੀ ਚੰਡੀਗੜ੍ਹ ਕੋਠੀ ਪਾ ਕੇ ਰਹਿੰਦਾ ਹੁੰਦਾ, ਬਿਲਕੁਲ, ਤਾਂ ਮੇਰੇ ਤੌਰ ਤਰੀਕੇ ਵੀ ਕੁਛ ਹੋਰ ਹੋਣੇ ਸੀ, ਬਿਲਕੁਲ, ਇਸ ਕਰਕੇ ਮਾਲਕ ਦਾ ਸ਼ੁਕਰ ਹੈ ਕਿ ਉਹਨੇ ਬੇਬੇ ਦਾ ਸੰਗ ਦਿੱਤਾ ਅਤੇ ਬੇਬੇ ਰਾਹੀਂ ਉਹ ਆਪਦੀਆਂ ਗੱਲਾਂ ਸੁਣਾ ਰਿਹਾ ਜੀ। ਸੋ ਬਿਲਕੁਲ, ਜਦੋਂ ਮੈਂ ਵੀ ਗਿਆ, ਸੋ ਜੋ ਤੁਸੀਂ ਗੱਲ ਕੀਤੀ ਕਿ ਨਸ਼ਿਆਂ ਦੇ ਬਾਰੇ ਜੋ ਪਰਸੈਪਸ਼ਨ ਬਣੀ ਹੋਈ, ਜੋ ਸਮਝ ਬਣੀ ਉਸ ਬਣੀ ਹੋਈ ਹੈ ਡੇਰਿਆਂ ਦੇ ਬਾਰੇ ਜੀ, ਕਿ ਉੱਥੇ ਨਸ਼ਾ ਚੱਲਦਾ ਜਾਂ ਹੋਰ ਚੱਲਦਾ ਵੀਡੀਓ ਚੱਲਦੀਆਂ, ਸੋ ਮੈਨੂੰ ਲੱਗਦਾ ਕਿ ਤੁਸੀਂ ਮੈਨੂੰ ਚਾਹ ਵੀ ਹੈ ਜਿਹੜੀ ਉਹ ਵੀ ਆਮ ਨਹੀਂ ਪਿਆਈ, ਸੋ ਚਾਹ ਵੀ ਜਿਹੜੀ ਸੀ ਔਰਗੈਨਿਕ ਪਿਆਈ ਅਤੇ ਨਾਲ ਦੇਸੀ ਬਿਸਕੁਟ, ਅਤੇ ਮੈਨੂੰ ਕੋਈ ਚੀਜ਼, ਮੈਂ ਇਹ ਗੱਲ ਦੀ ਸ਼ਾਦੀ ਭਰਦਾ, ਬਿਲਕੁਲ ਮੈਂ ਗਵਾਹੀ ਦੀ ਭਰਦਾ ਕਿ ਇਸ ਤਰ੍ਹਾਂ ਦੀ ਉੱਥੇ ਕੋਈ ਚੀਜ਼ ਨਹੀਂ ਦਿਖੀ, ਸੋ ਜਿਹਨੂੰ ਤੁਸੀਂ ਤਰਕ ਦੀ ਨਿਗਾਹ ਦੇ ਨਾਲ ਜਾਂ ਤਰਕ ਦੇ ਨਾਲ ਜਿਹਨੂੰ ਸਾਬਤ ਕਰ ਸਕੋ ਕਿ ਇਹ ਵਹਿਮ ਆ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਆ, ਸੋ ਬੜਾ ਮੈਨੂੰ ਰਹਿ ਕੇ ਲੱਗਿਆ ਰਮਣੀਕ, ਅਤੇ ਜਿਹੜੀ ਤੁਸੀਂ ਉੱਥੇ ਕੋਠੀ ਬਣਾਈ ਹੈ ਇੱਕ, ਸੋ ਮੈਨੂੰ ਲੱਗਦਾ ਜੇ ਤਾਂ ਉਹਨੂੰ ਆਰਟ ਦੀ ਨਿਗਾਹ ਤੋਂ ਉਹਨੂੰ ਦੇਖਣਾ ਹੋਵੇ, ਸੋ ਉਹ ਬਾ ਕਮਾਲ ਪੇਸ਼ਕਾਰੀ ਹੈ ਇੱਕ, ਸੋ ਵੈਸੇ ਹੁੰਦਾ ਕਿ ਕਲਾਕਾਰ ਕੋਲ, ਵੈਸੇ ਤੁਸੀਂ ਉਹ ਕਲਾਕਾਰਾਂ ਦੇ ਨਾਲ ਤੁਹਾਨੂੰ ਕੰਪੇਅਰ ਵੀ ਨਹੀਂ ਕਰਨਾ ਚਾਹੀਦਾ, ਪਰ ਵੈਸੇ ਜੇ ਉਦਾਹਰਨ ਦੇਣੀ ਹੋਵੇ, ਕਲਾਕਾਰ ਕੋਲ ਇੱਕ ਕਾਰ ਅਤੇ ਦੂਜੀ ਕੋਠੀ ਜ਼ਰੂਰ ਹੁੰਦੀਆਂ ਨੇ, ਸੋ ਪਰ ਤੁਹਾਡੀ ਜਿਹੜੀ ਉਹ ਕੋਠੀ ਆ ਉਹਦੇ ਬਾਰੇ ਵੀ ਥੋੜ੍ਹਾ ਦੱਸੋ, ਜਿਹੜੀ ਕਾਨਿਆਂ ਦੀ ਬਣਾਈ ਆ ਅਤੇ ਜਿਹਦੇ ਵਿੱਚ ਅੰਦਰ ਜਾ ਕੇ ਵਾਕਈ ਇੱਕ ਸਕੂਨ ਆਉਂਦਾ ਗਾ। ਉਹ ਅਸਲ 'ਚ ਐਂ ਸੀ ਕਿ ਜਦੋਂ ਮੈਂ ਮਸ਼ਹੂਰ ਹੋਇਆ ਨਾ, ਤਾਂ ਉਸ ਵੇਲੇ ਸਾਡੇ ਕੋਲ ਉੱਥੇ ਇੱਕੋ ਹੀ ਛੱਪਰੀ ਸੀ
ਲਈ ਮੈਨੂੰ ਐਂ ਲੱਗਾ ਕਿ ਮੈਂ ਤਾਂ ਪ੍ਰੋਬਲਮ ਹੀ ਖੜੀ ਕਰਤੀ ਜੀ, ਕਿ ਮੈਂ ਤਾਂ ਇਹਨਾਂ ਦੀ ਸ਼ਾਂਤੀ ਭੰਗ ਕਰੀ ਜਾਣਾ ਜੀ। ਤਾਂ ਫਿਰ ਉਹ ਅਸੀਂ ਨਾਲ ਦੇ ਜਿੱਥੇ ਉਹ ਤੁਸੀਂ ਦੇਖ ਕੇ ਬਣੀ ਹੈ ਤਾਂ ਉਹ ਨਾਲ ਦਾ ਖੇਤ ਆ ਸਾਡੇ ਸੱਜਣ ਦਾ ਕਿਸੇ ਦਾ, ਤਾਂ ਉਹ ਅਸੀਂ ਖੇਤ ਲਿਆ ਉਹਨਾਂ ਤੋਂ। ਤਾਂ ਉਹ ਖੇਤ ਦੇ ਵਿੱਚ ਫਿਰ ਅਸੀਂ ਉੱਥੇ ਸੋਚਿਆ ਕਿ ਹੁਣ ਕੁਛ ਬੇਬੇ ਵਾਸਤੇ ਉੱਧਰ ਸੈਪਰੇਟ ਕਰ ਦਾਂਗੇ ਅਤੇ ਮੈਂ ਇੱਧਰ ਰਹਿ ਲੂੰਗਾ। ਤਾਂ ਉਹ ਕਿਸਮਤ ਨਾਲ ਕੀ ਹੋਇਆ, ਮੈਂ ਚੰਡੀਗੜ੍ਹ ਗਾਉਣ ਗਿਆ, ਉੱਥੇ ਬੈਕ ਸਟੇਜ ਨਾ ਕੋਈ ਪਰਿਵਾਰ ਖੜਾ, ਉਹ ਵੀਰ ਆਪ, ਉਹਦੀ ਵਾਈਫ ਅਤੇ ਉਹਦੇ ਬੱਚੇ, ਹੋਰ ਭੈਣ ਭਰਾ ਉਹਦੇ, ਯਾਨੀ ਉਹ 10-12 ਜਾਣੇ ਸੀ। ਤਾਂ ਉਹ ਫੋਟੋ ਫਾਟਾ ਖਿਚਾ ਕੇ ਮੈਂ ਉਹਨੂੰ ਵੈਸੇ ਹੀ ਪੁੱਛ ਲਿਆ, ਮੈਂ ਕੰਮ ਕੀ ਕਰਦਾ ਤੂੰ? ਕਹਿੰਦਾ ਜੀ ਮੈਂ ਇੱਦਾਂ ਕਰਕੇ ਨਾ ਵੀ ਆਹ ਬਾਂਸ ਦੇ ਘਰ ਬਣਾਉਣਾ। ਤਾਂ ਮੇਰੇ ਉਦੋਂ ਹੀ ਵੱਜਿਆ, ਮੈਂ ਯਾਰ ਅਸੀਂ ਕੁਛ ਇੱਦਾਂ ਵਿਚਾਰ ਕਰ ਰਹੇ ਹਾਂ ਕਿ ਅਸੀਂ ਕੁਛ ਇਸ ਤਰ੍ਹਾਂ ਦਾ ਬਣਾਈਏ, ਤਾਂ ਤੂੰ ਆ ਜਾਈਂ ਕੁਟੀਆ। ਤਾਂ ਉਹਨੂੰ ਤਾਂ ਵਿਚਾਰੇ ਨੂੰ ਇੰਨਾ ਚਾਅ ਚੜਿਆ, ਉਹ ਤਾਂ ਅਗਲੇ ਦਿਨ ਹੀ ਆ ਗਿਆ। ਤਾਂ ਹੁਣ ਉਹ ਹੈ ਤਾਂ ਸਾਰੀ ਕੱਚੀ, ਉਹਦੇ 'ਚ ਇੱਕ ਕਮਰਾ ਹੈ, ਇੱਧਰਲੇ ਪਾਸੇ ਰਸੋਈ ਹੈ, ਇੱਧਰ ਬਾਥਰੂਮ ਹੈ, ਇੱਕ ਇੱਕ ਕਮਰਾ ਉੱਪਰ ਉਹਦੇ। ਉਹ ਦੋਨੇ ਕਮਰੇ ਅਸੀਂ ਕੱਚੇ ਬਣਾ ਲਏ, ਫਿਰ ਕੱਚੀ ਇੱਟ ਦੇ, ਰਸੋਈ ਅਤੇ ਬਾਥਰੂਮ ਪੱਕੇ ਕਰ ਲਏ। ਤਾਂ ਫਿਰ ਉਹ ਜਦੋਂ ਆਇਆ ਤਾਂ ਫਿਰ ਉਹਨੂੰ ਆਖਿਆ, ਮੈਂ ਕਿਹਾ ਹੁਣ ਤੂੰ ਆਪਦੀ ਕੋਈ ਕਾਰਾਗਰੀ ਕਰ ਲਾ। ਤਾਂ ਉਹ ਫਿਰ ਇੱਕ ਟਰੱਕ ਬਾਂਸ ਦਾ ਭਰ ਲਿਆ, ਇੱਕ ਸਰਕੜੇ ਦਾ ਭਰ ਲਿਆ। ਮੈਂ ਕਿਹਾ ਵੀ ਹੁਣ ਤੂੰ ਆਪਦੇ ਹਿਸਾਬ ਨਾਲ ਫੁੱਲ ਬੂਟੀਆਂ ਪਾਈ ਚੱਲ। ਫਿਰ ਉਹਨੇ ਉਹ ਸਾਰਾ ਬੈਂਬੂ ਆਸੇ ਪਾਸੇ ਲਾਤਾ, ਸਰਕੜੇ ਦੀਆਂ ਛੱਤਾਂ ਕਰਤੀਆਂ, ਹੋਰ ਆਸੇ ਪਾਸੇ ਕੰਧਾਂ ਸੀ ਜਿੰਨੀਆਂ, ਉਹਨਾਂ ਨੂੰ ਬਾਂਸ ਨਾਲ ਢੱਕਤਾ, ਬਾਂਸ ਦਾ ਹੀ ਗੇਟ ਲਾਤਾ। ਤਾਂ ਉਹ ਆਪਣੇ ਆਪ 'ਚ ਇੱਕ ਬੜੀ ਯੂਨੀਕ ਜਿਹੀ ਚੀਜ਼ ਬਣ ਗਈ। ਸੋ ਹੁਣ ਆਪਾਂ ਥੋੜ੍ਹਾ ਜਿਹਾ ਗੱਲਬਾਤ ਕਰੀਏ। ਸੋ ਤੁਹਾਡੇ ਪੂਰੇ ਦੁਨੀਆ ਭਰ ਦਾ ਤੁਸੀਂ ਚੱਕਰ ਲਾਇਆ ਗਾ, ਸੋ ਇੱਕ ਜਦੋਂ ਪੁਰਾਣੇ ਕਮਰ ਨੂੰ ਦੇਖਦੇ ਹੋ ਅਤੇ ਹੁਣ ਵਾਲੇ ਕਮਰ ਨੂੰ ਦੇਖਦੇ ਹੋ, ਕਿੰਨਾ ਕੁ ਜਿਹੜਾ ਸਕੂਨ ਮਹਿਸੂਸ ਹੁੰਦਾ ਹੈਗਾ, ਜਾਂ ਹੁਣ ਕਿੰਨੀ ਕੁ ਲਾਈਫ ਸੋਹਣੀ ਲੱਗਦੀ ਹੈ? ਬਸ ਮੈਂ ਇੰਨਾ ਹੀ ਕਹੂੰਗਾ ਤੇਜੂ ਬਾਈ ਕਿ ਮਾਲਕ ਨੇ ਬਹੁਤ ਮਿਹਰ ਕੀਤੀ ਹੈ, ਸਭ ਕੁਛ ਬੜਾ ਪੋਜ਼ਿਟਿਵ ਹੈ। ਜਿਸ ਤਰ੍ਹਾਂ ਦਾ ਮਾਹੌਲ ਸੀ ਮੇਰਾ ਯੂਨੀਵਰਸਿਟੀ 'ਚ, ਤਾਂ ਉਹ ਹੁਣ ਪਤਾ ਲੱਗਦਾ ਕਿ ਯਾਰ ਉਹ ਜ਼ਿੰਦਗੀ ਕੋਈ ਬਹੁਤ ਜ਼ਿਆਦਾ ਅੱਛੀ ਨਹੀਂ ਸੀ। ਠੀਕ ਹੈ। ਹਾਂ, ਤਾਂ ਪਰ ਬੇਬੇ ਕੋਲ ਆ ਕੇ ਉਹੀ ਗੱਲ ਹੈ ਕਿ ਵਾਰ ਵਾਰ ਉਹੀ ਗੱਲ ਕੇ ਬਚ ਗਏ। ਠੀਕ ਹੈ। ਤਾਂ ਸੰਗਤ ਅੱਛੀ ਹੋ ਗਈ, ਸਭ ਕੁਛ ਪੋਜ਼ਿਟਿਵ ਹੋ ਗਿਆ। ਤਾਂ ਉਸ ਤੋਂ ਬਾਅਦ ਬਾਕੀ ਇਹ ਹੈ ਕਿ ਚਲੋ ਇਹ ਮੇਰੀ ਕਿਰਤ ਹੈ, ਇਹ ਮੇਰਾ ਰੁਜ਼ਗਾਰ ਹੈ ਗਾਉਣਾ, ਇਹ ਕੋਈ ਬੰਦਗੀ ਨਹੀਂ ਹੈ। ਬਹੁਤ ਸਾਰੇ ਸੱਜਣ ਜਿਵੇਂ ਮੇਰੇ ਨਾਮ ਉਰ ਲਾਇਆ ਵਾ ਸੂਫੀ ਗਾਇਕ ਕੰਵਰ ਗਰੇ ਵਾਲਾ, ਮੈਂ ਇੱਦਾਂ ਨਹੀਂ ਹੁੰਦਾ। ਇੱਥੇ ਆਸਟ੍ਰੇਲੀਆ ਆਇਆ ਤਾਂ ਇੱਥੇ ਵੀ ਥੱਬਾ ਪੈਸਿਆਂ ਦਾ ਲਿਆ। ਠੀਕ ਹੈ। ਤਾਂ ਸੂਫੀ ਇੱਦਾਂ ਨਹੀਂ ਹੁੰਦਾ ਸਿਸਟਮ, ਉਹ ਤਾਂ ਠੀਕ ਹੈ ਕਿ ਮਾਲਕ ਦਾ ਸ਼ੁਕਰ ਹੈ ਕਿ ਬੋਲ ਸਾਰਥਕ ਹੈ। ਠੀਕ ਹੈ। ਕਿ ਬੋਲ ਅੱਛੇ ਹੈ, ਕਿ ਜੋ ਵੀ ਮੇਰੇ ਵਾਲੇ ਪ੍ਰੋਗਰਾਮ ਨੂੰ ਸੁਣਨ ਆਉਂਦੇ ਆ ਤਾਂ ਉਹਨਾਂ ਨੂੰ ਕੋਈ ਨੀਵੀ ਪਾਉਣ ਦੀ ਲੋੜ ਨਹੀਂ। ਸਾਡੀਆਂ ਮਾਵਾਂ, ਧੀਆਂ, ਰਾਣੀਆਂ, ਸਭ ਬਜ਼ੁਰਗ ਸਾਡੇ ਬੜੇ ਚਾਅ ਨਾਲ ਆਉਂਦੇ ਆ, ਤਾਂ ਬੜੇ ਹੱਲਾਸ਼ੇਰੀ ਦੇ ਕੇ ਜਾਂਦੇ ਆ ਕਿ ਪੁੱਤ ਦੱਬੀ ਰੱਖ ਕੰਮ ਨੂੰ, ਤੇਰਾ ਬਹੁਤ ਅੱਛਾ ਸਰ, ਪਰ ਇਹ ਕਿਰਪਾ ਉਸ ਮਾਲਕ ਦੀ ਹੈ। ਠੀਕ ਹੈ। ਤਾਂ ਬਸ ਇੰਨਾ ਹੀ ਹੈ, ਬਾਕੀ ਸੂਫੀ ਮੇਰੇ ਖਿਆਲ 'ਚ ਉਸ ਦਿਨ ਬਣ ਜਾਂਗੇ ਜਿਸ ਦਿਨ ਸਾਰਾ ਕੁਛ ਛੱਡ ਕੇ ਇਕੱਲਾ ਕੁਟੀਆ 'ਚ ਬਹਿ ਕੇ ਗਾਉਣ ਲੱਗ ਗਏ। ਠੀਕ ਹੈ। ਸੋ ਬਿਲਕੁਲ ਅਸਲ ਐਗਜਾਮਪਲ ਹੈ, ਕਈ ਵਾਰ ਦਾਅਵੇ ਵੱਡੇ ਹੋ ਜਾਂਦੇ ਨੇ, ਕਈ ਵਾਰ ਬੜੇ ਆਪਾਂ ਇਸ ਤੋਂ ਪਹਿਲਾਂ ਦੇਖੇ ਆ ਪੁਰਾਣੇ ਪੁਰਾਣੇ ਸੂਫੀ ਗਾਇਕ ਆਪਣੇ ਆਪ ਨੂੰ ਕਹਾਉਂਦੇ। ਸੋ ਪਰ ਕਮਰ ਜੋ ਅੰਦਰ ਆ ਉਹੀ ਮਾਈਕ ਦੇ ਉੱਤੇ ਆ, ਇਹ ਬੜਾ ਫਰਕ ਹੁੰਦਾ ਕਿ ਜੇਕਰ ਤੁਸੀਂ ਅੰਦਰ ਕੁਛ ਹੋਰ ਹੋ ਅਤੇ ਮਾਈਕ 'ਤੇ ਕੁਛ ਹੋਰ ਹੋ, ਬਹੁਤ ਜ਼ਿਆਦਾ ਇਹਦੇ ਵਿੱਚ ਚੀਜ਼ ਬਹੁਤ ਵੱਡੀ ਚੀਜ਼ ਆ ਜਾਂਦੀ ਹੈ, ਪਰ ਕਮਰ ਇਹਦੇ ਵਿੱਚ ਕੁਝ ਨਹੀਂ ਹੈ, ਜੋ ਅੰਦਰ ਆ ਉਹੀ ਬਾਹਰ ਆ। ਸੋ ਹੁਣ ਗੱਲ ਕਰੀਏ ਆਸਟ੍ਰੇਲੀਆ ਦੀ। ਆਸਟ੍ਰੇਲੀਆ ਦੇ ਵਿੱਚ ਤੁਹਾਡੇ ਟੂਰ ਹੋ ਚੁੱਕੇ ਆ, ਇਹ ਤੋਂ ਪਹਿਲਾਂ ਨਿਊਜ਼ੀਲੈਂਡ ਵੀ ਤੁਸੀਂ ਲਾ ਕੇ ਆਏ ਹੋ। ਸੋ ਆਸਟ੍ਰੇਲੀਆ ਦੇ ਜਿਹੜਾ ਯੂਥ ਆ, ਦੁਨੀਆ ਦੇ ਯੂਥ ਨੂੰ ਥੋੜ੍ਹਾ ਜਿਹਾ ਵੱਖਰਾ ਗਾ ਕਿਉਂਕਿ ਇਹ ਨਵੇਂ ਦੇਸ਼ ਅਜੇ ਖੁੱਲ੍ਹਿਆ ਗਾ, ਸੋ ਇਹਨਾਂ ਨੂੰ ਆ ਕੇ ਮਿਲ ਕੇ ਕਿਵੇਂ ਲੱਗੇ? ਆਸਟ੍ਰੇਲੀਆ ਆਏ ਆ, ਇੱਕ ਤਾਂ ਆਪਣੇ ਯੂਨੀਵਰਸਿਟੀ ਵਾਲੇ ਵਾਲੇ ਆ, ਤਾਂ ਇਸ ਗੱਲ ਦਾ ਚਾਅ ਸੀ। ਹਾਂ, ਕਿਉਂਕਿ ਜਦੋਂ ਨਿਊਜ਼ੀਲੈਂਡ ਸੀ ਤਾਂ ਉੱਥੇ ਆਕਲੈਂਡ ਦਾ ਸ਼ੋਅ ਹੋਇਆ, ਤਾਂ ਚਲੋ ਸੁੱਖੀ ਸਾਂਦੀ ਹੋਇਆ, ਸਾਰਾ ਬੜਾ ਵਧੀਆ ਹੋਇਆ। ਅਸੀਂ ਬ੍ਰਿਸਬੇਨ ਆਏ ਆ, ਉੱਥੇ ਬੜਾ ਵਧੀਆ ਹੋਇਆ, ਪਰ ਆਇਆ ਵੀ ਆ ਮੈਲਬੋਰਨ ਅਤੇ ਸਿਡਨੀ, ਇਹ ਦੋ ਸ਼ਹਿਰ ਇਹੋ ਜਿਹੇ ਆ ਕਿ ਇੱਥੇ ਆਪਣੀ ਯੂਨੀਵਰਸਿਟੀ ਦੇ ਬੜੇ ਸੱਜਣ ਹੈ, ਤਾਂ ਉਹਨਾਂ ਨੂੰ ਮਿਲਣ ਦਾ ਚਾਅ ਹੈ ਕਿ ਬਹੁਤ ਟਾਈਮ ਬਾਅਦ ਉਹਨਾਂ ਨੂੰ ਮਿਲੂੰਗਾ, ਅਤੇ ਬਾਕੀ ਕਈਆਂ ਨੂੰ ਮਿਲ ਵੀ ਲਿਆ, ਤਾਂ ਵਧੀਆ ਹੈ, ਬਾਕੀ ਠੀਕ ਹੈ, ਸਭ ਬਹੁਤ ਅੱਛਾ ਹੈ। ਅਤੇ ਬਾਕੀ ਇਹ ਹੈ ਕਿ ਇਹ ਮੁਲਕ ਬੜੇ ਸੋਹਣੇ ਹੈ, ਯਾਨੀ ਕੁਦਰਤ ਬੜੀ ਦਿਆਲ ਹੈ ਇਹਨਾਂ 'ਤੇ। ਨਿਊਜ਼ੀਲੈਂਡ ਗਿਆ ਉਹ ਬੜਾ ਸੋਹਣਾ ਲੱਗਿਆ, ਹੋਰ ਬਾਕੀ ਮੁਲਕਾਂ 'ਚ ਗਿਆ ਬੜੇ ਸੋਹਣੇ ਆ, ਪਰ ਜਾਣੀ ਇੱਕ ਇੱਕ ਗੱਲ ਜ਼ਰੂਰ ਹੈ ਕਿ ਕੁੱਲੀ ਗੁੱਲੀ ਅਤੇ ਜੁੱਲੀ ਇਹ ਤਿੰਨੇ ਸੇਫ ਆ ਤੁਹਾਡੇ, ਜੇ ਮੈਂ ਪੰਜਾਬ ਦੇ ਪੁਆਇੰਟ ਤਾਂ ਤੁਸੀਂ ਸਾਡੇ ਨਾਲੋਂ ਵੱਧ ਸੇਫ ਹੋ, ਪਰ ਇੱਥੇ ਇੱਕ ਹੋਰ ਸਵਾਲ ਖੜ੍ਹਾ ਹੁੰਦਾ ਕਿ ਜੇ ਇੰਨੇ ਸੁੱਖ ਸਹੂਲਤਾਂ ਮਿਲਣ ਤੋਂ ਬਾਅਦ ਵੀ ਜੇ ਰੱਬ ਨੂੰ ਨਾ ਯਾਦ ਕੀਤਾ ਤਾਂ ਕੁੱਟ ਤੁਹਾਡੇ ਸਾਡੇ ਨਾਲੋਂ ਵੱਧ ਪੈਣੀ ਹੈ। ਬਿਲਕੁਲ, ਬਹੁਤ ਹੀ ਬਹੁਤ ਅਹਿਮ ਗੱਲ ਕਰੀ ਆ, ਮੈਂ ਇਹੀ ਅਖੀਰਲੇ ਆਪਣੇ ਸਵਾਲ ਦੇ ਵੱਲ ਆਉਣਾ ਚਾਹੁੰਦਾ ਸੀ। ਜਦੋਂ ਪਹਿਲੀ ਵਾਰ ਬਾਬੇ ਗਏ ਨੇ ਇੰਗਲੈਂਡ, ਸੋਰੀ ਕੈਨੇਡਾ ਦੇ ਵਿੱਚ, ਸੋ ਕਹਿੰਦੇ ਵੀ ਉਸ ਵਕਤ ਸੰਤ ਅਤਰ ਸਿੰਘ ਨੇ ਪਿੱਛੋਂ ਸੁਨੇਹਾ ਭੇਜਿਆ ਪ੍ਰੋਫੈਸਰ ਤੇਜਾ ਸਿੰਘ ਦੇ ਰਾਹੀਂ ਕਿ ਸਿੱਖ ਗਏ ਨੇ ਦੂਜੇ ਮੁਲਕਾਂ ਦੇ ਵਿੱਚ ਕਮਾਈ ਕਰਨ ਦੇ ਲਈ ਗਏ ਆ,
ਉੱਥੇ ਕਮਾਈ ਵੀ ਬੜੀ ਖੁੱਲ੍ਹ ਕੇ ਕਰਨਗੇ, ਪਦਾਰਥਵਾਦੀ ਵੀ ਹੋਣਗੇ। ਸੋ ਉਹਨਾਂ ਨੂੰ ਭਾਈ ਮੇਰਾ ਸੰਦੇਸ਼ਾ ਦੇ ਦਿਓ ਕਿ ਉਹ ਗੁਰਦੁਆਰੇ ਸਾਹਿਬ ਬਣਾਉਣ ਅਤੇ ਨਾਮ ਜਪਣਾ ਨਾ ਛੱਡਣ, ਇਹ ਨਹੀਂ ਬਚਾ ਕੇ ਰੱਖਣਾ ਗਾ। ਸੋ ਅਸੀਂ ਇੱਥੇ ਬੜਾ ਪੈਸਾ ਵੀ ਵਧੀਆ ਕਮਾਉਂਦੇ ਹਾਂ, ਪਰ ਇਹ ਹੋਰ ਵੀ ਬੜੀਆਂ ਸਾਰੀਆਂ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਮਾਣਦੇ ਹਾਂ, ਪਰ ਜਿਹੜਾ ਅੱਜ ਦਾ ਨੌਜਵਾਨ ਆ ਉਹ ਜਿਹੜਾ ਆਪਾਂ ਅਮੀਰ ਵਿਰਸਾ ਕਹਿੰਦੇ ਹਾਂ, ਜਿਹੜਾ ਸਾਡੇ ਜਿਹੜੀ ਮਨ ਦੀ ਕਮਾਈ ਆ, ਜਿਹੜੀ ਸਾਡੀ ਸੁਰਤ ਦੀ ਕਮਾਈ ਆ, ਉਹ ਤੋਂ ਥੋੜ੍ਹਾ ਦੂਰ ਹੁੰਦਾ ਜਾ ਰਿਹਾ। ਪਰ ਜਿਹੜੇ ਤੁਹਾਡੇ ਜ਼ਿਆਦਾ ਸ਼ੋਅ ਨੇ, ਉਹ ਤੁਹਾਡਾ ਹਮੇਸ਼ਾ ਇਸੇ ਗੱਲ ਦੇ ਉੱਤੇ ਜ਼ੋਰ ਹੁੰਦਾ ਵੀ ਭਾਈ ਸਾਰੀ ਗੱਲ ਇੱਥੇ ਜੁੜਦੀ ਆ। ਇਹਦੇ ਬਾਰੇ ਬਸ ਇਹ ਤੁਸੀਂ ਬੋਲਤਾ ਵੀਰੇ, ਗੱਲ ਇਹ ਹੈ ਕਿ ਸਹੀ ਹੈ, ਕੋਈ ਹੈ ਕਰਮ ਤਾਂ ਚਲੋ ਅੱਛਾ ਹੈ ਕੋਈ, ਕਿ ਤੁਸੀਂ ਸੇਫ ਹੋ, ਅਸੀਂ ਵੀ ਸੇਫ ਹਾਂ, ਪਰ ਤੁਸੀਂ ਸਾਡੇ ਨਾਲੋਂ ਵੱਧ ਸੇਫ ਹੋ। ਪਰ ਜੇ ਇੰਨਾ ਕੁਛ ਮਿਲਣ ਦੇ ਬਾਵਜੂਦ ਵੀ ਅਸੀਂ ਜੇ ਮੰਨ ਲਓ ਅੰਮ੍ਰਿਤ ਵੇਲਾ ਨਾ ਸਾਂਭਿਆ ਜਾਂ ਹੋਰ ਇਕੱਲੇ ਪਦਾਰਥਾਂ ਜੋਗੇ ਹੀ ਰਹਿ ਗਏ ਕਿ ਇੱਕ ਘਰ ਬਣਾ ਲਿਆ ਤਾਂ ਇੱਕ ਹੁਣ ਹੋਰ ਲੈ ਲਈਏ ਰੈਂਟ 'ਤੇ ਦੇ ਦੀਏ, ਜਾਂ ਇੱਕ ਕਾਰ ਲੈ ਲਈ ਤਾਂ ਹੁਣ ਦੋ ਹੋਰ ਲੈ ਲਈਏ, ਤਾਂ ਫਿਰ ਇਹ ਸਹੀ ਨਹੀਂ ਹੈ। ਤਾਂ ਇੱਥੇ ਥੋੜ੍ਹਾ ਜਿਹਾ ਵਿਚਾਰਨ ਦੀ ਲੋੜ ਹੈ ਕਿ ਜਦੋਂ ਅਸੀਂ ਸਾਡਾ ਖਾਣ ਪੀਣ ਸਾਰਾ ਕੁਛ ਬਹੁਤ ਵਧੀਆ, ਸਾਡੇ ਧੀਆਂ ਪੁੱਤ ਸੇਫ ਹੈ, ਐਜੂਕੇਸ਼ਨ ਸਾਡਾ ਬੇਸਿਕ ਹੈ ਜਿਹੜਾ ਬਹੁਤ ਅੱਛਾ, ਸਾਡੀ ਇੱਥੋਂ ਦੀਆਂ ਜਾਣੀ ਨਿਆਵਾਂ ਵਧੀਆ ਭਰਦੇ ਆ, ਸਕੂਲ ਵੀ ਵਧੀਆ ਭਰਦੇ ਆ, ਸਭ ਕੁਛ ਅੱਛਾ ਹੈ, ਉਸ ਤੋਂ ਬਾਅਦ ਜੇ ਅਸੀਂ ਹੁਣ ਮੰਨ ਲਓ ਬੇਸ਼ੁਕਰੇ ਹੋਵਾਂਗੇ ਅਤੇ ਸਾਡੇ ਰੱਬ ਯਾਦ ਹੀ ਨਹੀਂ, ਤਾਂ ਮੇਰੇ ਖਿਆਲ 'ਚ ਫਿਰ ਰੱਬ ਨਾਰਾਜ਼ ਤੁਹਾਡੇ ਨਾਲ ਵੱਧ ਹੋਊਗਾ, ਤੁਹਾਡੇ ਨਾਲ ਵੱਧ ਹੋਊਗਾ। ਪੰਜਾਬ ਹੈ ਤਾਂ ਉੱਥੇ ਫਿਕਰ ਹੈ ਕਿ ਇੱਕ ਪਰਿਵਾਰ ਦਾ ਇੱਕ ਲਾਣੇਦਾਰ ਹੈ ਤਾਂ ਉਹਦੇ ਤਿੰਨ ਧੀਆਂ, ਤਾਂ ਮੇਰੇ ਖਿਆਲ 'ਚ ਉਹਨੂੰ ਰੋਟੀ ਦੇ ਲਾਲੇ ਪਏ ਹੈ ਕਿ ਮੇਰੀ ਦਿਹਾੜੀ 300 ਰੁਪਈਆ ਅਤੇ ਮੈਂ ਬਿਜਲੀ ਦਾ ਬਿੱਲ ਵੀ ਭਰਨਾ ਹੈ, ਹੋਰ 100 ਲੱਲੇ ਭੱਬੇ ਆ, ਸਾਰਾ ਕੁਛ ਕਰਨਾ ਹੈ। ਤਾਂ ਮੇਰੇ ਖਿਆਲ 'ਚ ਤਨ ਦੇ ਉਹ ਓਸ਼ੋ ਰਜਨੀਸ਼ ਦੀ ਗੱਲ ਬੜੀ ਖੂਬਸੂਰਤ ਹੈ, ਕਿਸੇ ਨੇ ਕਿਹਾ ਸੀ ਕਿ ਤੁਸੀਂ ਇੰਡੀਆ 'ਚ ਆ ਕੇ ਕਿਉਂ ਨਹੀਂ ਪ੍ਰਚਾਰ ਕਰਦੇ, ਤਾਂ ਉਹਨਾਂ ਨੇ ਇੱਕੋ ਗੱਲ 'ਚ ਨਿਬੇੜਤੀ ਸੀ, ਕਹਿੰਦੇ ਯਾਰ ਹਜੇ ਇੰਡੀਆ ਤਨ ਤੋਂ ਹੀ ਨਹੀਂ ਸੇਫ ਹੈਗਾ, ਮੈਂ ਇਹਨਾਂ ਨਾਲ ਮਨ ਦੀ ਬਾਤ ਕਿੱਦਾਂ ਕਰਾਂ। ਤਾਂ ਤੁਸੀਂ ਤਨ ਤੋਂ ਸੇਫ ਹੋ, ਮੁਬਾਰਕ ਦਿੰਦਾ ਮੈਂ ਤੁਹਾਨੂੰ ਸਾਰੇ ਬਾਹਰਲੇ ਮੁਲਕ ਦੇ ਵਾਸੀਆਂ ਨੂੰ, ਤਾਂ ਤੁਸੀਂ ਮਨ ਦੀ ਬਾਤ ਖੁੱਲ੍ਹ ਕੇ ਕਰ ਸਕਦੇ ਹੋ। ਇਸ ਕਰਕੇ ਮੇਰਾ ਤਾਂ ਇਹੀ ਜਾਣੀ ਇੱਕ ਰਾਏ ਮਸ਼ਵਰਾ ਹੀ ਆ ਸਾਰੇ ਸੰਗਤ ਨਾਲ ਕਿ ਤੁਹਾਨੂੰ ਮਨ ਦੀ ਬਾਤ ਮੇਰੇ ਖਿਆਲ 'ਚ ਸਾਡੇ ਤੋਂ ਵੀ ਜ਼ਿਆਦਾ ਕਰਨੀ ਚਾਹੀਦੀ। ਬਿਲਕੁਲ ਕਰਨੀ ਚਾਹੀਦੀ ਅਤੇ ਜ਼ਿੰਮੇਵਾਰੀ ਬਣਦੀ ਆ। ਸੋ ਅਖੀਰ ਦੇ ਉੱਤੇ ਮੈਂ ਇੱਕ ਸਵਾਲ ਜੇਕਰ ਨਾ ਪੁੱਛਾਂਗਾ ਤਾਂ ਸਾਡੇ ਦੇਖਣ ਵਾਲਿਆਂ ਨਾਲ ਸੁਣਨ ਵਾਲਿਆਂ ਨਾਲ ਕਾਫੀ ਜ਼ਿਆਦਾ ਜਾਤੀ ਹੋਊਗੀ। ਸੋ ਪਿੱਛੇ ਜੇ ਕਮਲ ਗਰੇਵਾਲ ਦੇ ਆਨੰਦ ਕਾਰਜ ਹੋਏ ਆ, ਆਨੰਦ ਕਾਰਜ ਬੜੇ ਚਰਚਾ ਦੇ ਵਿੱਚ ਰਹਿੰਦੇ ਨੇ, ਜਿਹੜੇ ਬੰਦੇ ਮਸ਼ਹੂਰ ਹੁੰਦੇ ਆ, ਸੋ ਵੱਡੇ ਵੱਡੇ ਟੀਵੀਆਂ 'ਤੇ ਦਿਖਾਉਂਦੇ ਆ, ਇਕੱਠ ਦਿਖਾਉਂਦੇ ਆ, ਹੈਲੀਕਾਪਟਰਾਂ ਨਾਲ ਉੱਤੇ ਵੀਡੀਓ ਬਣਦੀਆਂ ਨੇ, ਅਤੇ ਜਿਹੜਾ ਕਮਲ ਦਾ ਆਨੰਦ ਕਾਰਜ ਆ ਉਹ ਬੜਾ ਸਾਦਾ ਅਤੇ ਬੜਾ ਆਮ ਘਰ ਦੇ ਵਿੱਚ ਇੱਕ ਹੋਇਆ। ਸੋ ਗੱਲਾਂ ਬਹੁਤ ਕਰਦੇ ਆ ਸਾਦੀ ਜ਼ਿੰਦਗੀ ਜਿਉਣ ਦੀਆਂ, ਬਹੁਤ ਗਾਇਕ ਜਾਂ ਹੋ, ਇਹ ਜਿਹੜੀ ਐਗਜਾਮਪਲ ਤੁਸੀਂ ਸੈੱਟ ਕੀਤੀ, ਜਿਹੜੀ ਉਦਾਹਰਨ ਸੈੱਟ ਕੀਤੀ, ਭਾਵੇਂ ਕਿ ਤੁਸੀਂ ਮਿੱਥ ਕੇ ਨਹੀਂ ਕੀਤੀ, ਇੱਕ ਆਮ ਸਹਿਜ ਜ਼ਿੰਦਗੀ ਦੇ ਵਿੱਚ ਕੀਤੀ, ਸੋ ਪਹਿਲਾਂ ਤੁਹਾਨੂੰ ਇਹਦੇ ਬਾਰੇ ਬਹੁਤ ਬਹੁਤ ਵਧਾਈ। ਸੋ ਇਹਦੇ ਬਾਰੇ ਵੀ ਇੱਕ ਦੋ ਸ਼ਬਦ ਜ਼ਰੂਰ ਕਹੋ, ਜਾਂ ਵੀ ਅੱਜ ਦੇ ਜਿਹੜੀ ਸਾਡੇ ਹੋਰ ਨੌਜਵਾਨ ਵੀ ਇਹ ਤੋਂ ਇੰਸਪਾਇਰ ਹੋਣ। ਤੇਜੂ ਭਾਈ ਮੈਂ ਸਟੇਜ 'ਤੇ ਬਹੁਤ ਬੋਲਦਾ ਹਾਂ ਇਹ ਚਲੋ ਨੈਚੁਰਲੀ ਹੈ ਕਿ ਜਦੋਂ ਦਾ ਮੈਂ ਲਾਈਵ ਪ੍ਰੋਗਰਾਮ ਕਰਨ ਲੱਗਿਆ ਤਾਂ ਬਹੁਤ ਗੱਲਾਂ ਬੋਲ ਜਾਂਦਾ, ਤਾਂ ਹੁਣ ਰੌਲਾ ਇਹ ਹੈ ਕਿ ਜੇ ਮੈਂ ਆਪ ਗੁੜ ਖਾਊਂਗਾ ਅਤੇ ਮੈਂ ਤੁਹਾਨੂੰ ਕਹਾਂ ਕਿ ਭਾਈ ਗੁੜ ਨਾ ਖਾਇਓ ਤਾਂ ਫਿਰ ਉਹ ਸਹੀ ਨਹੀਂ ਹੈ। ਤਾਂ ਇਸ ਕਰਕੇ ਹੁਣ ਜਦੋਂ ਮੈਂ ਤਾਂ ਆਪ ਇਹਨਾਂ ਗੱਲਾਂ ਨੂੰ ਸਟੇਜਾਂ 'ਤੇ ਡਿਸਕਸ ਕਰਦਾ ਸਾਰਿਆਂ ਨਾਲ ਕਿ ਯਾਰ ਪੰਜਾਬ 'ਚ ਅਸੀਂ ਸਾਡੇ ਵਿਆਹ ਸਾਦੇ ਕਰ ਲਈਏ ਅਤੇ ਇੱਕ ਚੜਾਵੇ 'ਚ ਲਾਉਣੋਂ ਹਟ ਜਾਈਏ ਤਾਂ ਪੰਜਾਬ ਬੜਾ ਅਮੀਰ ਹੈ, ਸਾਡੇ ਕੋਲ ਬਹੁਤ ਪੈਸਾ ਹੈ, ਤਾਂ ਪਦਾਰਥਾਂ ਦੇ ਢੇਰ ਲੱਗ ਜਾਣਗੇ, ਤਾਂ ਅਸੀਂ ਗਰੀਬ ਕਿਤੇ ਪਏ ਹਾਂ, ਸਾਡੀ ਈਗੋ ਪ੍ਰੋਬਲਮ ਨੇ, ਅਸੀਂ ਵਿਆਹਾਂ 'ਤੇ 50-50 ਲੱਖ ਰੁਪਈਆ ਲੱਗਣ ਲੱਗ ਗਿਆ, 50-50 ਲੱਖ ਰੁਪਈਆ, ਤਾਂ ਹੁਣ ਪੈਸੇ ਮੈਂ ਬਥੇਰੇ ਕਮਾਉਣਾ। ਤਾਂ ਮੇਰੇ ਖਿਆਲ 'ਚ ਮੇਰਾ ਵਿਆਹ ਵੀ ਬੜੇ ਆਰਾਮ ਨਾਲ 6-7 ਦਿਨ ਚੱਲ ਸਕਦਾ ਸੀ, ਰੋਜ਼ ਇੱਕ ਨਵਾਂ ਕਲਾਕਾਰ, ਸਾਰੇ ਤਾਂ ਦੋਸਤ ਨੇ, ਜਿਹਨੂੰ ਮਰਜ਼ੀ ਕਹਿੰਦਾ ਕਿ ਆ ਕੇ ਇੱਕ ਦਿਨ ਤੂੰ ਖੜਾ ਲਾ ਦੇ, ਇੱਕ ਦਿਨ ਤੂੰ ਲਾ ਦੇ, ਉੱਥੇ ਸ਼ਰਾਬਾਂ ਚੱਲਦੀਆਂ, ਸਭ ਕੁਛ ਹੁੰਦਾ, ਪਰ ਮੇਰੇ ਖਿਆਲ 'ਚ ਭਗਵਾਨ ਖੁਸ਼ ਨਹੀਂ ਇਹਨਾਂ ਗੱਲਾਂ ਤੋਂ, ਤਾਂ ਇਸ ਕਰਕੇ ਡਰੀਏ ਕਰਤਾਰ ਤੋਂ, ਉੱਚਾ ਨਾ ਬੋਲ ਬੋਲੀਏ, ਤਾਂ ਇਹ ਵਧੀਆ ਹੈ। ਬੇਬੇ ਹੋਣੀ ਖੁਸ਼ ਸੀ, ਸਾਰੇ ਰਿਸ਼ਤੇਦਾਰ ਖੁਸ਼ ਸੀ, ਮੰਮੀ ਡੈਡੀ ਖੁਸ਼ ਸੀ, ਔਰ ਸਭ ਤੋਂ ਵੱਡੀ ਗੱਲ ਕਿ ਮੈਂ ਆਪ ਖੁਸ਼ ਸੀ, ਕਿਉਂਕਿ ਸਾਰੇ ਵਿਆਹ ਦੇ ਵਿੱਚ ਮੇਰੇ ਖਿਆਲ 'ਚ ਇੱਕੋ ਹੀ ਗੱਲ ਹੈ ਕਿ ਉਸ ਬਾਪ ਤੋਂ ਥਾਪੜਾ ਲੈਣਾ ਔਰ ਉਹ ਲਾਵਾਂ 'ਚ ਮਿਲ ਜਾਣਾ। ਤਾਂ ਉਹੀ ਬਸ ਅਸੀਂ ਤੜਕੇ ਅੰਮ੍ਰਿਤ ਵੇਲੇ ਗਏ ਤਾਂ ਉਹ ਗੁਰੂ ਸਾਹਿਬ ਨੇ ਥਾਪੜਾ ਦੇ ਤਾ, ਤਾਂ ਉਹ ਮੇਰੇ ਲਈ ਸਰਦਾਰ ਨਹੀਂ ਅੰਮ੍ਰਿਤ ਛਕਿਆ ਹੋਇਆ, ਤਾਂ ਪਹਿਲਾਂ ਹੀ ਸਿੱਖੀ 'ਚ ਹੈ, ਤਾਂ ਉਹ ਤਾਂ ਮੇਰੇ ਲਈ ਹੋਰ ਸ਼ੁਕਰ ਦੀ ਗੱਲ ਹੈ ਕਿ ਮੈਂ ਉਹ ਤੋਂ ਜ਼ਿੰਦਗੀ 'ਚ ਬਹੁਤ ਕੁਝ ਸਿੱਖੂੰਗਾ। ਸੋ ਬੜੀ ਚੰਗੀ ਗੱਲ ਆ ਸੀ, ਬੜੇ ਭਾਗਾਂ ਵਾਲੇ ਹੋ ਕਿ ਤੁਹਾਡਾ ਇਹ ਜਿਹੜੇ ਜੀਵਨ ਸਾਥੀ ਆ ਉਹ ਵੀ ਧਰਮ ਦੇ ਅਤੇ ਸਿੱਖੀ ਦੇ ਕਾਫ਼ੀ ਨਜ਼ਦੀਕ ਆ। ਅੰਮ੍ਰਿਤ ਛਕਿਆ ਸਭ ਤੋਂ ਸ਼ਿਖਰ ਹੁੰਦੀ, ਮੈਲਬੋਰਨ ਦੇ ਵਿੱਚ ਤੁਸੀਂ ਐਤਵਾਰ ਨੂੰ ਸ਼ੋਅ ਕਰਨ ਜਾ ਰਹੇ ਹੋ, ਸੋ ਉਹਦੀ ਵੀ ਸਰੋਤਿਆਂ ਨੂੰ ਬੜੀ ਉਤਸੁਕਤਾ ਦੇ ਨਾਲ ਉਹਦੀ ਵੇਟ ਕਰ ਰਿਹਾ ਉਹਦੀ। ਸੋ ਪਰ ਮੈਂ ਚਾਹੁੰਦਾ ਕਿ ਆਪਾਂ ਗਾਉਣ ਬਚਾਉਣ ਮਾੜਾ ਮੋਟਾ ਕਰਿਆ ਨਹੀਂ ਸੀ,
ਸੋ ਇੱਕ ਮੇਰੀ ਪਸੰਦ ਤਾਂ ਹੈਗੀ ਆ ਮਸਤਾਨਾ ਜੋਗੀ, ਜੇਕਰ ਤੁਸੀਂ ਕੋਈ ਹੋਰ ਹੋਣਾ ਚਾਹੁੰਦੇ ਫਿਰ ਮਾਈਕ ਫਿਰ ਤੁਸੀਂ ਆਪ ਲੈ ਲਓ ਮੈਮ, ਠੀਕ ਹੈ। ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ, ਬਾਬਰ ਦੇ ਜੇਲ ਖਾਨੇ ਪੀਸਣ ਨੂੰ ਮਿਲਦੇ ਦਾਣੇ, ਬਾਬਰ ਦੇ ਜੇਲ ਖਾਨੇ ਪੀਸਣ ਨੂੰ ਮਿਲਦੇ ਦਾਣੇ, ਚੱਕੀ ਤਾਂ ਬੋਲੇ ਸਤ ਕਰਤਾਰ ਇੱਕ ਮਸਤਾਨਾ ਜੋਗੀ, ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ, ਪਾਂਧੇ ਕੋਲ ਪੜ੍ਹਨੇ ਪਾਇਆ ਪਾਂਧੇ ਨੂੰ ਆਪ ਪੜ੍ਹਾਇਆ, ਪਾਂਧੇ ਕੋਲ ਪੜ੍ਹਨੇ ਪਾਇਆ ਪਾਂਧੇ ਨੂੰ ਆਪ ਪੜ੍ਹਾਇਆ, ਫੱਟੀ ਤੇ ਫੱਟੀ ਤੇ ਫੱਟੀ ਤੇ ਲਿਖਿਆ ਇੱਕ ਓਂਕਾਰ ਇੱਕ ਮਸਤਾਨਾ ਜੋਗੀ, ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ, ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਹੋ। ਕਿਆ ਬਾਤ ਹੈ ਜੀ, ਸੋ ਗਰੇਲ ਸਾਹਿਬ ਬੜਾ ਆਨੰਦ ਵਾਜਦਾ ਗਾ, ਸੋ ਇਦੋਂ ਹੋਰ ਵੀ ਆਨੰਦ ਵੱਜੂ ਜੇ ਤੁਸੀਂ ਜਿਹਨੂੰ ਗਾਵੋਂਗੇ ਥੋਰਨ ਵਾਰੀ ਥੀਏਟਰ ਦੇ ਵਿੱਚ। ਸੋ ਸਰੋਤਿਓ, ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਥੋਰਨਬਰੀ ਥੀਏਟਰ 859 ਹਾਈ ਸਟਰੀਟ 10 ਜੁਲਾਈ ਨੂੰ ਭਾਵ ਕਿ ਆਉਂਦੇ ਐਤਵਾਰ ਨੂੰ ਸ਼ੋਅ ਹੋਣ ਜਾ ਰਿਹਾ। ਕੰਵਰ ਗਰੇਵਾਲ ਮਸਤਾਨਾ ਜੋਗੀ ਟੂਰ ਲੈ ਕੇ ਆਸਟ੍ਰੇਲੀਆ ਦੇ ਵਿੱਚ ਆਏ ਹੋਏ ਨੇ, ਸੋ ਇਹਦੀਆਂ ਟਿਕਟਾਂ ਤੁਸੀਂ ਬਾਏ ਕਰ ਸਕਦੇ ਹੋ, ਔਨਲਾਈਨ ਵੀ ਬਾਏ ਕਰ ਸਕਦੇ ਹੋ ਜਾਂ ਅਰਸ਼ੀ ਸਿੰਘ ਨੂੰ ਵੀ ਕਾਲ ਕਰ ਸਕਦੇ ਹੋ, ਜਿਨ੍ਹਾਂ ਦਾ ਨੰਬਰ ਹੈ 0425-164-735 0425-164-735 ਜਾਂ slsctickets.com.au ਦੇ ਉੱਤੇ ਵੀ ਤੁਸੀਂ ਲੌਗਇਨ ਕਰਕੇ ਟਿਕਟਾਂ ਲੈ ਸਕਦੇ ਹੋ। ਸੋ ਗਰੇਵਾਲ ਸਾਹਿਬ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਸੋ ਜਿਹੜੀਆਂ ਰੂਹ ਦੀਆਂ ਗੱਲਾਂ ਸੋ ਯੂਨੀਵਰਸਿਟੀ ਕਰਦੇ ਹੁੰਦੇ ਸੀ ਉਹ ਅੱਜ ਆਸਟ੍ਰੇਲੀਆ ਦੇ ਵਿੱਚ ਵੀ ਦੁਬਾਰਾ ਫੇਰ ਕਰੀਆਂ। ਸੋ ਅਸਲ ਦੇ ਵਿੱਚ ਗੱਲਾਂ ਉਹੀ ਹੁੰਦੀਆਂ ਜਦੋਂ ਸਾਹਮਣੇ ਵਾਲੇ ਨੂੰ ਤੁਸੀਂ ਗੱਲਾਂ ਕਰਦੇ ਹੋ, ਸੋ ਉਹ ਗੱਲ ਦਾ ਹੰਗਾਰਾ ਉਨੇ ਹੀ ਜੋਸ਼ ਦੇ ਨਾਲ ਭਰੇ ਅਤੇ ਉਹਨੇ ਉਹ ਗੱਲ ਪਹਿਲਾਂ ਕੀਤੀ ਹੋਵੇ। ਸੋ ਆਪਾਂ ਸਾਰੀਆਂ ਉਹ ਗੱਲਾਂ ਕੀਤੀਆਂ। ਸੋ ਇਹ ਜਿਹੜੀ ਇੰਟਰਵਿਊ ਅਸਲ ਉੱਤੇ ਤੁਸੀਂ ਰੀਅਲ ਟੀ ਵੀ ਦੇ ਉੱਤੇ ਵੀ ਦੇਖ ਸਕਦੇ ਹੋ ਅਤੇ ਬਾਅਦ ਦੇ ਵਿੱਚ ਕੌਮੀ ਆਵਾਜ਼ ਦੇ ਯੂਟਿਊਬ ਚੈਨਲ ਦੇ ਉੱਤੇ ਅਤੇ ਰੀਅਲ ਟੀ ਵੀ ਦੇ ਯੂਟਿਊਬ ਚੈਨਲ ਦੇ ਉੱਤੇ ਵੀ ਦੇਖ ਸਕਦੇ ਹੋ। ਸੋ ਤੁਹਾਨੂੰ ਕਿਸ ਤਰ੍ਹਾਂ ਦੀ ਇੰਟਰਵਿਊ ਲੱਗੀ ਜ਼ਰੂਰ ਦੱਸਣਾ। ਗਰੇਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਅਖੀਰ ਦੇ ਉੱਤੇ ਫਿਰ ਆਪਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।